सब तो वड्डी गल जिहड़ी मैं फस्ट टाइम कर रहा कितें भी है नहीं गईआं गल्लां इह जिहड़ियां मैं कर रहा तुसीं इह बहुत लक्की हो जिहड़ी गल्लां फस्ट टाइम आ रही कई गल्लां ਭਾਈ ਸੁੱਖਾ ਜਿੰਦਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਸ਼ਖਸੀਅਤ ਕਿਹੋ ਜੀ ਸੀਗੀ ਉਹਨਾਂ ਦੀ ਉਹ ਲੱਗਦਾ ਸੀਗਾ ਵੀ ਇਹ ਏਡੇ ਏਡੇ ਵੱਡੇ ਐਕਸ਼ਨ ਜਿਹੜੇ ਕੀਤੇ ਨੇ ਵੀ ਇਹ ਪੋਸੀਬਲ ਕਿੱਦਾਂ ਹੋ ਸਕਦੇ ਨੇ ਇਹ ਸਾਰੇ ਜਿਹੜੇ ਮੇਨ ਐਕਸ਼ਨ ਆ ਜਿਹੜੇ ਬਹੁਤ ਜ਼ਰੂਰੀ ਸੀ ਇਹਦੇ ਵਿੱਚ ਜਿੱਦਾਂ ਇਹ ਸਾਡਾ ਜਿਹੜਾ ਜਥਾ ਸੀ ਗੁਰੂ ਦੀ ਕਿਰਪਾ ਨਾਲ ਉਹਨਾਂ 'ਚ ਬਹੁਤ ਮੇਨ ਰੋਲ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਦਾ ਸੀਗਾ 84 ਦਾ ਜੋ ਪ੍ਰੋਗਰਾਮ ਹੋਇਆ ਆ ਉਹ ਸਟੇਟ ਦੀ ਪੋਲਸੀ ਸੀ ਸਟੇਟ ਦੀ ਪੋਲਸੀ ਅਤੇ ਬਹੁ ਗਿਣਤੀ ਲੋਕਾਂ ਦੀ ਸਹਿਮਤੀ ਸੀਗੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ ਇਹ 'ਚ ਕੋਈ ਦੋਹਰਾਵਾਂ ਨਹੀਂ ਬਿਫੋਰ 84 ਹਰਜਿੰਦਰ ਸਿੰਘ ਜਿੰਦੇ ਦੀ ਲਾਈਫ ਜਿੱਦਾਂ ਇੱਕ ਸਟੂਡੈਂਟ ਦੀ ਸੀ ਅੰਮ੍ਰਿਤਸਰ ਵਿੱਚ ਇਹਨੂੰ ਸਾਰਾ ਅੰਮ੍ਰਿਤਸਰ ਜਾਣਦਾ ਸੀ ਸਾਰਾ ਖਾਲਸਾ ਕਾਲਜ ਜਾਣਦਾ ਸੀ ਕੋਈ ਵੀ ਬੰਦਾ ਹੈਗਾ ਇਸੇ ਤਰੀਕੇ ਨਾਲ ਇਹ ਸੰਤਾਂ ਕੋਲ ਚਲਾ ਗਿਆ ਸੀ ਇਹਨੂੰ ਬਖਸ਼ੀਸ਼ ਉਹਨੂੰ ਫੜ ਕੇ ਲੈ ਗਏ ਸੰਤਾਂ ਕੋਲ ਜਿਹੜੇ ਜਾਂਦੇ ਸੀ ਅਸਲ ਬੰਦੇ ਤੱਤ ਵਾਲੇ ਉਹ ਸੰਤਾਂ ਦੇ ਹੀ ਹੋ ਜਾਂਦੇ ਸੀ ਇੱਕ ਦਿਨ ਜਿੰਦੇ ਨੂੰ ਵੀ ਬੁਲਾਇਆ ਅਤੇ ਮਾਇਆ ਸੰਤ ਅਤੇ ਸੰਤਾਂ ਨੇ ਇਹਦੇ ਤੀਰ ਮਾਰਿਆ ਇਹ ਆਪ ਹੀ ਦੱਸਦਾ ਉਦੋਂ ਇਹ ਪੂਰਾ ਦੂਸਰੀ ਫੋਰਮ 'ਚ ਸੀਗਾ ਬਿਫੋਰ 84 ਦੀ ਗੱਲ ਹੈ ਜਿੰਦਾ ਇੰਨਾ ਬਿਜ਼ੀ ਹੁੰਦਾ ਸੀ ਉਹ ਰੋਟੀ ਵੀ ਨਹੀਂ ਸੀ ਖਾਂਦਾ ਉਹਨੂੰ ਰੋਟੀ ਦਾ ਬਿਲਕੁਲ ਹੀ ਸ਼ੌਕ ਹੁੰਦਾ ਹੀ ਨਹੀਂ ਸੀ ਉਹਦੇ ਬੈਠ ਕੇ ਉਹਨੂੰ ਫੜ ਕੇ ਜਾਣੀ ਕਿ ਰੋਟੀ ਖਾਣੀ ਮੈਨੂੰ ਰੋਟੀ ਖਾ ਲਾ ਜਿਵੇਂ ਭਾਈ ਸੁੱਖਾ ਜਿੰਦਾ ਨੂੰ ਟੋਰਚਰ ਕਰਦੇ ਰਹੇ ਜਾਂ ਤੁਹਾਨੂੰ ਕਰਦੇ ਰਹੇ ਉਹ ਕੀ ਤਰੀਕੇ ਵਰਤਦੇ ਸੀਗੇ ਸਰਕਾਰ ਪੁਲਿਸ ਵਾਲੇ ਜਾਂ ਏਜੰਸੀਜ਼ ਸਭ ਤੋਂ ਪਹਿਲਾਂ ਬੰਦੇ ਦੇ ਕੋਲ ਉਹ ਇਹ ਕਰਦੇ ਆ ਕਿ ਉਹਦੇ ਸਾਹਮਣੇ ਬੰਦਾ ਵੱਢ ਦਿੰਦੇ ਜਿਹਨੂੰ ਮਾਰਨਾ ਆ ਨਵਾਂ ਬੰਦਾ ਜਿਹੜਾ ਟੋਰਚਰ ਕਰਨਾ ਕਿ ਨਹੀਂ ਉਹਦੇ ਸਾਹਮਣੇ ਇੱਕ ਜਿਹੜਾ ਬੰਦਾ ਮਾਰਨਾ ਆ ਉਹਨੂੰ ਬੋਟੀ ਬੋਟੀ ਫੜ ਦਿੰਦੇ ਜਦੋਂ ਤੱਕ ਜਿੰਦਾ ਅਤੇ ਸੁੱਖਾ ਫੜੇ ਜਾਂਦੇ ਆ ਉਦੋਂ ਤੱਕ ਕਹਿ ਸਕਦੇ ਹਾਂ ਉਹ ਫੇਸ ਸੀ ਉਹ ਸੀ ਜੰਗ ਵਾਲਾ ਸਦਾ ਹੀ ਜੰਗ ਦੇ ਖਿਆਲ 'ਚ ਹੀ ਰਹਿਣਾ ਸੁਖਦੇਵ ਸਿੰਘ ਫੜਿਆ ਗਿਆ 86 ਦੇ ਵਿੱਚ ਸੁਖਦੇਵ ਸਿੰਘ ਅਤੇ ਨਿੰਮਾ ਇਹ ਪੂਨੇ ਤੋਂ ਫੜੇ ਗਏ ਉੱਥੋਂ ਕੁਛ ਵੈਪਨ ਲੈ ਕੇ ਆ ਰਹੇ ਸੀ ਅਤੇ ਐਕਸੀਡੈਂਟ ਹੋ ਗਿਆ ਅਤੇ ਅਰੈਸਟ ਹੋ ਗਿਆ ਜੀ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਉਹੀ ਬੰਦੇ ਆ ਜਿਹਨਾਂ ਨੇ ਜਨਰਲ ਦਰਜਿਆਂ ਨੂੰ ਅਸੈਸੀਨੇਟ ਜੱਜ ਵੀ ਕਾਫੀ ਹਾਂ ਫਿਰ ਜੱਜ ਦੇਖੋ ਜੱਜ ਜਦੋਂ ਜੱਜ ਕਹਿੰਦੇ ਸੀ ਕਿ ਤੁਸੀਂ ਤੁਹਾਡੇ 'ਤੇ ਕੁਛ ਵੀ ਨਹੀਂ ਹੈ ਤੁਸੀਂ ਬਚ ਸਕਦੇ ਹੋ ਇਹ ਵੀ ਜੱਜ ਨੇ ਕਿਹਾ ਉਹਨਾਂ ਨੇ ਆਪ ਕਨਫੈਸ਼ਨ ਕੀਤੀ ਕਿ ਅਸੀਂ ਮਾਰਿਆ ਬੈਂਕਾਂ ਨੇ ਡਕੈਤੀ ਦੌਰਾਨ ਵੀ ਤੁਸੀਂ ਕਹਿ ਕੇ ਆਏ ਸੀ ਵੀ ਜੇ ਕਿਸੇ ਨੂੰ ਲੋੜ ਹੈ ਪੈਸੇ ਲੈ ਲਿਓ ਦੱਸ ਦਿਓ ਸਾਨੂੰ ਪੈਸੇ ਦੀ ਜ਼ਿਆਦਾ ਜ਼ਰੂਰਤ ਸੀ ਉਹ ਫਿਰ ਵੱਡਾ ਕੰਮ ਕਰਨਾ ਪਿਆ ਉਹ ਬਿਲਕੁਲ ਇਹਨਾਂ ਦੇ ਜਿੱਦਾਂ ਜਾੜ 'ਚੋਂ ਕੱਢਣਾ ਸੈਂਟਰ ਲੁਧਿਆਣੇ ਦਾ ਜਿੱਥੇ ਸਭ ਤੋਂ ਜ਼ਿਆਦਾ ਸਿਕਿਉਰਿਟੀ ਸੀ ਉੱਥੋਂ ਅਸੀਂ 6 ਕਰੋੜ ਰੁਪਇਆ ਫਿਰ ਲਿਆ ਚਿੱਠੀ 'ਚ ਸ਼ਾਇਦ ਲਿਖਿਆ ਹੋਇਆ ਵੀ ਉਹ ਉੱਥੇ ਕੁਛ ਕੁੜੀਆਂ ਸੀ ਜਿਹੜੀਆਂ ਕੰਮ ਕਰਦੀਆਂ ਉਹ ਕਹਿੰਦੀਆਂ ਵੀ ਸਾਡੇ ਅਫਸਰਾਂ ਨੂੰ ਦਬਕੇ ਵੀ ਮਾਰ ਕੇ ਜਾਓ ਉਹ ਵੀ ਦੇਖੋ ਹਿੰਦੂ ਸੀਗੇ ਜ਼ਿਆਦਾ ਕੁੜੀਆਂ ਜਿਹਨਾਂ ਦੀ ਗੱਲ ਕਰਦੇ ਸਾਰੇ ਆਊਟ ਆਫ ਸਟੇਟ ਵਾਲੀਆਂ ਸੀ ਕਿਉਂਕਿ ਬਹੁਤ ਵੱਡਾ ਬੈਂਕ ਸੀ ਉਹ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੋਣਾ ਨੇ ਜਿੰਦੇ ਹੁਣਾਂ ਨੂੰ ਛਡਾਉਣ ਲਈ ਰੋਮਾਨੀਆ ਦਾ ਰਾਜਦੂਤ ਅੰਬੈਸਡਰ ਚੱਕ ਲਿਆ ਸੀਗਾ ਜਿਹੜੇ ਅੱਜ ਕੱਲ੍ਹ ਨੌਜਵਾਨ ਨੇ ਜਿਵੇਂ ਨਸ਼ਿਆਂ ਦੇ ਖਿਲਾਫ ਜਿਹੜੇ ਤੁਰੇ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਵਰਗੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਸਟੇਟ ਪਹਿਲੇ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹੈ ਸਿਚੁਏਸ਼ਨ ਪਹਿਲਾਂ ਨਾਲੋਂ ਬਹੁਤ ਹੀ ਚੈਲੰਜਿੰਗ ਆ ਅਤੇ ਇਹਦੇ ਵਿੱਚ ਟ੍ਰੈਪਸ ਬਹੁਤ ਜ਼ਿਆਦਾ ਨੇ ਅਤੇ ਉਹਨਾਂ ਕੋਲ ਕੰਟਰੋਲ ਦੇ ਮਾਇੰਡ ਕੰਟਰੋਲ ਦੇ ਸਾਧਨ ਬਹੁਤ ਜ਼ਿਆਦਾ ਆ ਜਿਹੜੀ ਇਨਫੋਰਮੇਸ਼ਨ ਵਾਰਫੇਅਰ ਆ ਉਹ ਬਹੁਤ ਵੱਡੇ ਪੱਧਰ 'ਤੇ ਕਰ ਰਹੇ ਆ ਅਸੀਂ 90 ਦੇ ਦਹਾਕੇ ਵਿੱਚ ਸਿੱਖ ਸੰਘਰਸ਼ ਦੀ ਜਦੋਂ ਗੱਲ ਕਰਦੇ ਹਾਂ ਤਾਂ ਕੁਝ ਨਾਮਵਰ ਸ਼ਖਸੀਅਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਔਰ ਮੈਨੂੰ ਲੱਗਦਾ ਹੈ ਵੀ ਬਹੁਤੇ ਨਾਮ ਜਿਹੜੇ ਨੇ ਉਹ ਦੱਸਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਉਹ ਲੋਕਾਂ ਨੂੰ ਵੈਸੇ ਹੀ ਯਾਦ ਨੇ ਉਹਨਾਂ ਵਿੱਚੋਂ ਇੱਕ ਨਾਮ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਸਾਡੇ ਨਾਲ ਅੱਜ ਮੌਜੂਦ ਨੇ ਅਤੇ ਉਹਨਾਂ ਨਾਲ ਉਹਨਾਂ ਦੇ ਜੀਵਨ 'ਤੇ ਇਸ ਸੰਘਰਸ਼ 'ਤੇ ਔਰ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਦੋ ਉਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਤੁਹਾਡਾ ਸਾਡੇ ਪ੍ਰੋਗਰਾਮ ਔਰ ਸਾਡੇ ਚੈਨਲ ਪ੍ਰਾਈਮ ਟਾਈਮਸ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੈਨੂੰ ਵੀ ਲੱਗਦਾ ਹੈ ਵੀ ਜੋ ਤੁਸੀਂ ਪਹਿਲਾਂ ਤਾਂ ਕਿਤਾਬਾਂ ਦੇ ਵਿੱਚ ਲਿਖਿਆ ਮੈਨੂੰ ਇੱਕ ਜਿਵੇਂ ਉੱਪਰੀ ਨਿਗਾਹ ਨਾਲ ਵੀ ਕੋਈ ਦੇਖਦਾ ਹੈ ਤਾਂ ਉਹਦੇ ਵਿੱਚੋਂ ਬਹੁਤ ਕੁਛ ਨਿਕਲ ਜਾਂਦਾ ਛੋਟੀਆਂ ਛੋਟੀਆਂ ਜਿਵੇਂ 18 ਤੁਸੀਂ ਲਿਖੀਆਂ ਹੋਈਆਂ ਪਹਿਲਾਂ ਅਸੀਂ ਉਹਦੇ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਵੀ ਇੱਕ ਛੋਟੀ ਜਿਹੀ ਚੀਜ਼ ਮੈਂ ਦੇਖੀ ਵੀ ਇੱਕ ਹਿੰਦੂ ਜੋੜਾ ਸੀਗਾ ਜਿਹਦੇ ਕੋਲ 18 ਸੀਗੀ ਔਰ ਅਸੀਂ ਸੁਣਦੇ ਆ ਰਹੇ ਹਾਂ ਵੀ ਕਹਿੰਦੇ ਜੀ 35,000 ਹਿੰਦੂ ਮਾਰ ਦਿੱਤਾ ਗਿਆ ਔਰ ਇਹ ਜੋੜਾ ਕਹਿੰਦੇ ਵੀ ਬਹੁਤ ਪਿਆਰ ਕਰਦਾ ਸੀ ਉਸ ਸਿੱਖ ਦੇ ਨਾਲ ਜਾਂ ਜਿਹੜੇ ਵੀ ਉੱਥੇ ਜਾਂਦੇ ਸੀਗੇ ਜ਼ਰੂਰ ਸਾਨੂੰ ਦੱਸਿਓ ਵੀ ਇਹ
ਕੀ ਗੱਲਾਂ ਕੀ ਸੀਗੀਆਂ ਔਰ ਕੀ ਬਣੀਆਂ ਨੇ? ਹਾਂਜੀ, ਜੋ ਇਹ ਕਿਤਾਬਾਂ ਆ ਲਿਖਣੀਆਂ ਸ਼ੁਰੂ ਕੀਤੀਆਂ ਅਸੀਂ ਆਪਣਾ ਸੱਚ ਦੱਸਣ ਨੂੰ ਜੀ, ਇਹਦੇ ਵਿੱਚ ਜੋ ਸਾਡਾ ਸੱਚ ਸੀ ਅਤੇ ਹੈ ਜੀ, ਜੋ ਅਸੀਂ ਲਿਵ ਕੀਤਾ ਅਤੇ ਲਿਵ ਕਰ ਰਹੇ ਹਾਂ ਜੀ, ਉਹ ਮੈਂ ਕੋਸ਼ਿਸ਼ ਕੀਤੀ ਆ ਸੰਗਤ ਦੁਨੀਆ ਦੇ ਸਾਹਮਣੇ ਲਿਆਉਣ ਨੂੰ ਕਿ ਉਸ ਸਮੇਂ ਸਿੰਘ ਉਹਨਾਂ ਦੇ ਕਿਸ ਤਰ੍ਹਾਂ ਦੇ ਜੀਵਨ ਸੀ, ਕਿਸ ਤਰ੍ਹਾਂ ਦੇ ਕਿਰਦਾਰ ਸੀ, ਉਹ ਕਿਹੋ ਜਿਹਾ ਮਾਹੌਲ ਸੀ ਜਿਹ 'ਚ ਰਹਿੰਦੇ ਸੀ, ਉਹ ਜੰਗ ਦਾ, ਸ਼ਹਾਦਤ ਦਾ, ਸਿਦਕ ਦਾ, ਸਬਰ ਦਾ, ਚਾਅ ਮੰਗਾਂ ਦਾ ਕਿਹੋ ਜਿਹਾ ਇੱਕ ਸਾਰਾ ਇਨਵਾਇਰਮੈਂਟ ਸੀ, ਅਤੇ ਉਹ ਸੱਚ ਕੀ ਸੀ ਬਿਲਕੁਲ ਕੋਲ ਖੜ ਕੇ। ਇਹ ਤਾਂ ਜ਼ਰੂਰੀ ਆ ਕਿਉਂਕਿ ਬਹੁਤਾ ਕੁਛ ਜੋ ਆਇਆ ਆ ਉਹ ਸਟੇਟ ਵੱਲੋਂ ਆਇਆ ਜਾਂ ਜਿਹੜੇ ਸਾਡੇ ਵੀ ਬੰਦਿਆਂ ਵੱਲੋਂ ਬਹੁਤਾ ਕੁਛ ਆਇਆ ਉਹ ਸਟੇਟ ਦੇ ਜੋ ਟੋਟਲ ਜਿਹੜਾ ਡੋਮੀਨੈਂਟ ਨਰੇਟਿਵ ਆ ਉਹਦੇ ਅਨੁਸਾਰ ਹੀ ਆਇਆ। ਜਿਹੜਾ ਖਾਲਸੇ ਦਾ ਜਨਮ ਭੂਮੀ, ਖਾਲਸੇ ਦੀ ਭੂਮੀ ਤੋਂ ਖੜ ਕੇ ਉਹਦੇ ਪਰਸਪੈਕਟਿਵ ਤੋਂ ਗੱਲਾਂ ਘੱਟ ਆਈਆਂ ਜੀ, ਮੈਂ ਸਾਰੀ ਗੱਲ ਉੱਥੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਬਿਲਕੁਲ ਦਿਲ ਦੇ ਨੇੜੇ ਆ ਤੇ ਰੂਹ ਦੇ ਨੇੜੇ ਆ ਜੋ ਜੀ ਆ ਉਹ, ਹਾਂ ਉਹ ਲਿਆਂਦੀਆਂ ਗੱਲਾਂ। ਜਿਹੜੀ ਤੁਸੀਂ ਗੱਲ ਕੀਤੀ 35,000 ਹਿੰਦੂ ਮਾਰਨ ਵਾਲੀ ਅਤੇ ਹਿੰਦੂਆਂ ਦੇ ਵਿਰੋਧ, ਉਹ ਵੀ ਯਾਨੀ ਕਿ ਦੇਖੋ ਸਟੇਟ ਦਾ ਇੱਕ ਨਰੇਟਿਵ ਬਹੁਤ ਪਹਿਲਾਂ ਕ੍ਰੀਏਟ ਕੀਤਾ ਸੀ ਮੂਵਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਜੀ, ਕਿ ਹਿੰਦੂ ਸਿੱਖਾਂ ਦੀ ਲੜਾਈ ਆ, ਇੱਥੇ ਸਿੱਖ ਹਿੰਦੂਆਂ ਨੂੰ ਮਾਰ ਰਹੇ ਆ, ਹਿੰਦੂਆਂ ਨੂੰ ਪੰਜਾਬ 'ਚੋਂ ਕੱਢ ਰਹੇ ਨੇ, ਹਿੰਦੂਆਂ ਨਾਲ ਜਾਤੀ ਹੋ ਰਹੀ ਹੈ, ਜਿਹੜੀ ਬਿਲਕੁਲ ਹੀ ਬੇਸਲੈਸ ਅਤੇ ਫੈਕਟਲੈਸ ਸੀ। ਇਹ ਤਾਂ ਖਾਲਸੇ ਪੰਥ ਦਾ ਸੰਘਰਸ਼ ਆ, ਇਹ ਸਰਬੱਤ ਦੇ ਭਲੇ ਲਈ ਆ, ਹਲੇਮੀ ਰਾਜ ਲਈ ਆ, ਅਤੇ ਇਹਦੇ 'ਚ ਕੋਈ ਵੀ ਵਾਰ ਨਹੀਂ ਕਿਸੇ ਵੀ ਰਿਲੀਜਨ ਦੇ ਖਿਲਾਫ਼ ਨਹੀਂ ਗਾ, ਸਾਰੇ ਸਾਡੇ ਭਰਾ ਨੇ। ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਜਿਹੜੀਆਂ ਗੱਲਾਂ ਇਹਨਾਂ ਨੇ ਕੁਛ ਚੀਜ਼ਾਂ ਵਧਾ ਚੜ੍ਹਾ ਕੇ ਦੱਸੀਆਂ, ਉਹ ਸਟੇਟ ਨੇ ਹੀ ਉਹਨਾਂ ਨੂੰ ਬਹੁਤ ਜ਼ਿਆਦਾ, ਜਿਹੜੀ ਥੋੜ੍ਹੀ ਗੱਲ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ, ਜੋ ਰਿਐਲਿਟੀ ਆ ਉਹ ਆਉਣੀ ਨਹੀਂ ਦਿੱਤੀ। ਕੋਈ ਇਹੋ ਜਿਹੀ ਗੱਲ ਨਹੀਂ ਕਿ 35,000 ਵਾਲੀ ਗੱਲ ਜਾਂ 35 ਵਾਲੀ ਗੱਲ, ਇਸ ਤੋਂ ਉਲਟ ਸਾਡੇ ਬਹੁਤ ਚੰਗੇ ਰਿਲੇਸ਼ਨ ਸੀਗੇ ਸਾਰੇ ਪਾਪੂਲੇਸ਼ਨ, ਜਿੱਦਾਂ ਸਿੱਖ ਪਾਪੂਲੇਸ਼ਨ ਸੀ ਉੱਦਾਂ ਹੀ ਹਿੰਦੂ ਪਾਪੂਲੇਸ਼ਨ, ਹੋਰ ਵੀ ਜਿੰਨੇ ਮੁਸਲਮਾਨ, ਇਸਾਈ, ਐਵਰੀਬਾਡੀ, ਦਲਿਤਸ ਜਾਂ ਸਭ, ਅਸੀਂ ਤਾਂ ਸਿੱਖੀ 'ਚ ਤਾਂ ਕਿਸੇ ਕੋਈ ਵੀ ਬਾਹਰੀ ਨਹੀਂ ਗਾ, ਸਾਰੇ ਅੰਦਰ। ਸੁਸ਼ੀਲ ਕੁਮਾਰ ਸ਼ਾਇਦ ਜੇ ਨਾਮ ਸੀਗਾ ਅਤੇ ਉਹ ਤੁਸੀਂ ਲਿਖਿਆ ਵੀ ਹੋਇਆ ਵੀ ਉਹ ਡਾਕਟਰ ਜੋੜਾ ਸੀ, ਹੈ ਨਾ, ਵੀ ਉਹਦੇ ਕੋਲ ਹਿੰਦੂ ਪਰਿਵਾਰ ਕੋਲ ਜਾਂਦੇ ਸੀ, ਰਹਿੰਦੇ ਸੀ। ਅਣਗਿਣਤ ਮੇਰੀ ਲਾਈਫ ਵਿੱਚ ਜਿਹਨਾਂ ਦੀ ਆਪਾਂ ਅੱਜ ਗੱਲ ਕਰਨੀ, ਹਰਜਿੰਦਰ ਸਿੰਘ ਸੁਖਦੇਵ, ਉਹਨਾਂ ਦੀ ਲਾਈਫ 'ਚ ਕਿੰਨੀਆਂ 18 ਸਾਡੀਆਂ ਜਿਹੜੀਆਂ ਹਿੰਦੂਆਂ ਦੇ ਕੱਟੜ ਬਾਹਮਣਾਂ ਦੇ ਘਰ ਕਰੇ ਸੀਗੇ, ਉਹ ਸਾਨੂੰ ਸਭ ਥਾਂ ਲੈ ਕੇ ਜਾਂਦੇ, ਸਾਡੇ ਸਮਾਨ ਸਾਂਭਦੇ ਸੀ। ਮੈਂ 'ਚ ਦੱਸੀਆਂ ਹੀ ਆ ਗੱਲਾਂ, ਭਾਵੇਂ ਮੈਂ ਨਾਮ ਨਹੀਂ ਲਿਖੇ ਜੀ ਕਿਸੇ ਖਾਸ ਕਰਕੇ। ਜਿਹੜੀ ਪਹਿਲੀ ਕਿਤਾਬ ਉਹ ਹੈ ਹੀ ਉਹਨਾਂ ਨਾਇਕਾਂ ਬਾਰੇ ਜਿਨ੍ਹਾਂ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਆਇਆ, ਅਨਨੋਨ, ਅਨਸੰਗ ਜਿਹੜੇ ਹੀਰੋਜ਼ ਆ, ਜਿਹੜੇ ਸ਼ਹੀਦ ਵੀ ਹੋਏ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਹਨਾਂ ਨੇ ਬਹੁਤ ਕੁਛ ਸਿਹਾ, ਜਿਹਨਾਂ ਨੇ ਪਿੱਛੇ ਰਹਿ ਕੇ ਮਦਦ ਕੀਤੀ। ਇਸ ਤਰ੍ਹਾਂ ਹਿੰਦੂਆਂ ਦੇ ਵਿੱਚੋਂ ਵੀ ਬਹੁਤ ਇਹੋ ਜਿਹੇ ਸੀਗੇ, ਜਿਹੜੀ ਤੁਸੀਂ ਗੱਲ ਕੀਤੀ ਉਹ ਡਾਕਟਰ ਜੋੜੇ ਦੀ, ਹਾਂ ਉਹ ਜੋੜਾ ਸੀਗਾ ਕਿਸੇ ਸ਼ਹਿਰ ਦੇ ਵਿੱਚ, ਆਪਣੇ ਲਾਭ ਸਿੰਘ ਹੋਣੀ, ਜਨਰਲ ਮਨਵੀਰ ਸਿੰਘ, ਬਲਵੀਰ ਸਿੰਘ ਹੋਣੀ, ਮਥੁਰਾ ਸਿੰਘ, ਹਰਜਿੰਦਰ ਸਿੰਘ ਜਿੰਦਾ, ਅਤੇ ਮੈਂ, ਅਸੀਂ ਸਾਰੇ ਉਹਨਾਂ ਦੀ ਠਹਿਰ ਸੀ। ਉਹ ਜਿੰਨੇ ਵੀ ਸਾਡੇ ਬੰਦੇ ਕਿਤੇ ਜ਼ਖਮੀ ਹੁੰਦੇ ਸੀ ਉਹੀ ਆਪਣੇ ਹੋਸਪਿਟਲ 'ਚ ਹੀ ਤੰਦਰੁਸਤ ਕਰਦੇ ਸੀ ਦੁਬਾਰਾ, ਅਤੇ ਉਹਨਾਂ ਦੀ ਗੱਡੀ 'ਚ ਮੈਂ ਔਰ ਜਿੰਦਾ ਅਸੀਂ ਕਿਤੇ ਵੀ ਜਿੱਥੇ ਰਿਸਕ ਵਾਲੀ ਥਾਂ 'ਤੇ, ਪੂਰੀ ਫੈਮਿਲੀ ਸਾਨੂੰ ਨਾਲ ਲੈ ਕੇ ਜਾਂਦੀ ਸੀ ਅਤੇ ਦਸਵੰਧ ਕੱਢਦੇ ਸੀ। ਅਤੇ ਇਸ ਤਰ੍ਹਾਂ ਦੇ ਬੜੇ ਫੈਮਿਲੀ ਆ, ਜਿਹੜੀ ਤੁਸੀਂ ਗੱਲ ਕੀਤੀ ਆਹ ਇੱਕ ਹਿੰਦੂ ਜੋੜੇ ਦੀ ਜਿਹਨਾਂ ਕੋਲ ਸ਼ੇਰ ਸਿੰਘ ਸ਼ੇਰ ਰਹਿ ਰਿਹਾ ਸੀ, ਸ਼ਾਇਦ ਤੁਸੀਂ ਉਹ ਬਜ਼ੁਰਗ ਜੋੜਾ, ਉਹਦੇ ਬਾਰੇ ਵੀ ਮੈਂ ਨਾਂ ਨਹੀਂ ਦਿੱਤਾ ਕਿ ਕਿੱਥੇ ਦਾ ਸੀ ਉਹ, ਇੱਥੇ ਲੁਧਿਆਣੇ ਸ਼ਹਿਰ 'ਚ ਇੱਕ ਕਸਬੇ 'ਚ ਇੱਕ ਬਜ਼ੁਰਗ ਜੋੜਾ ਸੀ, ਉੱਥੇ ਸ਼ੇਰ ਸਿੰਘ ਸ਼ੇਰ, ਉਹਨਾਂ ਦਿਨਾਂ 'ਚ ਉਹਨੇ ਇੱਕ ਆਪਣੀ LB ਬਣਾਈ ਸੀ, SYL ਦਾ ਇੰਜੀਨੀਅਰ, ਹੈ ਨਾ, ਉਸ ਬੇਸਿਸ 'ਤੇ ਉਹ ਆਈਡੈਂਟੀ ਬਣਾ ਕੇ ਉਹ ਉਹਨਾਂ ਕੋਲ ਰਹਿੰਦਾ ਸੀ। ਉਹਨਾਂ ਕੋਲ ਰਹਿੰਦੇ ਰਹਿੰਦੇ ਉਹਨਾਂ ਦਾ ਉਹਨਾਂ ਨਾਲ ਇੰਨਾ ਪਿਆਰ ਹੋ ਗਿਆ, ਜਿਹੜਾ ਹਿੰਦੂ ਜੋੜਾ ਸੀ ਬਜ਼ੁਰਗ, ਉਹਨਾਂ ਦੇ ਬੱਚੇ ਬਾਹਰ ਸੀਗੇ ਕਿਤੇ, ਕਿਉਂਕਿ ਉਹਨੇ ਦੇਖਿਆ ਕਿ ਐਡਾ ਜਾਣੀ ਕਿ ਨੌਜਵਾਨ ਵਧੀਆ, ਐਡੇ ਕਰੈਕਟਰ ਵਾਲਾ, ਅਤੇ ਉਹ ਉਹਨਾਂ ਨੇ ਆਪਣੇ ਮੁੰਡੇ ਮੰਗੀ ਉਹਨੂੰ ਸਮਝਣ ਲੱਗ ਪਏ। ਮੈਂ ਵੀ 2 ਦਿਨ ਜਾ ਕੇ ਉੱਥੇ ਰਿਹਾ ਹਾਂ ਜੀ,
ਅਤੇ ਉਹਨਾਂ ਨੂੰ ਕੁਛ ਨਹੀਂ ਸੀ ਪਤਾ, ਉਹ ਸੋਚਦੇ ਸੀ ਕਿ ਉਹ ਇੰਜੀਨੀਅਰ ਹੈ ਐਸ ਵਾਈ ਐਲ ਦੇ ਵਿੱਚ। ਫਿਰ ਜਦੋਂ ਸ਼ੇਰ ਸਿੰਘ ਸ਼ੇਰ ਇੱਥੋਂ ਲੁਧਿਆਣੇ 'ਚੋਂ ਫੜਿਆ ਜਾਂਦਾ, ਬਲੈਕ ਕੈਟਸ ਨੇ ਚੱਕ ਲਿਆ ਅਤੇ ਉਹਨੂੰ ਉਸੇ ਦਿਨ ਉਹਨਾਂ ਨੇ ਸ਼ਹੀਦ ਕਰ ਦਿੱਤਾ ਬਹੁਤ ਅੰਨਾ ਤਸ਼ੱਦਦ ਕਰਕੇ। ਫਿਰ ਕਾਫੀ ਚਿਰ ਬਾਅਦ ਮੈਂ ਸੋਚਿਆ ਕਿ ਉਹ ਜੋੜਾ ਤਾਂ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਉਹਦੇ ਬਾਰੇ ਤਾਂ ਕਿਸੇ ਨੂੰ ਵੀ ਨਹੀਂ ਪਤਾ, ਮੈਨੂੰ ਹੀ ਪਤਾ, ਮੈਨੂੰ ਉਹ ਲੈ ਕੇ ਗਿਆ ਸੀ ਸ਼ੇਰ ਸਿੰਘ ਸ਼ੇਰ ਕੀ। ਅਕਸਰ ਆਪਾਂ ਨੂੰ ਥੋੜ੍ਹਾ ਬਹੁਤਾ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਕੁਛ, ਹੈ ਨਾ ਜੀ, ਭਾਵੇਂ ਇੱਕ ਤਰ੍ਹਾਂ ਦਾ ਰਿਸਕ ਵੀ ਹੁੰਦਾ। ਫਿਰ ਮੈਂ 10-15 ਦਿਨਾਂ ਬਾਅਦ ਇੱਥੇ ਆਇਆ ਅਤੇ ਸ਼ੇਰ ਸਿੰਘ ਸ਼ੇਰ ਦੇ ਜਿਹੜੇ ਦੋਸਤ ਸੀਗੇ ਗੁਰਮੀਤ ਸਿੰਘ ਮੀਤਾ, ਉਹਨਾਂ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਪਰਿਵਾਰ ਆ ਜਿਹੜਾ ਬੱਚਿਆਂ ਵਾਂਗ ਉਹਨਾਂ ਨੂੰ ਰੱਖ ਰਿਹਾ ਸੀ, ਅਤੇ ਉਹ ਤਾਂ ਬਹੁਤ ਫਿਕਰਮੰਦ ਹੁੰਦਾ, ਆਪਾਂ ਕਿਸੇ ਤਰੀਕੇ ਨਾਲ ਜਾ ਕੇ ਉਹਨਾਂ ਨੂੰ ਦੱਸ ਦਿਓ ਜੀ ਕਿ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ। ਫਿਰ ਮੈਂ ਦੂਸਰੀ ਵਾਰ ਗਿਆ, ਉਹ ਫਿਰ ਜਾ ਕੇ ਉਹਨਾਂ ਨੂੰ ਦੱਸ ਕੇ ਆਇਆ ਕਿ ਉਹ ਜਿਹੜਾ ਬੰਦਾ ਰਹਿੰਦਾ ਸੀ ਉਹ ਰੀਅਲ ਏ ਸੀ, ਰੀਅਲ ਆ ਬੰਦਾ ਸੀ, ਅਤੇ ਉਹ ਸ਼ਹੀਦ ਹੋ ਗਿਆ। ਉਹ ਬਹੁਤ ਰੋਏ, ਉਸ ਤੋਂ ਬਾਅਦ ਤਾਂ ਪਤਾ ਨਹੀਂ ਕੀ ਵਾਪਰਿਆ ਹੋਣਾ, ਜਾਣੀ ਕਿ ਉਹਨਾਂ ਦਾ ਇਹ ਰਿਲੇਸ਼ਨ ਸੀਗਾ। ਇੱਦਾਂ ਦੇ ਸਾਡੇ ਇਹ ਜਿਹੜੀ ਸਟੋਰੀ ਸਟੇਟ ਨੇ ਕ੍ਰੀਏਟ ਕੀਤੀ ਆ, ਭਾਵੇਂ ਉਹਨੇ ਬਹੁਤ ਜਿਹੜੀਆਂ ਜਿੱਦਾਂ ਹੁਣ ਬੱਸਾਂ ਟ੍ਰੇਨਾਂ ਵਾਲਾ ਕਰਕੇ, ਉਹ ਤਾਂ ਆਈਸੋਲੇਟਡ ਇੱਕ ਈਵੈਂਟ ਸੀਗੇ, ਇੱਕ ਇਹਨਾਂ ਦੇ ਜ਼ਿਆਦਾ ਓਪਰੈਸ਼ਨ ਕਰਕੇ ਕੁਛ ਲੋਕਲ ਲੈਵਲ ਦੇ ਬੰਦਿਆਂ ਨੇ ਉਹ ਕੀਤੀਆਂ ਕੁਛ, ਅਤੇ ਕਿਤੇ ਮਿਲੀਟੈਂਟ ਮੂਵਮੈਂਟ ਦੀ ਲੀਡਰਸ਼ਿਪ ਦੀ ਕਿਤੇ ਵੀ ਕੋਈ ਵੀ ਪੋਲਸੀ ਸੰਤਾਂ ਤੋਂ ਲੈ ਕੇ ਪੰਥਕ ਕਮੇਟੀ ਤੱਕ ਕਿਤੇ ਵੀ ਬਿਲਕੁਲ ਨਹੀਂ ਸੀ ਕਿ ਕਿਸੇ ਨੂੰ ਉਹਦੇ ਰਿਲੀਜਨ ਕਰਕੇ, ਉਹਦੇ ਵਿਚਾਰਾਂ ਕਰਕੇ, ਜਾਂ ਉਹਦੀ ਸੋਚ ਕਰਕੇ ਕਿਸੇ ਨੂੰ ਦੁਸ਼ਮਣ ਬਣਾਉਣਾ ਜਾਂ ਉੱਤੇ ਕੋਈ ਐਕਸ਼ਨ ਲੈਣਾ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਭਾਈ ਸਾਹਿਬ, ਤੁਹਾਡਾ ਜਿਹੜਾ ਪਹਿਲਾ ਜੀਵਨ ਸੀਗਾ ਸ਼ੁਰੂਆਤੀ ਦੌਰ ਤੋਂ ਬਚਪਨ ਤੋਂ, ਉਹ ਕਿੱਦਾਂ ਦਾ ਸੀਗਾ? ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ? ਗੁਰਸਿੱਖੀ ਵਾਲਾ ਸੀ ਜਾਂ ਕਿਵੇਂ ਸੀ? ਤੁਸੀਂ ਆਪਣੇ ਬਾਰੇ ਜ਼ਰੂਰ ਦੱਸੋ। ਹਾਂ, ਆਹੀ ਘਰ ਹੈ ਮੇਰਾ, ਇਹ 1965 ਦਾ ਬਣਿਆ, ਮੈਂ ਉਦੋਂ ਦਾ ਇੱਥੇ ਹੀ ਹਾਂ, ਅਤੇ ਮੇਰਾ ਬਰਥ 61 ਦਾ ਆ, ਉਹ ਵੀ ਲੁਧਿਆਣੇ ਦਾ ਹੀ, ਅਤੇ ਮੇਰੇ ਫਾਦਰ ਇੱਥੇ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ, ਅਤੇ ਇੱਥੇ ਹੀ ਪੜ੍ਹਾਇਆ ਉਹਨਾਂ ਨੇ, ਅਤੇ ਅਸੀਂ ਇੱਥੇ ਰਹੇ ਹਾਂ, ਅਤੇ ਮੇਰੀ ਇੱਥੋਂ ਦੀ ਸਕੂਲਿੰਗ ਆ, ਅਤੇ ਇੱਥੋਂ ਦੀ ਕਾਲਜ ਐਜੂਕੇਸ਼ਨ ਆ, ਇੱਥੋਂ ਦੀ ਯੂਨੀਵਰਸਿਟੀ ਐਜੂਕੇਸ਼ਨ ਆ, ਅਤੇ ਜਦੋਂ ਯੂਨੀਵਰਸਿਟੀ ਦੇ ਵਿੱਚ ਮੈਂ ਸੀ ਉਹਨਾਂ ਦਿਨਾਂ 'ਚ, ਫਿਰ ਇਹ 84 ਹੋ ਗਿਆ, ਅਤੇ ਫਿਰ ਅਸੀਂ ਜੋ ਸਾਡਾ ਫਰਜ਼ ਬਣਦਾ ਸੀ, ਜੋ ਪੰਥ ਦੀ ਇੱਕ ਸਾਧਾ ਹੀ, ਜੋ ਸੰਤ ਸ਼ੁਰੂ ਧਾਰਮਿਕ ਬਿਰਤੀ ਵਾਲੀ ਸੀਗੇ ਜਿਵੇਂ ਵੀ। ਹਾਂ, ਸਾਡੇ ਫੈਮਿਲੀ ਵਿੱਚ ਮੇਰੇ ਮਦਰ ਬਹੁਤ ਧਾਰਮਿਕ ਬਿਰਤੀ ਵਾਲੇ ਸੀ, ਸਦਾ ਪਾਠ ਸਿਮਰਨ ਕਰਨ ਵਾਲੇ, ਅਤੇ ਮੇਰੇ ਬਾਬਾ ਜੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਸ ਵੇਲੇ, ਅਤੇ ਹਾਂ, ਪਰ ਇਸ ਤਰ੍ਹਾਂ ਵੀ ਹੈ ਨਹੀਂ ਸੀ ਕਿ ਮੈਂ ਕੋਈ ਬਹੁਤ ਧਾਰਮਿਕ ਸੀ ਸ਼ੁਰੂ 'ਚ, ਨਾ ਮੈਂ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਇੱਕ ਦ੍ਰਿਸ਼ 'ਤੇ ਆਉਂਦੇ ਨੇ ਪੰਜਾਬ ਦੇ ਸਿੱਖ ਕੌਨਸ਼ੀਅਸਨੈਸ ਦੇ, ਉਦੋਂ ਮੈਨੂੰ ਲੱਗਿਆ ਕਿ ਇਹ ਜਿਹੜੀ ਪਰਸਨੈਲਿਟੀ ਆ ਸੰਤ, ਇਹ ਡਿਫਰੈਂਟ ਆ, ਉਦੋਂ ਜਿੱਦਾਂ ਇਹ ਕੋਈ ਗੱਲ ਹੈਗੀ ਆ ਕੋਈ 80s, ਉਦੋਂ ਜਾਣੀ ਕਿ ਜਿੱਦਾਂ ਮੇਰੇ ਮੰਗੇ ਹੋਰ ਬਹੁਤ ਜਾਣੇ ਜਿਹੜੇ ਨੌਜਵਾਨ ਸੀਗੇ, ਜਿਨ੍ਹਾਂ ਦਾ ਅਸਲ ਜਿਹਨਾਂ ਲਈ ਪੰਥ ਅਵਲ ਸੀ, ਜਿਨ੍ਹਾਂ ਲਈ ਗੁਰੂ ਅਵਲ ਸੀ, ਉਹ ਕੁਦਰਤੀ ਅਚੇਤ ਰੂਪ 'ਚ ਸੰਤਾਂ ਵੱਲੋਂ ਖਿੱਚੇ ਗਏ, ਕਿਉਂਕਿ ਉਹ ਵੱਡੀ ਸ਼ਖਸੀਅਤ ਸੀ ਅਤੇ ਉਹ ਗੁਰੂ ਵੱਲੋਂ ਭੇਜੇ ਪੁਰਾਣੇ ਸ਼ਹੀਦ ਹੀ ਸੀ, ਜਿਨ੍ਹਾਂ ਨੇ ਹੁਣ ਦੇ ਸਮਿਆਂ 'ਚ ਉਹ ਗੁਰੂ ਖਾਲਸੇ ਦਾ ਇੱਕ ਜੋ ਕਰੈਕਟਰ ਆ ਉਹ ਲਿਵ ਕਰਨਾ ਸੀ, ਉਹ ਲੋਕਾਂ ਨੂੰ ਯਾਦ ਕਰਾਉਣਾ ਸੀ ਕਿ ਅੱਜ ਵੀ ਖਾਲਸਾ ਉਹੀ ਆ, ਉਹ ਹਿਸਟਰੀ ਦੁਹਰਾਉਣੀ ਸੀ ਸਾਰੀ, ਅਤੇ ਜਿਹੜੇ ਖਾਲਸੇ ਦੇ ਰਾਹ ਆ ਉਹ ਮੁੜ ਪ੍ਰਵਾਹਿਤ ਕਰਨੇ ਸੀ, ਦਰਬਾਰ ਸਾਹਿਬ ਦੀ ਜਿਹੜੀ ਜੰਗ ਆ ਸ਼ਹਾਦਤ ਰਾਹੀਂ। ਫਿਰ ਜਦੋਂ ਉਹ ਆਏ ਅਸੀਂ ਇੱਧਰ ਨੂੰ ਕੁਦਰਤੀ ਸ਼ਿਫਟ ਹੋ ਗਏ, ਅਸੀਂ ਕੇਸ ਰੱਖ ਲਏ ਮੈਂ, ਫਿਰ ਉਸ ਤੋਂ ਬਾਅਦ ਅੰਮ੍ਰਿਤ ਵੀ ਛਕ ਲਿਆ। ਅੱਛਾ, ਪਹਿਲਾਂ ਕਟਿੰਗ ਸੀਗੀ ਕਾਲਜ ਟਾਈਮ ਤੇ, ਤੁਸੀਂ ਕਟਿੰਗ ਜੈਂਕੀ ਸ਼ੈਂਕੀ ਕਟਿੰਗ ਵੀ ਰਹੀ ਆ, ਪਰ ਫਿਰ ਜਦੋਂ ਸੰਤਾਂ ਦਾ ਆਇਆ ਏ ਅਤੇ ਉਦੋਂ ਮੈਨੂੰ ਇਹ ਪਤਾ ਲੱਗ ਗਿਆ ਸੀ ਇੱਕ ਹੋਰ ਹੀ ਲੈਵਲ 'ਤੇ ਕਿ ਸਾਡਾ ਫਿਊਚਰ ਕੋਈ ਹੋਰ ਆ, ਜਿਹੜੀ ਪੜ੍ਹਾਈ ਆ ਇਹ ਕੰਪਲੀਟ ਨਹੀਂ ਹੋਣੀ ਜੀ। ਇਹਨੂੰ ਮੈਂ ਹੁਣ ਐਕਸਪਲੇਨ ਨਹੀਂ ਕਰ ਸਕਦਾ ਕਿਵੇਂ ਪਤਾ ਲੱਗ ਗਿਆ ਸੀ, ਪਰ ਮੈਨੂੰ ਬਹੁਤ ਕਲੀਅਰ ਸੀ
ਜੀ ਇਹ 82 ਦੇ ਵਿੱਚ ਵੀ ਕਿ ਜਦੋਂ ਸੰਤ ਉਹਨਾਂ ਦੇ ਸਟੇਟਮੈਂਟਸ ਆਉਂਦੇ ਜੋ ਐਕਟ ਕਰਦੇ ਮੈਂ ਕਦੀ ਉਹਨਾਂ ਨੂੰ ਮਿਲਣ ਨਹੀਂ ਗਿਆ ਮੈਨੂੰ ਉਸ ਤਰ੍ਹਾਂ ਹੀ ਪਤਾ ਸੀਗਾ ਇਸ ਕਰਕੇ ਇੱਧਰ ਨੂੰ ਧਿਆਨ ਹੋ ਗਿਆ ਕਲੋਜ਼ਲੀ ਵਾਚ ਕਰਦੇ ਰਹੇ ਫਿਰ ਜਦੋਂ 84 ਹੋਇਆ 84 ਜੂਨ 6 ਦੀ ਗੱਲ ਆ ਜਦੋਂ ਇਹ ਗੱਲ ਆਈ ਕਿ ਸੰਤਾਂ ਦੀ ਬੋਡੀ ਮਿਲ ਗਈ ਆ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਬਸ ਉਹ ਫਿਰ ਟਰਨਿੰਗ ਪੁਆਇੰਟ ਸੀ ਉੱਥੇ ਫਿਰ ਅਸੀਂ ਆਪਣੇ ਦੋਸਤਾਂ ਨਾਲ ਰਣਜੀਤ ਸਿੰਘ ਗਿੱਲ ਅਤੇ ਸੁਖਮਿੰਦਰ ਸਿੰਘ ਸੰਧੂ ਅਸੀਂ ਇੱਥੇ ਦੋਸਤ ਸੀਗੇ ਯੂਨੀਵਰਸਿਟੀ ਪੜ੍ਹਦੇ ਅਤੇ ਅਸੀਂ ਤਕਰੀਬਨ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਸੀ ਕਿ ਹੁਣ ਅਗਲਾ ਸਾਡਾ ਰਾਹ ਕਿਹੜਾ ਆ ਕਿ ਹੁਣ ਜਿਹੜੀ ਗੱਲਬਾਤ ਦੀ ਆ ਡਾਇਲੋਗ ਦੀ ਆ ਉਹ ਗੱਲ ਖਤਮ ਹੋ ਚੁੱਕੀ ਆ ਜਦੋਂ ਦੁਸ਼ਮਣ ਵੱਲੋਂ ਦਰਬਾਰ ਸਾਹਿਬ ਢਾਹ ਦਿੱਤਾ ਗਿਆ ਅਕਾਲ ਤਖ਼ਤ ਢਾਹ ਦਿੱਤਾ ਗਿਆ ਅਤੇ ਸੰਤਾਂ ਨੂੰ ਸ਼ਹਾਦ ਕਰ ਦਿੱਤਾ ਗਿਆ ਜਿਹੜੇ ਇਸ ਵਕਤ ਸਾਡੇ ਸਭ ਤੋਂ ਵੱਡੇ ਸਾਡੇ ਪੰਥ ਵਿੱਚ ਸਭ ਤੋਂ ਵੱਡੀ ਸ਼ਖਸੀਅਤ ਸੀ ਕਿ ਹੁਣ ਅੱਗੇ ਗੱਲਬਾਤ ਹਥਿਆਰਾਂ ਨਾਲ ਹੀ ਹੋਣੀ ਆ ਗੋਲੀ ਸਿੱਕੇ ਨਾਲ ਹੀ ਹੋਣੀ ਅਸੀਂ ਫਿਰ ਉਸੇ ਦਿਨ 6 ਜੂਨ ਤੋਂ ਬਿਲਕੁਲ ਕਲੀਅਰ ਸੀ ਉਸੇ ਦਿਨ ਤੁਰ ਪਏ ਅਤੇ ਉਸੇ ਦਿਨ ਅਸੀਂ ਫਿਰ ਉਹ ਸਾਰਾ ਆਰਗਨਾਈਜੇਸ਼ਨ ਲਾਮਬੰਦੀ ਸ਼ੁਰੂ ਕਰ ਦਿੱਤੀ ਬੰਦੇ ਜਿਹੜੇ ਇਸ ਫੀਲਡ 'ਚ ਉਹਨਾਂ ਨੂੰ ਲੱਭਣਾ ਸ਼ੁਰੂ ਦਰਬਾਰ ਸਾਹਿਬ ਗਏ ਤੁਸੀਂ ਪਹਿਲਾਂ ਹਾਂ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਗਏ ਦੇਖਿਆ ਸਾਰਾ ਕੁਛ ਉੱਥੇ ਜੋ ਕੁਛ ਹੋਇਆ ਜਦੋਂ ਫਸਟ ਟਾਈਮ ਦਰਬਾਰ ਸਾਹਿਬ ਜਦੋਂ ਇਹਨਾਂ ਨੇ ਖੋਲ੍ਹਿਆ ਸਭ ਤੋਂ ਪਹਿਲਾਂ ਜਿਹੜੇ ਖੋਲ੍ਹਣ ਵਾਲਿਆਂ 'ਚ ਅਸੀਂ ਗਏ ਅਸੀਂ ਦੇਖਿਆ ਉਦੋਂ ਸਾਰਾ ਕੁਛ ਕਾਫੀ ਕੁਛ ਉੱਥੇ ਉੱਦਾਂ ਹੀ ਸੀ ਕਾਲ ਤਖ਼ਤ ਆਇਆ ਸੀ ਈਵਨ ਉੱਥੇ ਖੂਨ ਦੇ ਧੱਬੇ ਵੀ ਸੀ ਸਭ ਕੁਛ ਸੀਗਾ ਅਸੀਂ ਦੇਖਿਆ ਹਨ ਫਿਰ ਅਸੀਂ ਬਿਲਕੁਲ ਕਲੀਅਰ ਸੀ ਫਿਰ ਅਸੀਂ ਕੌਣ ਕੌਣ ਸੀ ਤੁਸੀਂ ਕੁੱਕੀ ਗਿੱਲ ਹੋਣੀ ਹਾਂ ਰਣਜੀਤ ਸਿੰਘ ਅਸੀਂ ਦੋ ਹੀ ਜਣੇ ਗਏ ਕੁੱਕੀ ਫਸਟ ਡੇ ਜਿਹੜਾ ਹਾਂ ਫਸਟ ਡੇ ਫਿਰ ਅਸੀਂ ਇੱਧਰ ਨੂੰ ਜਾਣ ਲਈ ਜਾਣੀ ਕਿ ਬੱਬਰ ਖਾਲਸਾ ਦੇ ਜਿਹੜੇ ਮੌਤ ਮੇਨ ਸਿੰਘ ਸੀਗੇ ਭਾਈ ਅਨੋਖ ਸਿੰਘ ਭਾਈ ਸੁਲੱਖਣ ਸਿੰਘ ਭਾਈ ਸੁਖਵਿੰਦਰ ਸਿੰਘ ਮਾਸਟਰ ਭਾਈ ਸੁਖਵੰਤ ਸਿੰਘ ਉਰਫ ਹੀਰਾ ਸਿੰਘ ਅਤੇ ਇਹ ਸਾਰਿਆਂ ਨੂੰ ਕੰਟੈਕਟ ਕਰ ਲਿਆ ਦੂਸਰੇ ਪਾਸੋਂ ਜਿਹੜੇ ਟਕਸਾਲ ਫੈਡਰੇਸ਼ਨ ਵਾਲੇ ਜਿਹੜੇ ਚਰਨਜੀਤ ਸਿੰਘ ਚੰਨੀ ਮਨਵੀਰ ਸਿੰਘ ਬਲਵੀਰ ਸਿੰਘ ਮਥੁਰਾ ਸਿੰਘ ਅਤੇ ਹੋਰ ਬਹੁਤ ਸਿੰਘ ਅਸੀਂ ਉਹਨਾਂ ਦਿਨਾਂ 'ਚ ਜਦੋਂ ਹਾਲੇ ਅਸੀਂ ਘਰ ਹੀ ਸੀਗੇ ਕੰਟੈਕਟ ਕਰ ਲਿਆ ਸੀ ਏ ਸੀ ਉੱਪਰ ਉੱਪਰ ਹੀ ਇੱਥੇ ਅਸੀਂ ਸਾਰੇ ਇਕੱਠੇ ਵੀ ਹੋਣ ਲੱਗ ਪਏ ਜਿੱਥੇ ਆਪਾਂ ਬੈਠੇ ਹਾਂ ਅਤੇ ਫਿਊਚਰ ਬਾਰੇ ਸੋਚਣ ਵੀ ਲੱਗ ਪਏ ਇੱਕ ਰਫ ਜਿਹਾ ਆਈਡੀਆ ਵੀ ਜਦੋਂ ਉੱਥੇ ਹਮਲਾ ਹੋਇਆ ਤਾਂ ਉਦੋਂ ਸ਼ਹਾਦਤਾਂ ਕਿੰਨੀਆਂ ਹੋਈਆਂ ਸੀਗੀਆਂ ਸਿੰਘਾਂ ਦੀਆਂ ਜਾਂ ਉੱਥੇ ਸੰਗਤ ਦੀਆਂ ਹਜ਼ਾਰਾਂ ਵਿੱਚ ਹੋਈਆਂ ਹਜ਼ਾਰਾਂ ਵਿੱਚ ਕਿਉਂਕਿ ਸੰਗਤ ਨਾਲ ਤਾਂ ਹੈ ਨਹੀਂ ਡਿਫਰੈਂਟ ਡਿਫਰੈਂਟ ਫਿਗਰਸ ਆ ਪਰ ਜਿੰਨੇ ਫਿਗਰਸ ਆਏ ਆ ਉਸ ਤੋਂ ਜ਼ਿਆਦਾ ਹੋਈ ਹੈ ਮੇਰਾ ਖਿਆਲ ਅਰਾਊਂਡ 4-5 ਥਾਊਜ਼ੰਡ ਜਿਹੜੀ ਆਮ ਪਬਲਿਕ ਦਾ ਜ਼ਰੂਰ ਹੋਇਆ ਹੋਏਗਾ ਪਰ ਉੱਥੇ ਇਹਨਾਂ ਦਾ ਮਿਲਟਰੀ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਵੀ ਇਹਨਾਂ ਨੇ ਸਹੀ ਨਹੀਂ ਦੱਸਿਆ ਅਤੇ ਪਬਲਿਕ ਦਾ ਵੀ ਸਹੀ ਨਹੀਂ ਦੱਸਿਆ ਐਸ ਜੀ ਪੀ ਸੀ ਨੇ ਆਪਣੇ ਫਿਗਰ ਦਿੱਤੇ ਆ ਕਈਆਂ ਨੇ ਹੋਰ ਫਿਗਰ ਦਿੱਤੇ ਆ ਪਰ ਉੱਥੇ ਸੰਗਤ ਦਾ ਬਹੁਤ ਨੁਕਸਾਨ ਹੋਇਆ ਅਤੇ ਬਹੁਤ ਬੋਡੀਜ਼ ਇਹਨਾਂ ਨੇ ਸਾੜ ਦਿੱਤੀਆਂ ਟਰੱਕਾਂ 'ਚ ਪਾ ਪਾ ਕੇ ਲੈ ਕੇ ਗਏ ਉਹ ਤਾਂ ਇੱਕ ਡਾਕੂਮੈਂਟਡ ਆ ਕਿ ਨਹੀਂ ਕਿ ਉਹ ਬੰਦੇ ਕੌਣ ਸੀਗੇ ਅਤੇ ਅੱਜ ਜਿਹੜਾ ਅਸੀਂ ਹੁਣ ਆਪਾਂ ਇਕੱਠੇ ਹੋਏ ਤੁਸੀਂ ਆਏ ਆਪਾਂ ਜਿਹੜੀ ਜ਼ਿਆਦਾ ਗੱਲ ਮੈਂ ਕਰਨੀ ਚਾਹਾਂਗਾ ਜੀ ਉਹ ਆਪਣੇ ਸ਼ਹੀਦ ਸਾਥੀਆਂ ਬਾਰੇ ਕਰਨਾ ਚਾਹਾਂ ਜਿਨ੍ਹਾਂ ਦੀ 9 ਅਕਤੂਬਰ ਨੂੰ ਬਰਸੀ ਆ ਰਹੀ ਸ਼ਹੀਦ ਸਰਦਾਰ ਹਰਜਿੰਦਰ ਸਿੰਘ ਜਿਹਨੂੰ ਆਪਾਂ ਜਿੰਨਾ ਕਿ ਜਿੰਦਾ ਕਹਿੰਦੇ ਹਾਂ ਅਤੇ ਭਾਈ ਸੁਖਦੇਵ ਸਿੰਘ ਜਿਹਨੂੰ ਸੁੱਖਾ ਕਹਿੰਦੇ ਅਤੇ ਪਿਆਰ ਨਾਲ ਆਪਣੇ ਸਿੱਖੀ ਸਿੱਖ ਨੂੰ ਸਿੱਖ ਜਿੰਦਾ ਸੁੱਖਾ ਕਹਿੰਦੇ ਸੁੱਖਾ ਜਿੰਦਾ ਜੋੜੀ ਵੰਗ ਅਤੇ ਉਹਨਾਂ ਦਾ ਬਹੁਤ ਜ਼ਿਆਦਾ ਵੱਡਾ ਰੁਤਬਾ ਬਹੁਤ ਕਦ ਅਤੇ ਸਾਰੇ ਸਿੱਖ ਸਾਰੀ ਦੁਨੀਆਂ 'ਚ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਇਹ ਬਾਰੇ ਆਪਾਂ ਜੀ ਮੁਲਾਕਾਤ ਠੀਕ ਮੈਂ ਜ਼ਰੂਰ ਆਪਾਂ ਉਹਨਾਂ 'ਤੇ ਵੀ ਜ਼ਰੂਰ ਆ ਰਹੇ ਹਾਂ ਮੈਂ ਚਾਹੁੰਦੀ ਸੀ ਵੀ ਤੁਹਾਡੇ ਬਾਰੇ ਵੀ ਅਸੀਂ ਥੋੜ੍ਹਾ ਬਹੁਤਾ ਜਾਣ ਲੈਂਦੇ ਚਲੋ ਅਸੀਂ ਜੇ ਭਾਈ ਸੁੱਖਾ ਅਤੇ ਭਾਈ ਜਿੰਦਾ ਦੀ ਵੀ ਗੱਲ ਕਰਦੇ ਹਾਂ ਤਾਂ ਇਹ ਤੁਹਾਨੂੰ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਕਾਫੀ ਲਿਬਰੇਸ਼ਨਸ ਨੂੰ ਜਾਂ ਮਿਲ ਲੈਂਦੇ ਉਹ ਤੋਂ ਬਾਅਦ ਇਹ ਕਿੱਥੇ ਮਿਲਦੇ ਤੁਹਾਨੂੰ ਹਾਂ ਜਿਵੇਂ ਮੈਂ ਦੱਸਿਆ ਕਿ ਅਸੀਂ ਬਹੁਤ ਸਿੰਘਾਂ ਨਾਲ ਕੰਟੈਕਟ ਕਰ ਲਿਆ ਜਾਂ ਉਹਨਾਂ ਨੇ ਸਾਨੂੰ ਕੰਟੈਕਟ ਕਰ ਲਿਆ ਇੱਕ ਸੁਭਾਅ ਹੀ ਬਣਨਾ ਹੁੰਦਾ ਜਦੋਂ ਤੁਸੀਂ ਕਿਸੇ ਦੀ ਭਾਲ ਕਰਦੇ ਅਤੇ ਗੁਰੂ ਉਹ ਹੈਲਪ ਕਰਦਾ ਉਹ ਬਣਾ ਦਿੰਦਾ ਰਾਹ ਇਹ ਸਾਰੇ ਸਿੰਘ ਜੁਲਾਈ ਜੂਨ 84 ਟੂ ਦਸੰਬਰ 84 ਤੱਕ ਅਸੀਂ ਸਾਰੇ ਇਹਨਾਂ ਨਾਲ ਕੰਟੈਕਟ ਕਰ ਲਿਆ ਸੀ
ਅਤੇ ਅਸੀਂ ਸਮਾਨ ਵੀ ਇਕੱਠਾ ਸ਼ੁਰੂ ਕਰਨਾ ਅਤੇ ਅਸੀਂ ਈਵਨ ਐਕਸ਼ਨ ਵੀ ਕਰਨੇ ਸ਼ੁਰੂ ਕਰ ਦਿੱਤੇ ਸੀ ਘਰੇ ਰਹਿ ਕੇ। ਇਹ ਫਿਰ ਜਦੋਂ ਸਾਨੂੰ ਮਥੁਰਾ ਸਿੰਘ ਨਾਲ ਕੰਟੈਕਟ ਹੋਇਆ, ਮਥੁਰਾ ਸਿੰਘ ਹੁਣੀ ਦਿੱਲੀ ਸਟੇਸ਼ਨ ਸੀਗੇ, ਅਤੇ ਉਹਨਾਂ ਨਾਲ ਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਬਲਜਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਉਰਫ ਕੇ ਸੀ ਸ਼ਰਮਾ, ਇਹ ਪੰਜ ਜਣੇ ਜਿਨ੍ਹਾਂ ਨੇ ਕਲੀਨ ਸ਼ੇਵਡ ਹੋ ਗਏ ਸੀ ਆਫਟਰ 84। ਮਥੁਰਾ ਸਿੰਘ ਨੂੰ ਭਾਈ ਬਖਸ਼ੀਸ਼ ਸਿੰਘ ਨੇ, ਜੋ ਸੰਤਾਂ ਦੇ ਬੋਡੀਗਾਰਡ ਸੀਗੇ, ਜੋ ਸੰਤਾਂ ਦੇ ਨਾਲ ਉੱਥੇ ਸ਼ਹੀਦ ਹੋਏ ਕਾਲ ਤਖ਼ਤ 'ਤੇ, ਉਹਨਾਂ ਨੇ ਪਹਿਲਾਂ ਹੀ ਬਾਹਰ ਭੇਜ ਦਿੱਤਾ ਸੀ ਕਿ ਤੁਸੀਂ ਬਾਅਦ 'ਚ ਜਾ ਕੇ ਸਟਰਗਲ ਕਰਿਓ ਜੀ। ਉੱਥੋਂ ਸੰਤਾਂ ਨੇ ਬਹੁਤ ਸਿੰਘਾਂ ਨੂੰ, ਈਵਨ ਮਨਵੀਰ ਸਿੰਘ ਹੋਣਾ ਨੂੰ ਵੀ ਇਸ ਤਰ੍ਹਾਂ ਹੀ ਬੰਬੇ ਭੇਜ ਦਿੱਤਾ ਸੀ ਮਥੁਰਾ ਸਿੰਘ ਨੂੰ ਬਾਹਰ। ਫਿਰ ਇਹਨਾਂ ਨੇ ਬਾਹਰ ਆ ਕੇ ਉਸੇ ਤਰੀਕੇ ਨਾਲ ਔਰਗਨਾਈਜੇਸ਼ਨ ਸਾਰਿਆਂ ਨੂੰ ਲਾਮਬੰਦ ਕੀਤਾ। ਮਥੁਰਾ ਸਿੰਘ ਹੋਣਾ ਨੇ ਆਪਣਾ ਦਿੱਲੀ ਸੈਟਅਪ ਕੀਤਾ, ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ, ਇਹਨਾਂ ਸਾਰਿਆਂ ਨੂੰ ਇਕੱਠਿਆਂ ਕੀਤੀਆਂ ਅਤੇ ਇਹ ਦਿੱਲੀ ਆ ਕੇ ਇਕੱਠੇ ਹੋ ਗਏ। ਜਦੋਂ ਇੱਥੇ ਸਾਨੂੰ ਮਥੁਰਾ ਸਿੰਘ ਮਿਲਿਆ ਤਾਂ ਅਸੀਂ ਸਭ ਤੋਂ ਪਹਿਲਾਂ ਜੋ ਅਸੀਂ ਇਹ ਸੋਚਿਆ ਸੀ ਕਿ ਸੰਘਰਸ਼ ਨੂੰ ਇਕੱਠੇ ਕਰੀਏ, ਅਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਹਾਲੇ ਸਾਡੇ ਰੂਪੋਸ਼ ਵੀ ਨਹੀਂ ਸੀ ਹੋਏ, ਅਸੀਂ ਉਦੋਂ ਤੋਂ ਕੋਸ਼ਿਸ਼ ਕਰਦੇ ਆ ਰਹੇ ਕਿ ਕਿਸੇ ਤਰੀਕੇ ਨਾਲ ਸਾਰੇ ਇਕੱਠੇ ਹੋਈਏ। ਉਸ ਵਕਤ ਬੱਬਰ ਖਾਲਸਾ, ਦਮਦਮੀ ਟਕਸਾਲ ਫੈਡਰੇਸ਼ਨ ਵਿੱਚ ਕੁਛ ਡਿਫਰੈਂਸ ਸੀ, ਅਸੀਂ ਇੱਥੇ ਆਪਾਂ ਜਿੱਥੇ ਬੈਠੇ ਇੱਥੇ ਬੈਠ ਕੇ ਹੀ ਉਹਨਾਂ ਨੇ ਭਾਈ ਨੋਕ ਸਿੰਘ, ਸੁਲੱਖਣ ਸਿੰਘ, ਮਥੁਰਾ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਮਨਵੀਰ, ਅਸੀਂ ਇੱਥੇ ਗੱਲਾਂ ਬਾਤਾਂ ਉਸ ਵਿੱਚ ਕਰਦੇ ਰਹੇ ਅਤੇ ਉਹਨਾਂ ਗੱਲਾਂ ਬਾਤਾਂ ਦਾ ਸਿੱਟਾ ਨਿਕਲਿਆ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਐਕਸ਼ਨ ਪਲਾਨ ਕੀਤਾ ਕਿ ਉਸ ਵਕਤ ਇੱਥੇ 85 ਦੇ ਵਿੱਚ ਇੱਥੇ SSP AP ਪਾਂਡੇ ਸੀ, ਉਹ ਬਹੁਤ ਹੀ ਵਾਂਟਡ ਬੰਦਾ ਸੀ। ਉਹਨੇ ਬਿਫੋਰ 84 ਸੰਤ ਜਰਨੈਲ ਸਿੰਘ 'ਤੇ ਅਟੈਂਪਟ ਕੀਤੀ ਸੀ, ਅਸੈਸੀਨੇਸ਼ਨ ਅਟੈਂਪਟ ਜਿਹਨੂੰ ਮਾਨਾਵਾਲਾ ਅਟੈਂਪਟ ਕਹਿੰਦੇ ਜੀ, ਅਤੇ ਉਸ ਤੋਂ ਬਾਅਦ ਆਫਟਰ 84 ਉਹਨੇ ਗੁਰਦਾਸਪੁਰ 'ਚ ਬਹੁਤ ਸਿੰਘ ਸ਼ਹੀਦ ਕੀਤੇ ਸੀ, ਜਿਹਨਾਂ 'ਚ ਪ੍ਰਮੁੱਖ ਜਸਪਾਲ ਸਿੰਘ ਅਤੇ ਹੋਰ ਆਪਣੇ ਸੂਬਾ ਸਿੰਘ ਮਾਸਟਰ ਹੋਣੀ ਬੜੇ ਸਿੰਘ ਸ਼ਹੀਦ ਕੀਤੇ ਸੀ। ਜਦੋਂ ਇੱਥੇ ਮਥੁਰਾ ਸਿੰਘ ਅਤੇ ਸੁਲੱਖਣ ਸਿੰਘ ਉਹਨਾਂ ਨੂੰ ਪਤਾ ਲੱਗੇ ਕਿ ਉਹ ਲੁਧਿਆਣੇ ਆਏ, ਉਹਨਾਂ ਨੇ ਕਿਹਾ ਕਿ ਆਪਣੀ ਏਕਤਾ ਦਾ ਆਪਾਂ ਇਹੀ ਇਗਜ਼ਾਮਪਲ ਦਿੰਦੇ ਹਾਂ ਕਿ ਇੱਕ ਤਾਂ ਐਡਾ ਵੱਡਾ ਐਕਸ਼ਨ ਪੰਥ ਲਈ ਇੱਕ ਬੜਾ ਹੌਸਲੇ ਵਾਲੀ ਗੱਲ ਹੋਊ, ਇੱਕ ਜਦੋਂ ਇਹ ਹੋਊ ਕਿ ਟਕਸਾਲ ਵਾਲਿਆਂ ਅਤੇ ਬੱਬਰਾਂ ਨੇ ਇਕੱਠਾ ਕੀਤਾ, ਇਹ ਹੋਰ ਵੀ ਵੱਡੀ ਗੱਲ ਹੋ। ਅਸੀਂ ਫਿਰ ਇੱਥੇ ਬੈਠ ਕੇ ਪਲੈਨ ਕੀਤੀ ਅਤੇ ਉਹਦੇ ਵਿੱਚ ਫਿਰ ਸੁਲੱਖਣ ਸਿੰਘ ਉਹਨਾਂ ਨੇ ਸਮਾਨ ਲੈ ਕੇ ਆਉਂਦਾ, ਜਾਂਦਾ ਸਮਾਨ ਉਹਨਾਂ ਕੋਲ ਸੀ, ਫਿਰ ਇਹਨਾਂ ਨੇ ਮਥੁਰਾ ਸਿੰਘ, ਚਰਨਜੀਤ ਸਿੰਘ ਹੁਣ ਇਹਨਾਂ ਨੇ ਵੀ ਸਮਾਨ ਲੈ ਕੇ ਆਉਂਦਾ, ਉਹਦੇ ਵਿੱਚ ਥੌਂਪਸਨ ਗਨ ਸੀਗੀਆਂ, ਸਟੈਨ ਗਨਸ, ਪਿਸਟਲਸ, ਗ੍ਰਨੇਡਸ ਅਤੇ ਸਾਰਾ ਕੁਛ ਅਸੀਂ ਕਰਕੇ, ਅਤੇ ਅਸੀਂ ਉਸ ਬੰਦੇ 'ਤੇ ਜੋ SSP ਸੀ ਉਹਨੂੰ ਫਿਰ ਅਸੀਂ ਇੱਥੇ ਲੁਧਿਆਣੇ ਬਿਲਕੁਲ ਜਿਹੜਾ ਭਾਰਤ ਨਗਰ ਚੌਂਕ ਤੋਂ ਮਾਲ ਰੋਡ ਦੇ ਉੱਤੇ ਜਿਹੜਾ ਰੈੱਡ ਉਹ ਉੱਥੇ ਅਸੀਂ ਉਹਨੂੰ ਘੇਰਿਆ ਅੱਗੋਂ ਟਰੱਕ ਮਾਰ ਕੇ। ਉਹ ਕਿਸੇ ਕਾਰਨ ਕਰਕੇ ਉਹ ਬਚ ਗਿਆ, ਉਹਦੀ ਗੱਡੀ ਦਾ ਟਾਇਰ ਟੁੱਟ ਗਿਆ, ਅੱਗੇ ਜਾ ਕੇ ਉੱਤਰ ਗਿਆ, ਉਹਦੇ ਨਾਲ ਗਾਰਦ ਬਹੁਤ ਸੀ, ਅਸੀਂ ਉਹਨਾਂ ਨੂੰ ਕੁਛ ਨਹੀਂ ਕਿਹਾ, ਉਹਨਾਂ ਨੇ ਵੀ ਸਾਨੂੰ ਕੁਛ ਨਹੀਂ ਕਿਹਾ, ਅਸੀਂ ਉੱਚੇ ਇਹਨਾਂ ਦਾ ਕੀ ਕੁਛ ਕਹਿਣਾ। ਉਹ ਐਕਸ਼ਨ ਫੇਲ ਹੋ ਗਿਆ, ਪਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਐਡੀ ਵੱਡੀ ਅਟੈਂਪਟ ਜੁਲਾਈ 84 'ਚ ਕਿਹਨਾਂ ਨੇ ਕਰ ਦਿੱਤੀ, ਕਿ ਜਦੋਂ ਇੰਨਾ ਸਿੱਖਾਂ ਦਾ ਤਾਂ ਇਹਨਾਂ ਨੇ ਬਿਲਕੁਲ ਹੀ ਆਪਣੇ ਵੱਲੋਂ ਤਾਂ ਸਟੇਟ ਨੇ ਜਿਹੜਾ ਇਹ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਫਿਰ ਓਪਰੇਸ਼ਨ ਬਲੂ, ਉਹ ਇਹ ਕੀਤਾ ਸੀ ਕਿ ਸਿੱਖਾਂ ਦਾ ਪੂਰੀ ਤਰੀਕੇ ਨਾਲ ਲੱਕ ਤੋੜ ਦਿੱਤਾ, ਇਹ ਇੱਕ ਸਦੀ ਨਹੀਂ ਉੱਠਣਗੇ, ਉਹਨਾਂ ਨੂੰ ਬਿਲਕੁਲ ਹੀ ਇੱਕ ਤਰੀਕੇ ਨਾਲ ਡੀਮੋਰਲ ਤੋੜ ਨਹੀਂ ਕੀਤਾ ਸੀਗਾ। ਉਹ ਫਿਰ ਇਹਨਾਂ ਨੂੰ ਬਹੁਤ ਹੋ ਗਿਆ ਕਿ ਐਡੀ ਛੇਤੀ ਇਹ ਕੌਣ ਬੰਦੇ ਆ ਗਏ, ਕਿ ਐਡਾ ਤਾਂ ਐਕਸ਼ਨ ਪਹਿਲਾਂ ਵੀ ਨਹੀਂ ਸੀ ਹੋਇਆ ਕਿ ਚੌਂਕ ਸਭ ਤੋਂ ਮੇਨ ਚੌਂਕ 'ਚ SSP ਨੂੰ ਉਹਦੀ ਪੂਰੀ ਗਾਰਦ ਨਾਲ ਘੇਰ ਕੇ ਉਹਨੂੰ ਕੋਸ਼ਿਸ਼ ਕਰਨੀ ਅਟੈਂਪਟ ਦੀ। ਉਹ ਫਿਰ ਉਸ ਸੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਕੀਤੀ, ਉਹ 'ਚ ਅਸੀਂ ਰਿਪੋਸ਼ ਹੋਣਾ ਪੈ ਗਿਆ, ਸਾਡੇ ਤੱਕ ਗੱਲ ਆ ਗਈ, ਇਹਨਾਂ ਨੇ ਬਹੁਤ ਤਰੀਕੇ ਨਾਲ ਸਾਡੇ ਤੱਕ ਗੱਲ ਆ ਗਈ ਕਿ ਉਹ ਕਰਾਉਣ ਵਾਲੇ ਕੌਣ ਨੇ। ਫਿਰ ਅਸੀਂ ਰੂਪੋਸ਼ ਹੋ ਗਏ ਉਸ ਤੋਂ ਬਾਅਦ ਜੁਲਾਈ 9 ਜੁਲਾਈ 85। ਫਿਰ ਅਸੀਂ ਨੈਚੁਰਲੀ ਸਾਡਾ ਜ਼ਿਆਦਾ ਅਸੀਂ ਸਿੰਘਾਂ ਨੂੰ ਮਿਲੇ ਜਿਨ੍ਹਾਂ ਨਾਲ ਸੀਗੇ, ਸੁਲੱਖਣ ਸਿੰਘ ਹੋਣੀ, ਭਾਈ ਮਥੁਰਾ ਸਿੰਘ ਹੋਣੀ, ਅਤੇ ਫਿਰ ਅਸੀਂ ਇਹੀ ਡਿਸਾਈਡ ਕੀਤਾ ਕਿ ਉਸ ਵਕਤ 84 ਨਵੰਬਰ ਹੋ ਚੁੱਕਿਆ ਸੀ, ਉੱਥੇ ਸਿੱਖਾਂ ਨੂੰ ਬਹੁਤ ਬੁਰੀ ਤਰੀਕੇ ਨਾਲ ਦੁਬਾਰਾ ਫਿਰ ਕਤਲੇਆਮ ਕੀਤਾ ਗਿਆ ਸੀ, ਜੀਨੋਸਾਈਡ, ਦਿੱਲੀ, ਕਾਨਪੁਰ, ਹੋਰ ਸਾਰੇ ਥਾਵਾਂ 'ਤੇ ਹਨ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਜਿਉਂਦੇ ਸਾੜ ਦਿੱਤੇ ਸੀ, ਗੁਰਦੁਆਰੇ ਸਾੜ ਦਿੱਤੇ ਸੀ, ਅਤੇ ਔਰਤਾਂ ਦੀ, ਬੇਟੀਆਂ ਦੀ, ਯਾਨੀ ਕਿ ਉਹਨਾਂ ਨੇ ਸ਼ਰੇਆਮ ਯਾਨੀ ਕਿ ਰੇਪ ਕੀਤਾ ਸੀ, ਚੌੜ ਚੁਰਾਹਿਆਂ 'ਚ ਖੜ੍ਹ ਕੇ ਫਿਰ ਮਾਰ ਦਿੱਤਾ ਸੀ।
ਇਹ ਸੀਗੀ ਪੋਜੀਸ਼ਨ ਅਤੇ ਸਿੱਖਾਂ ਦੀ ਪੋਜੀਸ਼ਨ ਬਹੁਤ ਡਾਊਨ ਸੀਗੀ ਅਤੇ ਬਾਹਰ ਵਾਲੇ ਸਿੱਖ ਬਹੁਤ ਹੀ ਡਾਊਨ ਸੀਗੇ ਸਾਡੇ ਕੋਲ ਬਹੁਤ ਸਨੇਹ ਆਏ ਇਹ ਦਿੱਲੀ ਰਹਿੰਦੇ ਸੀ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਇਹ ਪੰਜਾਬ 'ਚ ਤਾਂ ਹੋਰ ਵੀ ਬਹੁਤ ਸਿੰਘ ਹੈਗੇ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਬਾਹਰ ਵਾਲੇ ਆ ਜਿਨ੍ਹਾਂ ਨੇ ਸਾਡੇ 'ਤੇ ਹੱਥ ਪਾਇਆ ਸਾਡੀ ਇੱਜ਼ਤ 'ਤੇ ਅਤੇ ਗੁਰੂ ਘਰਾਂ 'ਤੇ ਅਸੀਂ ਉਹਨਾਂ ਨਾਲ ਨਿਬੜੀਏ ਫਿਰ ਸਾਨੂੰ ਇਹ ਇਹਨਾਂ ਨੇ ਕਿਹਾ ਮਥੁਰਾ ਸਿੰਘ ਸ਼ਰਮਾ ਅਤੇ ਰਾਜੂ ਹੋਣਾ ਕਿ ਆਪਾਂ ਨੂੰ ਇਹ ਕਰਨਾ ਚਾਹੀਦਾ ਫਿਰ ਅਸੀਂ ਕਈ ਦਿਨਾਂ ਦੇ ਫੈਸਲੇ ਤੋਂ ਬਾਅਦ ਅਸੀਂ ਤਿੰਨਾਂ ਨੇ ਕੌਣ ਕੌਣ ਮੈਂ ਰਣਜੀਤ ਸਿੰਘ ਅਤੇ ਗਿੱਲ ਅਤੇ ਸੁਖਮਿੰਦਰ ਸਿੰਘ ਅਸੀਂ ਤਿੰਨਾਂ ਨੇ ਫਿਰ ਇੱਕ ਬਹੁਤ ਵੱਡਾ ਹੈ ਨਾ ਔਖਾ ਫੈਸਲਾ ਕੀਤਾ ਕਿ ਅਸੀਂ ਵੀ ਆਪਣੇ ਕੇਸ ਕਤਲ ਕਰਵਾ ਦਿੱਤੇ ਉਹ ਬੜਾ ਔਖਾ ਫੈਸਲਾ ਸੀ ਪਰ ਉਸ ਵਕਤ ਦੇਖਿਆ ਕਿ ਸਾਡੇ ਲਈ ਜ਼ਰੂਰੀ ਸੀ ਜੇ ਅਸੀਂ ਬਾਹਰ ਇਹਨਾਂ ਨੂੰ ਜਾ ਕੇ ਮਿਲਣਾ ਆ ਅਤੇ ਇਹਨਾਂ ਨੂੰ ਘੇਰਨਾ ਆ ਤਾਂ ਬਿਨਾਂ ਇਸ ਤਰ੍ਹਾਂ ਨਹੀਂ ਸੀ ਹੋ ਜਾ ਸਕਦੇ ਉਹਨਾਂ ਦੇ ਬਿਲਕੁਲ ਡੈਂਸ ਦੇ ਵਿੱਚ ਅਸੀਂ ਇਸ ਸੂਰਤ 'ਚ ਨਹੀਂ ਸੀ ਜਾ ਸਕਦੇ ਉਸ ਵਕਤ ਤਾਂ ਬਿਲਕੁਲ ਨਹੀਂ ਫਿਰ ਅਸੀਂ ਇਹ ਸਭ ਕੁਛ ਕਰਕੇ ਫਿਰ ਅਸੀਂ 8 ਜਣੇ ਹੋ ਗਏ ਸਾਡੇ ਕੋਲ ਸਮਾਨ ਅਸੀਂ ਇਕੱਠਾ ਕਰ ਲਿਆ ਸਮਾਨ ਉਦੋਂ ਜ਼ਿਆਦਾ ਨਹੀਂ ਸੀ ਹੁੰਦਾ ਪਰ ਅਸੀਂ ਕੁਛ ਸਮਾਨ ਉੱਥੇ ਸੰਤਾਂ ਵੇਲੇ ਦਾ ਸੀ ਇੱਕ ਸੰਤਾਂ ਵੱਲੋਂ ਬਖਸ਼ਿਸ਼ ਕੀਤਾ ਰਿਵੋਲਵਰ ਸੀਗਾ ਜੋ ਉਹ ਪਾਉਂਦੇ ਹੁੰਦੇ ਸੀ 38 ਸਪੈਸ਼ਲ ਉਹ ਸੀਗਾ ਮਥੁਰਾ ਸਿੰਘ ਕੋਲ ਅਤੇ ਕੁਛ ਅਸੀਂ ਹੋਰ ਇਕੱਠਾ ਕਰ ਲਿਆ ਅਤੇ ਫਿਰ ਅਸੀਂ ਇਹ ਐਕਟੀਵਿਟੀ ਸ਼ੁਰੂ ਕੀਤੀ ਉੱਥੇ ਵਾਲੀ ਫਿਰ ਅਸੀਂ ਯਾਨੀ ਕਿ ਦੇਖਿਆ ਕਿ ਉੱਥੇ ਜਿੱਦਾਂ ਕਿਤਾਬ ਸੀਗੀ ਹੂ ਇਜ਼ ਗਿਲਟੀ ਉਹਦੇ ਵਿੱਚ ਬੜਾ ਸਪਸ਼ਟ ਆਇਆ ਸੀ ਕਿਹਨਾਂ ਕਿਹਨਾਂ ਨੇ ਕੀਤਾ ਫਿਰ ਸਭ ਤੋਂ ਪਹਿਲਾਂ ਅਸੀਂ ਉੱਥੇ ਜਿਹੜੇ ਉੱਥੋਂ ਦਾ MP ਸੀਗਾ ਜਿਹਨੇ ਸਭ ਤੋਂ ਜ਼ਿਆਦਾ ਸਾਰਾ ਕੁਛ ਕੀਤਾ ਸੀਗਾ ਲਲਿਤ ਮਾਕਨ ਯੂਨੀਅਨ ਮਿਨਿਸਟਰ ਸੀਗਾ ਪਹਿਲਾਂ ਸਭ ਤੋਂ ਫਿਰ ਅਸੀਂ ਉੱਥੇ ਐਕਸ਼ਨ ਦਿੱਤਾ ਉਸ ਤੋਂ ਬਾਅਦ ਉੱਥੋਂ ਦਾ ਬਹੁਤ ਵੱਡਾ ਇੱਕ ਐਕਸ਼ਨ 'ਚ ਕੌਣ ਕੌਣ ਸੀ ਉਹਦੇ ਵਿੱਚ ਆਪਣੇ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖਾ KC ਸ਼ਰਮਾ ਅਤੇ ਹੋਰ ਮਤਲਬ ਮੇਰਾ ਸਵਾਲ ਵੀ ਇਹੀ ਸੀ ਵੀ ਪਹਿਲੀ ਵਾਰ ਤੁਸੀਂ ਉਹਨਾਂ ਨੂੰ ਦਿੱਲੀ 'ਚ ਹੀ ਮਿਲਦੇ ਹੋ ਹਾਂ ਅਸੀਂ ਦਿੱਲੀ 'ਚ ਹੀ ਮਿਲੇ ਸੀ ਉਹਨਾਂ ਨੂੰ ਦਿੱਲੀ 'ਚ ਮਿਲੇ ਅਤੇ ਉਹ ਐਕਸ਼ਨ ਕੀਤਾ ਉਸ ਤੋਂ ਬਾਅਦ ਉੱਥੋਂ ਦਾ ਦਿੱਲੀ ਦਾ ਸਭ ਤੋਂ ਵੱਡਾ ਜਿਹੜਾ ਇਹ ਮਾਫੀਆ ਸੀਗਾ ਜਿਹਨੇ ਬਹੁਤ ਜ਼ਿਆਦਾ ਕਤਲੇਆਮ ਕੀਤਾ ਸੀ ਜਿਹ ਤੋਂ ਡਰਦੀ ਸੀ ਸਾਰੀ ਦਿੱਲੀ ਗੈਂਗਸਟਰ ਹਾਂ ਅਤੇ ਉਹ ਉੱਥੋਂ ਦਾ MLA ਵੀ ਸੀ ਅਰਜਨ ਦਾਸ ਉਹਨੂੰ ਅਸੀਂ ਬਿਲਕੁਲ ਜਿਹੜਾ ਉੱਥੇ ਇਹਨਾਂ ਦਾ ਹਾਈ ਸਕਿਉਰਿਟੀ ਵਾਲਾ ਜਿਹੜਾ ਲਿਊਟ ਉਹ ਏਰੀਆ ਆ ਉਹਦੇ ਵਿੱਚ ਉਹਦੀ ਮਾਰਕੀਟ ਦੇ ਵਿੱਚ ਫਿਰ ਉਹਨੂੰ ਉੱਥੇ ਐਕਸ਼ਨ ਲਿਆ ਅਤੇ ਉਸ ਤੋਂ ਬਾਅਦ ਫਿਰ ਸਾਡੇ ਗਰੁੱਪ ਨੇ ਆਪਣੇ ਜਿਹੜਾ ਫੌਜ ਦਾ ਜਨਰਲ ਆ ਇਹ ਵੈਦਿਆ ਉਹਤੇ ਐਕਸ਼ਨ ਲਿਆ ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਸੀ ਸਿੱਖਾਂ ਨੂੰ ਜਲੀਲ ਕੀਤਾ ਸੀ ਗੁਰੂ ਘਰਾਂ 'ਤੇ ਅਟੈਕ ਕੀਤਾ ਸੀ ਸਿੱਖ ਬੀਬੀਆਂ ਦੀ ਇੱਜ਼ਤ ਲੁੱਟੀ ਸੀ ਜਿੱਥੇ ਜਿੱਥੇ ਵੀ ਅਸੀਂ ਕਰ ਸਕੇ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚੇ ਹਾਂ ਇਹ ਕਾਮਯਾਬ ਹੋ ਗਏ ਹੋਰ ਬਹੁਤ ਨਹੀਂ ਕਾਮਯਾਬ ਹੋਏ ਅਸੀਂ ਪਹੁੰਚੇ ਬਹੁਤਿਆਂ ਤੱਕ ਹੈਗੇ ਉਹ ਬਹੁਤ ਲੰਬੀ ਸਟੋਰੀ ਹੈ ਯਾਨੀ ਕਿ ਅਸੀਂ ਲਿਖਾਂਗੇ ਕੁਛ ਇਹਦੇ ਵਿੱਚ ਲਿਖੀ ਵੀ ਹੈ ਸੱਜਣ ਕੁਮਾਰ ਬਰੀ ਹੋ ਗਿਆ ਕੁਮਾਰ ਤੇ ਵੀ ਅਸੀਂ ਕੋਸ਼ਿਸ਼ ਕੀਤੀ ਪਰ ਇਹਦੇ ਨੇੜੇ ਨਹੀਂ ਪਹੁੰਚ ਸਕੇ ਬਰੀ ਵੀ ਹੋ ਗਿਆ ਹੁਣੇ ਬੀਤੇ ਦਿਨ ਅੱਜ ਸੀਗਾ ਅਸੀਂ ਇਹਦੇ ਬਾਰੇ ਵੀ ਪਰ ਇਹਦੇ ਤੱਕ ਕੋਈ ਯਾਨੀ ਕਿ ਕੋਈ ਰੀਅਲ ਇਹ ਤੱਕ ਪਹੁੰਚ ਨਹੀਂ ਬਣ ਸਕੀ ਤੇ ਫਿਰ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਸਾਡਾ ਜਥਾ ਸੀਗਾ 8 ਸਿੰਘਾਂ ਦਾ ਅਸੀਂ ਕਿਸੇ ਜਥੇਬੰਦੀ ਨਾਲ ਨਹੀਂ ਸੀ ਅਟੈਚ ਅਸੀਂ ਤਾਂ ਪੰਥ ਲਈ ਕੰਮ ਕਰ ਰਹੇ ਸੀ ਨਾ ਅਸੀਂ ਕੋਈ ਜ਼ਿੰਮੇਵਾਰੀ ਲੈਂਦੇ ਹੁੰਦੇ ਸੀ ਅਤੇ ਹਥਿਆਰ ਅਸੀਂ ਸਾਰਿਆਂ ਨੇ ਲੈਤੋਂ ਲੈ ਲੈਂਦੇ ਸੀ ਸਾਰਿਆਂ ਨੂੰ ਦੇ ਦਿੰਦੇ ਸੀ ਪੈਸਾ ਅਸੀਂ ਗੌਰਮੈਂਟ ਦਾ ਲੈ ਲੈਂਦੇ ਹੁੰਦੇ ਸੀ ਬੈਂਕਾਂ ਤੋਂ ਅਸੀਂ ਕਦੀ ਕਿਸੇ ਹੋਰ ਤੋਂ ਨਹੀਂ ਲਿਆ 18ਵੀਂ ਸਦੀ ਦੀ ਮੈਂ ਛੋਟੀ ਜਿਹੀ ਜੇ ਉਦਾਹਰਨ ਲੈ ਲਈਏ ਤਾਂ ਉਦੋਂ ਵੀ ਉਹ ਜਿਹੜਾ ਸਰਕਾਰੀ ਖਜ਼ਾਨਾ ਜਾਂਦਾ ਸੀਗਾ ਜਾਂ ਲੁੱਟ ਮਾਰ ਕਰਕੇ ਲਿਜਾਂਦੇ ਸੀਗੇ ਹੈ ਨਾ ਵੀ ਉਹ ਲੁੱਟ ਲੈਂਦੇ ਸੀਗੇ ਅਤੇ ਤੁਸੀਂ ਉਸੇ ਤੋਂ ਸੇਧ ਲੈ ਕੇ ਫਿਰ ਬੈਂਕ ਜੋ ਕੁਛ ਕਰ ਰਹੇ ਸੀ ਦੇਖੋ ਅਸੀਂ ਆਪਣੇ ਪੁਰਖਿਆਂ ਤੋਂ ਟ੍ਰੈਡੀਸ਼ਨ ਤੋਂ ਸੇਧ ਲੈ ਰਹੇ ਸੀ ਜਿਹੜਾ ਸਾਡਾ ਸੰਘਰਸ਼ ਆ ਇਹ ਵੀ ਉਹੀ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਵਾਲਾ ਬੇਗਮਪੁਰ ਵਾਲੇ ਨਿਆਈ ਸਮਾਜ ਵਾਲਾ ਯਾਨੀ ਕਿ ਜ਼ੁਲਮ ਖਿਲਾਫ ਅਤੇ ਨਿਤਾਣੇ ਲਈ ਸੰਘਰਸ਼ ਸੀ ਜੋ ਪਹਿਲਾਂ ਸੀ ਸੰਤਾਂ ਨੇ ਉਹੀ ਲੜਾਈ ਕਾਲ ਤਖ਼ਤ 'ਤੇ ਲੜੀ ਇਸ ਵਿਪਰ ਤਖ਼ਤ ਦੇ ਖਿਲਾਫ ਜਿਹੜਾ ਅਪਰੈਸਰ ਸੀ ਜਿਹੜਾ ਜ਼ਾਲਮ ਸੀ
ਅਤੇ ਉਹੀ ਅਸੀਂ ਉਹਦੀ ਕੰਟੀਨਿਊਸ਼ਨ 'ਚ ਅਸੀਂ ਕਰ ਰਹੇ ਸੀ ਸਭ ਕੁਛ ਅਤੇ ਜਿਹੜੀ ਇਹ ਵੀ ਅਸੀਂ ਆਪਣੇ ਵੱਡਿਆਂ ਤੋਂ ਸੇਧ ਲੈ ਕੇ ਹੀ ਜਿਹੜਾ ਖਜ਼ਾਨਾ ਸਰਕਾਰੀ ਲੁੱਟਣਾ ਜਦੋਂ ਉਸ ਵਕਤ ਮੁਗਲਾਂ ਦਾ ਲੁੱਟਦੇ ਸੀਗੇ ਸਿੱਖ ਇਸੇ ਤਰ੍ਹਾਂ ਅਸੀਂ ਜਿਹੜਾ ਦਿੱਲੀ ਸਟੇਟ ਦਾ ਇਹ ਬੈਂਕ ਆ ਇਹ ਸਾਡੇ ਤੋਂ ਹੀ ਆਮ ਪਬਲਿਕ ਦਾ ਇਹ ਜਿਹੜਾ ਖਜ਼ਾਨਾ ਆ ਇਹਨਾਂ ਨੇ ਲੁੱਟਿਆ ਹੁੰਦਾ ਪੰਜਾਬ ਜਾਂ ਆਮ ਜਿਹੜੇ ਲੋਕਾਂ ਦਾ ਜਿਹੜੇ ਗਰੀਬਾਂ ਦਾ ਅਤੇ ਇਹ ਬੈਂਕਾਂ ਰਾਹੀਂ ਦੁਬਾਰਾ ਫਿਰ ਸਾਨੂੰ ਸਾਡੇ ਕੋਲ ਹੀ ਆ ਜਾਂਦਾ ਆ ਜਾਂ ਸਾਰੇ ਉਹ ਇੱਕ ਵੱਡਾ ਆਪਣਾ ਸਿਸਟਮ ਇਕਨੋਮੀ ਖੜਾ ਖੜਾ ਕਰ ਲੈਂਦੇ ਆ ਕੁਛ ਹਿੱਸੇ ਅਤੇ ਇਹ ਕੋਈ ਵੀ ਜਿਹੜਾ ਸੰਘਰਸ਼ ਆ ਉਹਦਾ ਹੱਕ ਬਣਦਾ ਹੁੰਦਾ ਕਿ ਇਹਨੂੰ ਲੁੱਟਣਾ ਅਤੇ ਉਹ ਸਾਡਾ ਹੱਕ ਸੀ ਅਤੇ ਅਸੀਂ ਸਾਡੀ ਜੋ ਟਰੈਡੀਸ਼ਨ ਆ ਉਹਦੇ ਅਨੁਸਾਰ ਅਤੇ ਜੋ ਇੱਕ ਸਾਰੇ ਗਰੀਲਾ ਵਾਰਫੇਅਰ ਵਾਲਿਆਂ ਦੇ ਫਰੀਡਮ ਫਾਈਟਰਸ ਦੀ ਉਹਦੇ ਅਨੁਸਾਰ ਹੀ ਉਹ ਐਕਸ਼ਨ ਲੈਂਦੇ ਸੀ ਅਤੇ ਉਸ ਉਹ ਲੈ ਲੈਂਦੇ ਹੁੰਦੇ ਸੀ ਅਤੇ ਉਹ ਸੰਘਰਸ਼ ਲਈ ਯੂਜ਼ ਕਰਦੇ ਸੀ ਅਤੇ ਭਾਈ ਸੁੱਖਾ ਜਿੰਦਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਸ਼ਖਸੀਅਤ ਕਿਹੋ ਜਿਹੀ ਸੀਗੀ ਉਹਨਾਂ ਦੀ ਤੁਸੀਂ ਜਦੋਂ ਪਹਿਲੀ ਵਾਰ ਮਿਲੇ ਕਿਵੇਂ ਲੱਗਿਆ ਮਿਲ ਕੇ ਵੀ ਕਿਵੇਂ ਦੇ ਨੇ ਉਹ ਲੱਗਦਾ ਸੀਗਾ ਵੀ ਐਡੇ ਐਡੇ ਵੱਡੇ ਐਕਸ਼ਨ ਜਿਹੜੇ ਕੀਤੇ ਨੇ ਵੀ ਇਹ ਵੀ ਪੋਸੀਬਲ ਕਿੱਦਾਂ ਹੋ ਸਕਦੇ ਨੇ ਕਿਵੇਂ ਉਹਨਾਂ ਨੇ ਵੀ ਜਾਨ 'ਤੇ ਖੇਡ ਕੇ ਵਾਲਾ ਆਪਾਂ ਕਹਿ ਸਕਦੇ ਹਾਂ ਨਾ ਹਾਂਜੀ ਹਾਂਜੀ ਅਸੀਂ ਸਾਨੂੰ ਮਥੁਰਾ ਸਿੰਘ ਨੇ ਐਡਰੈਸ ਦਿੱਤਾ ਸੀ ਅਸੀਂ ਉੱਥੇ ਦਿੱਲੀ ਗਏ ਅਤੇ ਉੱਥੇ ਅਸੀਂ ਸਾਰਿਆਂ ਨੂੰ ਮਿਲੇ ਫਸਟ ਟਾਈਮ ਕੇ ਸੀ ਸ਼ਰਮਾ ਸੁਖਦੇਵ ਸਿੰਘ ਸੁੱਖਾ ਹਰਜਿੰਦਰ ਸਿੰਘ ਜਿੰਦਾ ਬਲਜਿੰਦਰ ਸਿੰਘ ਰਾਜੂ ਸਾਰੇ ਅਤੇ ਅਸੀਂ ਉਦੋਂ 8 ਜਣੇ ਇਕੱਠੇ ਹੋ ਗਏ ਗਰੁੱਪ ਉਦੋਂ ਦੇਖੋ ਅਸੀਂ ਜਿਹੜਾ ਐਕਸ਼ਨ ਕੀਤਾ ਸੀ ਪੰਡ 'ਤੇ ਹੈ ਤਾਂ ਬਹੁਤ ਵੱਡਾ ਐਕਸ਼ਨ ਸੀ ਸਾਡੀ ਬਹੁਤ ਪਲੈਨਿੰਗ ਸੀ ਪਰ ਹੋਇਆ ਨਹੀਂ ਸੀ ਅਤੇ ਇਹਨਾਂ ਨੇ ਵੀ ਜਿਹੜਾ ਸੁਖਵਿੰਦਰ ਸਿੰਘ ਸ਼ਰਮਾ ਸੀ ਉਹਨੇ ਅਕਾਲ ਤਖ਼ਤ ਦੀ ਲੜਾਈ ਲੜੀ ਸੀਗੀ ਅਕਾਲ ਤਖ਼ਤ 'ਤੇ ਸੀ ਉਹ ਵਿੱਚੋਂ ਨਿਕਲ ਕੇ ਆਇਆ ਸੀ ਅਤੇ ਮਥੁਰਾ ਸਿੰਘ ਨੇ ਕਈ ਮੇਨ ਐਕਸ਼ਨ ਕੀਤੇ ਸੀ ਜਿੱਦਾਂ ਬਿਫੋਰ 84 ਜਿਹੜਾ ਜਗਬਾਣੀ ਵਾਲਾ ਮੇਨ ਸੀਗਾ ਰਮੇਸ਼ ਕੁਮਾਰ ਉਹਦਾ ਐਕਸ਼ਨ ਕੀਤਾ ਸੀ ਹੋਰ ਵੀ ਕਈ ਕੀਤੇ ਸੀ ਬਾਕੀ ਸਾਡੇ ਕਿਸੇ ਦੇ ਕੋਈ ਐਕਸ਼ਨਾਂ ਦਾ ਇੰਨਾ ਐਕਸਪੀਰੀਅੰਸ ਨਹੀਂ ਸੀ ਸਾਡੇ ਲਈ ਨਵੀਂ ਗੱਲ ਸੀਗੀ ਪਰ ਜਦੋਂ ਅਸੀਂ ਇਕੱਠੇ ਹੋਏ ਦ੍ਰਿੜ ਇਰਾਦੇ ਨਾਲ ਗੁਰੂ ਲਈ ਪੰਥ ਲਈ ਪੰਥ ਅੱਵਲ ਕਰਕੇ ਆਪਣਾ ਸਭ ਕੁਛ ਕਾਰੋਬਾਰ ਦੋਸਤ ਮਿੱਤਰ ਤਿਆਗ ਕੇ ਅਤੇ ਅੱਗੇ ਜਾਨ ਹੱਥ ਤਲੀ 'ਤੇ ਧਰ ਕੇ ਇੱਕ ਜੋ ਸਾਡਾ ਆਪਸ ਵਿੱਚ ਰਿਲੇਸ਼ਨ ਸੀ ਉਹ ਦੋਸਤਾਂ ਅਤੇ ਭਰਾਵਾਂ ਵਾਲਾ ਸੀ ਬਹੁਤ ਹੀ ਇੱਕ ਵੱਡਾ ਇੱਕ ਮੁਹੱਬਤਾਂ ਵਾਲਾ ਸੀਗਾ ਇੱਕ ਦੂਜੇ 'ਤੇ ਜਾਣ ਵਾਰਨ ਵਾਲਾ ਅਤੇ ਕਮਿਟਮੈਂਟ ਗੁਰੂ ਲਈ ਸਹੀ ਅਤੇ ਉਹੋ ਜਿਹੀ ਦੋਸਤੀ ਸੀ ਅਤੇ ਫਿਰ ਗੁਰੂ ਮਿਹਰ ਕਰਦਾ ਜਦੋਂ ਇਸ ਤਰ੍ਹਾਂ ਦਾ ਆਪਾ ਵਾਰਨ ਵਾਲਾ ਅਤੇ ਐਡੇ ਵੱਡਾ ਰਾਹ 'ਤੇ ਤੁਸੀਂ ਤੁਰ ਰਹੇ ਹੋ ਅਤੇ ਅੱਗੇ ਜਿਨ੍ਹਾਂ ਨੂੰ ਹਿੱਟ ਕਰਨਾ ਸੀ ਉਹ ਉਸ ਸਮੇਂ ਦੇ ਸਭ ਤੋਂ ਵੱਡੇ ਜ਼ਾਲਮ ਓਪਰੈਸਰ ਸੀ ਜਿਨ੍ਹਾਂ ਨੇ ਸ਼ਰੇਆਮ ਸਾਰੀ ਦੁਨੀਆ ਦੇ ਸਾਹਮਣੇ ਸਿੱਖਾਂ ਨੂੰ ਮਾਰਿਆ ਸੀ ਇੱਜ਼ਤਾਂ ਲੁੱਟੀਆਂ ਸੀ ਅਤੇ ਸਾਡੇ ਸਾਹਮਣੇ ਫਿਰ ਰਹੇ ਸੀ ਅਤੇ ਗੁਰੂ ਨੇ ਸਾਰੇ ਸਬੱਬ ਬਣਾਏ ਸਾਡੇ ਕੋਲ ਹਥਿਆਰ ਆਏ ਸਾਡੇ ਕੋਲ ਕੋਈ ਟ੍ਰੇਨਿੰਗ ਨਹੀਂ ਸੀ ਸਾਡੇ ਕੋਲ ਗੁਰੂ ਦਾ ਹੀ ਆਸਰਾ ਸੀ ਜਾਂ ਆਪਣਾ ਦ੍ਰਿੜ ਇਰਾਦਾ ਸੀ ਜਾਂ ਸਾਡੀ ਟ੍ਰੈਡੀਸ਼ਨ ਸੀਗੀ ਉਹਨੂੰ ਦੇਖ ਕੇ ਅਸੀਂ ਇਸ ਮੁਹਿੰਮ 'ਤੇ ਚੜ੍ਹੇ ਅਤੇ ਸਾਨੂੰ ਸੰਗਤ ਦਾ ਸੀਗਾ ਅਤੇ ਉਹਨਾਂ ਦੀ ਯੈਸ ਸੀ ਕਿ ਗੋ ਹੈਡ ਕਰੋ ਅਤੇ ਉਹ ਸਾਡੇ ਪਿੱਛੇ ਇਹ ਤਾਕਤ ਸੀਗੀ ਗੁਰੂ ਦੀ ਟੇਕ ਸੰਗਤ ਦੀ ਅਰਦਾਸ ਅਤੇ ਉਹਨਾਂ ਵੱਲੋਂ ਬਖਸ਼ਿਸ਼ ਸਾਡੇ ਜਾਣੀ ਇਰਾਦੇ ਅਤੇ ਸਹਿਯੋਗ ਉਹਦੇ ਨਾਲ ਫਿਰ ਅਸੀਂ ਤੁਰ ਪਏ ਅਤੇ ਅਸੀਂ ਜਿੱਥੇ ਜਿੱਥੇ ਗਏ ਸਾਨੂੰ ਬਹੁਤੇ ਥਾਂ ਕਾਮਯਾਬੀ ਮਿਲੀ ਜਿੱਥੇ ਬਿਲਕੁਲ ਹੀ ਲੱਗਦਾ ਸੀ ਕਿ ਇਹ ਕੰਮ ਹੋ ਹੀ ਨਹੀਂ ਸਕਦਾ ਉਹ ਵੀ ਹੋਏ ਅਤੇ ਜਿੱਥੇ ਲੱਗਦਾ ਸੀ ਨਿਕਲਿਆ ਨਹੀਂ ਜਾ ਸਕਦਾ ਅਸੀਂ ਉੱਥੋਂ ਵੀ ਨਿਕਲ ਗਏ ਅਸੀਂ ਕਦੀ ਯਾਨੀ ਕਿ ਇਰਾਦਾ ਨਹੀਂ ਛੱਡਿਆ ਭਾਵੇਂ ਅਸੀਂ ਇੱਕ ਵਾਰ ਕਿਤੇ ਇਸ ਤਰ੍ਹਾਂ ਹੀ ਹੋ ਗਏ ਗਿਰ ਗਏ ਬਹੁਤ ਜ਼ਿਆਦਾ ਸਾਰੇ ਪਾਸੇ ਦੁਕਾਨੇ ਥਾਵਾਂ 'ਤੇ ਹਜ਼ਾਰਾਂ ਹੀ ਯਾਨੀ ਕਿ ਦੁਸ਼ਮਣਾਂ ਵਿੱਚ ਇਕੱਲੇ ਅਤੇ ਸਾਡੇ ਇੱਕ ਬੰਦੇ ਦਾ ਲੱਕ ਵੀ ਟੁੱਟ ਗਿਆ ਅਤੇ ਸਾਡੀ ਸਭ ਪਾਲ ਹੋ ਰਹੀ ਸੀ ਫਿਰ ਵੀ ਯਾਨੀ ਕਿ ਅਸੀਂ ਕਦੀ ਇਰਾਦਾ ਨਹੀਂ ਛੱਡਿਆ ਗੁਰੂ ਨੇ ਟੇਕ ਰੱਖੇ ਸੀ ਫਿਰ ਵੀ ਨਿਕਲ ਕੇ ਸੇਫਲੀ ਆ ਗਏ ਕਈ ਵਾਰ ਅਸੀਂ ਯਾਨੀ ਕਿ ਸੈਂਕੜਿਆਂ ਬੰਦਿਆਂ 'ਚ ਪੁਲਿਸ ਸਟੇਸ਼ਨਾਂ 'ਚ ਘਿਰ ਗਏ ਅਤੇ ਉੱਥੋਂ ਅਸੀਂ ਸਿਰਫ ਰਿਵਾਲਵਰਾਂ ਨਾਲ ਸ਼ੂਟ ਆਊਟ ਕਰਕੇ ਨਿਕਲ ਗਏ ਉਹ ਵੀ ਗੁਰੂ ਨੇ ਕੱਢ ਲਿਆ ਕਈ ਵਾਰ ਅਸੀਂ ਬਹੁਤ ਮੁਕਾਬਲਿਆਂ 'ਚ ਵੀ ਫਸ ਗਏ ਜਿੱਥੇ ਸਾਡੇ ਲਈ ਵੱਡੇ ਵੱਡੇ ਟਰੈਪ ਲਾਏ ਹੋਏ ਸੀ ਉਡੀਕ ਰਹੇ ਸੀ ਇੰਨੇ ਇੰਨੇ ਚਿਰ ਤੋਂ ਏਜੰਸੀਜ਼ 'ਤੇ ਉੱਥੋਂ ਵੀ ਗੁਰੂ ਨੇ ਸਾਨੂੰ ਕੋਈ ਐਨ ਮੌਕੇ 'ਤੇ ਕੋਈ ਇਸ ਤਰ੍ਹਾਂ ਦਾ ਹਿੰਟ ਦਿੱਤਾ ਕਿ ਬਿਲਕੁਲ ਫਸਦੇ ਫਸਦੇ ਉਹਨਾਂ ਦੇ ਵਿੱਚੋਂ ਨਿਕਲ ਗਏ ਉਹ ਸਾਰਾ ਕੁਛ ਮੈਂ ਕਾਫੀ ਕੁਛ ਕੋਸ਼ਿਸ਼ ਕੀਤੀ ਇਹਨਾਂ ਕਿਤਾਬਾਂ 'ਚ ਦੱਸਣ ਦੀ ਅਤੇ ਅੱਗੇ ਵੀ ਲੈ ਕੇ ਆਵਾਂਗੇ ਕਿ ਕੀ ਰਿਐਲਿਟੀ ਹੁੰਦੀ ਆ
ਜਿੰਨੀ ਅੰਡਰਗਰਾਉਂਡ ਲਾਈਫ ਹੁੰਦੀ ਆ, ਕਿੱਦਾਂ ਐਕਸ਼ਨ ਹੁੰਦੇ ਆ, ਕਿਹੜੇ ਐਕਸ਼ਨ ਹੋ ਜਾਂਦੇ ਉਹ ਕੀ ਹੁੰਦੇ ਆ, ਜਿਹੜੇ ਨਹੀਂ ਹੁੰਦੇ ਉਹਨਾਂ ਪਿੱਛੇ ਕੀ ਕੁਛ ਐਡੀਆਂ ਘਾਲਣਾ ਘਾਲੀਆਂ ਹੁੰਦੀਆਂ ਆ, ਦੁਸ਼ਮਣ ਕਿਵੇਂ ਬਚ ਜਾਂਦਾ, ਅਸੀਂ ਕਿਵੇਂ ਬਚਦੇ ਹਾਂ, ਅਤੇ ਸਫੀ ਕੌਣ ਬਚਾਉਂਦਾ ਆ, ਰੀਅਲ ਸਟਰੈਂਥ ਕੀ, ਟੋਰਚਰ ਕਿਵੇਂ ਸਹਿੰਦੇ ਆ, ਇਹ ਸਾਰੀਆਂ ਗੱਲਾਂ ਮੈਂ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੇ ਨੇੜੇ ਤੇੜੇ ਦੀ ਗੱਲ ਕੀਤੀ ਜਾਵੇ। ਭਾਈ ਸੁੱਖਾ ਜਿੰਦਾ ਨੇ ਕਿੰਨੇ ਐਕਸ਼ਨ ਜਿਹੜੇ ਲਏ ਸੀਗੇ ਅਤੇ ਤੁਸੀਂ ਵੀ ਨਾਲ ਹੀ ਹੁੰਦੇ ਸੀਗੇ, ਟੋਟਲ ਕਿੰਨੇ ਕੁ ਐਕਸ਼ਨ ਸੀਗੇ? ਬਹੁਤ ਐਕਸ਼ਨ, ਸਭ ਤੋਂ ਮੇਨ ਤਾਂ ਇਹ ਆ ਕਿ ਜਿਹੜੇ ਸਭ ਤੋਂ ਇੰਪੋਰਟੈਂਟ ਐਕਸ਼ਨ ਸੀ ਉਸ ਵਕਤ ਜ਼ਰੂਰੀ ਸੀ, ਖਾਸ ਕਰਕੇ ਜਿਹਨਾਂ ਨੇ ਦਰਬਾਰ ਸਾਹਿਬ ਟਾਇਆ ਸੀ, ਸਿੱਖਾਂ ਨੂੰ ਜਿਉਂਦੇ ਸਾੜਿਆ ਸੀ, ਬੀਬੀਆਂ ਦੀ ਇੱਜ਼ਤ ਲੁੱਟੀ ਸੀ, ਗੁਰੂ ਘਰ ਟਾਏ ਸੀ, ਸਿੱਧਾ ਚੈਲੇਂਜ ਅਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ, ਉਹਨਾਂ ਦੇ ਸ਼ਹਿਰਾਂ 'ਚ, ਉਹਨਾਂ ਦੇ ਕਿਲਿਆਂ 'ਚ ਜਾ ਕੇ ਅਸੀਂ ਉਹਨਾਂ ਨੂੰ ਮਿਲੇ, ਅਤੇ ਕਈਆਂ ਨੂੰ ਮਿਲਣ ਗਏ ਪਰ ਉਹ ਐਕਸ਼ਨ ਹੋਏ ਨਹੀਂ, ਤਾਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਣ ਲਿਆ ਕਿ ਅਸੀਂ ਗਏ ਹਾਂ। ਜਿੱਦਾਂ ਜਨਰਲ ਬਰਾੜ ਆ, ਅਸੀਂ ਬਿਲਕੁਲ ਉਹਦੇ ਨੇੜੇ ਪਹੁੰਚ ਗਏ ਸੀ, ਉਹ ਨਹੀਂ ਹੋਇਆ ਕਿਸੇ ਤਰੀਕੇ ਨਾਲ, ਦੈਟਸ ਡਿਫਰੈਂਟ। ਇਸ ਤਰ੍ਹਾਂ ਹੀ ਜਿੱਦਾਂ ਵੈਦਿਆ ਦਾ ਹੋ ਗਿਆ ਸਾਡੇ ਜਿਹੜਾ ਜਥਾ ਸੀ, ਹੋਰ ਬਹੁਤ ਜਿੱਦਾਂ ਹਰਨ ਨਹਿਰੂ ਆ, ਇਹ ਸਭ ਤੋਂ ਮੇਨ ਬੰਦਾ ਸੀ ਜਿਹਨੇ ਸਭ ਕੁਛ ਕਰਾਇਆ। ਇਹ ਜਦੋਂ ਦੂਸਰੀ ਵਾਰ ਆਪਣੇ ਹਰਜਿੰਦਰ ਸਿੰਘ ਜਿੰਦੇ ਹੁਣੀ ਫੜੇ ਗਏ ਆ, ਉਹ ਆਈ ਬੀ ਆਪਰੇਸ਼ਨ ਨਾਲ ਫੜੇ ਗਏ ਦਿੱਲੀ ਵਿੱਚ, ਉਸ ਵਕਤ ਮੈਂ ਇੱਕ ਦਿਨ ਪਹਿਲਾਂ ਉਹਨਾਂ ਕੋਲ ਆਇਆ, ਉੱਥੇ ਹਰਜਿੰਦਰ ਸਿੰਘ ਜਿੰਦਾ, ਸਤਨਾਮ ਸਿੰਘ ਬਾਬਾ ਅਤੇ ਰਾਜੂ ਉੱਥੇ ਸੀ ਉਸ ਵਕਤ, ਅਤੇ ਅਰੁਣ ਨਹਿਰੂ ਦਾ ਸਾਰਾ ਕੁਛ ਹੋ ਗਿਆ ਸੀਗਾ ਜੀ, ਇਹਦੀ ਸਾਰਾ ਜਾਣੀ ਕਿ ਸਾਡੇ ਕੋਲ ਡਾਟਾ ਆ ਗਿਆ ਸੀਗਾ, ਵਿੱਚੋਂ ਹੀ ਬੰਦੇ ਜਾਣੀ ਬੜੇ ਇੰਪੋਰਟੈਂਟ ਸੀ, ਜਾਣੀ ਕਿ ਇਹਦੀ ਕੋਈ ਇਹੋ ਜਿਹੀ ਥਾਂ ਸਾਡੇ ਕੋਲ ਆ ਗਈ ਸੀ ਜਿੱਥੇ ਇਹ ਆਪਣੀ ਮਹਿਲਾ ਇੱਕ ਦੋ ਔਰਤ ਫਰੈਂਡ ਨੂੰ ਬਹੁਤ ਥੋੜ੍ਹੀ ਸਿਕਿਉਰਿਟੀ 'ਚ ਆ ਕੇ ਮਿਲਦਾ ਸੀਗਾ, ਅਤੇ ਸਾਨੂੰ ਉਹ ਇਨਫੋਰਮੇਸ਼ਨ ਹੀ ਆਉਣੀ ਸੀ, ਅਤੇ ਉਹ ਫਿਰ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ, ਅਤੇ ਉਹ ਕੰਮ ਰਹਿ ਗਿਆ। ਜਦੋਂ ਪਹਿਲੀ ਵਾਰ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ ਉਦੋਂ ਅਸੀਂ ਬਰਾੜ ਦੇ ਬਿਲਕੁਲ ਨੇੜੇ ਪਹੁੰਚ ਗਏ ਸੀ, ਉਸ ਵਕਤ ਉਹ ਮੇਰਠ ਸੀ, ਉਸ ਵਕਤ ਉਹ ਰਹਿ ਗਿਆ, ਅਤੇ ਦੂਸਰੀ ਵਾਰ ਫੜਿਆ ਗਿਆ ਅਰੁਣ ਨਹਿਰੂ ਰਹਿ ਗਿਆ। ਇਹ ਰੀਅਲ ਗੱਲਾਂ ਨੇ, ਇਹ ਉਹਨਾਂ ਨੂੰ ਵੀ ਨਹੀਂ ਪਤਾ, ਅਤੇ ਉਹ ਰਹਿ ਗਏ। ਇਹ ਗੁਰੂ ਦਾ ਪਾਣਾ ਹੁੰਦਾ ਇੱਦਾਂ, ਜਿਨ੍ਹਾਂ ਨੇ ਕਦੋਂ ਮਰਨਾ ਇਹ ਸਾਡਾ ਜਾਂ ਕਿਸੇ ਦਾ ਵੱਸ ਨਹੀਂ ਹੁੰਦਾ, ਅਸੀਂ ਕਦੋਂ ਮਰਨਾ, ਉਹਨਾਂ ਨੇ ਕਦੋਂ ਮਰਨਾ, ਕੋਸ਼ਿਸ਼ ਸਾਡਾ ਕਰਨਾ ਹੁੰਦਾ ਕਿ ਅਸੀਂ ਕੋਸ਼ਿਸ਼ਾਂ ਕੀਤੀਆਂ। ਅਤੇ ਇਹ ਸਾਰੇ ਜਿਹੜੇ ਮੇਨ ਐਕਸ਼ਨ ਆ ਜਿਹੜੇ ਬਹੁਤ ਜ਼ਰੂਰੀ ਸੀ, ਇਹਦੇ ਵਿੱਚ ਜਿੱਦਾਂ ਇਹ ਸਾਡਾ ਜਿਹੜਾ ਜਥਾ ਸੀ ਗੁਰੂ ਦੀ ਕਿਰਪਾ ਨਾਲ, ਉਹਨਾਂ 'ਚ ਬਹੁਤ ਮੇਨ ਰੋਲ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਦਾ ਸੀਗਾ। ਇਹ ਤਕਰੀਬਨ ਸਾਰੇ ਐਕਸ਼ਨ ਸਭ ਤੋਂ ਅੱਗੇ ਹੁੰਦੇ ਸੀ, ਸਭ ਤੋਂ ਜ਼ਿਆਦਾ ਜਾਣੀ ਕਿ ਜੇ ਆਪਾਂ ਇਹਨਾਂ ਨਾਲ ਗੱਲ ਕਰੀਏ, ਕਿਉਂਕਿ ਅੱਜ ਹੁਣ ਆਪਾਂ ਇਹਨਾਂ ਦੀ ਗੱਲ ਜ਼ਿਆਦਾ ਕਰਨੀ ਬਣਦੀ, ਅੱਗੇ ਇਹਨਾਂ ਦੀ ਬਰਸੀ ਹੈ ਜੀ ਜੀ, ਅਤੇ ਇਹ ਬੜੇ ਹੀ ਬਹੁਤ ਵੱਡੀਆਂ ਸ਼ਖਸੀਅਤਾਂ ਆ। ਮੈਂ ਇਹਨਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨਾ ਕੁ ਮੈਂ ਜਾਣਦਾ ਹਾਂ। ਦੇਖੋ, ਮੈਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਦਿੱਲੀ ਮਿਲੇ ਜੀ ਫਸਟ ਟਾਈਮ, ਉਦੋਂ ਇਹ ਕਲੀਨ ਸ਼ੇਡ ਸੀ, ਅਤੇ ਅਸੀਂ ਵੀ ਇਹਨਾਂ ਵਰਗੇ ਹੋ ਗਏ, ਸਾਡੇ 'ਚ ਦੋਸਤੀ ਸੀ ਬਹੁਤ ਸਿਰੇ, ਸ਼ੁਰੂ ਤੋਂ ਕਲੀਨ ਸ਼ੇਡ ਸੀਗੇ। ਨਹੀਂ, ਇਹ ਵੀ 84 ਤੋਂ ਬਾਅਦ ਹੀ ਹੋਏ, ਜਦੋਂ 84 ਜੂਨ ਤੋਂ ਬਾਅਦ ਹੀ ਦਿੱਲੀ ਆਉਣ 'ਤੇ ਇਹ ਕੰਮ ਕਰਨ ਨੂੰ ਇਹਨਾਂ ਦਾ ਇਰਾਦਾ ਸੀ, ਉਦੋਂ ਬਾਅਦ ਹੋਏ। ਅਤੇ ਅਸੀਂ ਦੇਖੋ ਉਹਨਾਂ ਸਮਿਆਂ 'ਚ ਜਿਹੜੀਆਂ ਦੋਸਤੀਆਂ ਵੀ ਹੁੰਦੀਆਂ ਸੀ, ਕਿ ਜਾਂ ਕਹਿ ਲਓ ਕ੍ਰਾਈਸਿਸ ਵੋਕੇ ਜਾਂ ਜੰਗ ਜਾਂ ਉਸ ਵੇਲੇ ਜਿਹੜੀਆਂ ਦੋਸਤੀਆਂ, ਉਹ ਹੋਰ ਲੈਵਲ ਦੀਆਂ ਸੀ, ਅੱਜ ਕੱਲ੍ਹ ਵਾਲੀਆਂ ਨਹੀਂ, ਉਹ ਦੋਸਤੀਆਂ ਦੇ ਬਹੁਤ ਉੱਚੇ ਲੈਵਲ ਸੀ। ਉਦੋਂ ਕਰੈਕਟਰ ਵੀ ਬਹੁਤ ਉੱਚੇ ਸੀ, ਦੋਸਤੀਆਂ ਵੀ ਬਹੁਤ ਵੱਡੀਆਂ ਸੀ, ਜਾਣੀ ਕਿ ਜੋ ਭਰਾਵਾਂ ਅਤੇ ਦੋਸਤੀ ਦਾ ਰਲਵਾਂ ਮਿਲਵਾਂ ਜੋ ਹਾਈਐਸਟ ਫਾਰਮ ਹੋ ਸਕਦੀ ਉਹ ਸੀਗੀ ਜੀ, ਕਿ ਸਾਰਾ ਕੁਛ ਇੱਕ ਦੂਜੇ ਨੂੰ ਜਾਣਦੇ ਸੀ, ਪਛਾਣਦੇ ਸੀ, ਇੱਕ ਦੂਜੇ ਦਾ ਮਨ ਪੜ੍ਹਦੇ ਸੀ, ਦਰਦ ਫੀਲ ਕਰਦੇ ਸੀ, ਅੱਗੇ ਹੋ ਕੇ ਮਰਨ ਦਾ ਸੀ, ਇੱਕ ਦੂਜੇ ਦੀ ਕੇਅਰ ਸੀ, ਖਾਣ ਪੀਣ ਸਭ ਕੁਛ ਸਾਂਝਾ ਸੀਗਾ, ਅਤੇ ਸਦਾ ਜਾਣੀ ਕਿ ਇਸ 'ਚ ਜੰਗ 'ਚ ਹੀ ਰਹਿੰਦੇ ਸੀ ਕਿ ਅਗਲਾ ਕੰਮ ਕਿਹੜਾ ਕਰਨਾ ਹੈ, ਅਤੇ ਹੁਣ ਦੁਸ਼ਮਣ ਨੇ ਸਾਡਾ ਕਿਹੜਾ ਸਿੰਘ ਸਿੱਟਤਾ, ਅਸੀਂ ਉਹਦੇ ਕਿੱਥੇ ਜਾ ਕੇ ਇਹਨਾਂ ਨੂੰ ਮਿਲਣਾ ਆ, ਅਤੇ ਕਿਵੇਂ ਬਚਣਾ, ਕੀ ਕਰਨਾ, ਉਹ ਜੰਗ 'ਚ ਹੀ ਸੀਗੇ। ਅਤੇ ਉਹ 'ਚ ਦੋਸਤੀਆਂ ਵੀ ਇੱਦਾਂ, ਇਹ ਕੰਮ ਇਸ ਤਰ੍ਹਾਂ ਹੀ ਹੋਏ ਆ, ਇਹ ਜਿਹੀਆਂ ਦੋਸਤੀਆਂ ਤੋਂ ਬਖਸ਼ਿਸ਼ਾਂ ਕਰਕੇ। ਅਤੇ ਇਹ ਦੇਖਿਆ ਜਾਵੇ ਕਿ ਇਹ ਹਰਜਿੰਦਰ ਸਿੰਘ ਜਿੰਦਾ ਅਤੇ ਸੁੱਖਾ, ਜੇ ਆਪਾਂ ਇਹਨਾਂ ਦੀ ਲਾਈਫ ਨੂੰ ਡਿਵਾਈਡ ਕਰਨੀ ਚਾਹੀਦੀ, ਤਿੰਨ ਫੇਸਾਂ 'ਚ ਡਿਵਾਈਡ ਕੀਤਾ ਜਾ ਸਕਦਾ ਹੈ ਜੀ। ਇੱਕ ਇਹਨਾਂ ਦੀ ਲਾਈਫ ਸੀਗੀ ਜਿਹੜੀ ਬਿਫੋਰ 84 ਜੀ,
बिफोर 84 हरजिंदर सिंह जिंदे की लाइफ जिदा एक स्टूडेंट की सी खालसा कॉलेज, एक बड़ा मार्शियल तो बड़ा जाने कि दाबे वाला एक दग जिदा एक नहीं होंगे जाने बॉस टाइप जरा सारा अमृतसर वे सारा अमृतसर जानता सी सारा खालसा कॉलेज जानता सी कोई बंदा हैगा है जाने कि लड़ाई पढ़ाई बॉस मेन बंदा सी सारे जानते ਇਹਦੇ ਵਿੱਚ ਵੀ ਤੇ ਜੋ ਦੂਸਰੇ ਜਿਹੜੇ ਬੈਲੀ ਪੁਣੇ ਵਾਲੇ ਸਮਗਲਿੰਗ ਵਾਲੇ 'ਚ ਉਹ ਵੀ ਜਾਣਦੇ ਸੀ ਕਿ ਜਿੰਦਾ ਕੋਈ ਨਾਮ ਹੀ ਅਤੇ ਇਸ ਤਰ੍ਹਾਂ ਦਾ ਸੀਗਾ ਅਤੇ ਬੜਾ ਡੈਵੋਨੈਰ ਅਤੇ ਬੜਾ ਸ਼ੌਕੀਨ ਅਤੇ ਮੋਟਰਸਾਈਕਲ ਰੱਖਣਾ ਨਜਾਇਜ਼ ਪਿਸਤੌਲ ਰੱਖਣਾ ਅਤੇ ਇਸੇ ਤਰੀਕੇ ਨਾਲ ਇਹ ਸੰਤਾਂ ਕੋਲ ਚਲਾ ਗਿਆ ਸੀ ਇਹਨੂੰ ਬਖਸ਼ੀਸ਼ ਉਹਨੂੰ ਫੜ ਕੇ ਲੈ ਗਏ ਬਖਸ਼ੀਸ਼ ਇਹਨਾਂ ਦਾ ਦੋਸਤ ਸੀ ਬਹੁਤ ਜ਼ਿਆਦਾ ਮਥੁਰਾ ਸਿੰਘ ਅਤੇ ਹਰਜਿੰਦਰ ਸਿੰਘ ਜਿੰਦਾ ਉਹ ਸੰਤਾਂ ਕੋਲ ਗਿਆ ਤਾਂ ਸੰਤਾਂ ਦਾ ਹੀ ਹੋ ਗਿਆ ਸੰਤਾਂ ਕੋਲ ਜਿਹੜੇ ਜਾਂਦੇ ਸੀ ਅਸਲ ਬੰਦੇ ਤੱਤ ਵਾਲੇ ਉਹ ਸੰਤਾਂ ਦੇ ਹੀ ਹੋ ਜਾਂਦੇ ਸੀ ਉਹ ਉੱਥੇ ਹੀ ਰਹਿ ਗਿਆ ਅਤੇ ਉਹਨੇ ਇੱਕ ਦਿਨ ਹਰਜਿੰਦੇ ਨੂੰ ਵੀ ਬੁਲਾਇਆ ਅਤੇ ਬੁਲਾਇਆ ਸੰਤਾਂ ਅਤੇ ਸੰਤਾਂ ਨੇ ਇਹਦੇ ਤੀਰ ਮਾਰਿਆ ਇਹ ਆਪ ਹੀ ਦੱਸਦਾ ਹੁੰਦਾ ਉਦੋਂ ਇਹ ਪੂਰਾ ਦੂਸਰੀ ਫੋਰਮ 'ਚ ਸੀਗਾ ਬਿਫੋਰ 84 ਦੀ ਗੱਲ ਹੈ ਉਹਨੇ ਤੀਰ ਮਾਰ ਕੇ ਕੀ ਕਰਦਾ ਤੂੰ ਇਹ ਤਾਂ ਉਦੋਂ ਸੰਤਾਂ ਤੋਂ ਡਰਦੇ ਸੀ ਸਾਰੇ ਹੈ ਨਾ ਉਦੋਂ ਗੱਲ ਸਮਝ ਵੀ ਨਹੀਂ ਸੀ ਹੁਣ ਕਿਹਾ ਨਹੀਂ ਨਹੀਂ ਕੁਛ ਨਹੀਂ ਕਰਦੇ ਤੁਹਾਡੇ ਹੀ ਬੱਚੇ ਬਸ ਇੰਨੇ ਬਸ ਉਹ ਤੀਰ ਦੀ ਕਰਮ ਆ ਜਦੋਂ 84 ਤੋਂ ਬਾਅਦ ਉਹਨੇ ਫਿਰ ਉੱਧਰ ਆ ਗਿਆ ਪਾਕਿਸਤਾਨ ਗਏ ਫਿਰ ਆਪਣੇ ਕੇਸ ਕਰਕੇ ਦਿੱਲੀ ਆ ਗਏ ਮਥੁਰਾ ਸਿੰਘ ਨੂੰ ਪਹਿਲਾਂ ਹੀ ਜਾਣਦੇ ਸੀ ਹੈ ਨਾ ਪਹਿਲੀ ਲਾਈਫ ਹਰਜਿੰਦਰ ਸਿੰਘ ਜਿੰਦੇ ਦੀ ਉਹ ਸੀ ਅਤੇ ਫਿਰ ਉਹ ਤੀਰ ਦੀ ਕਰਾਮਾਤ ਫਿਰ ਉੱਧਰ ਆ ਗਏ ਪਹਿਲੀ ਲਾਈਫ ਸੁਖਦੇਵ ਦੀ ਇਹ ਸੀ ਕਿ ਉਹ ਗੰਗਾਨਗਰ ਦਾ ਸੀਗਾ ਅਤੇ ਉੱਥੇ ਕਰਨਪੁਰ ਕੋਲ ਉਹ ਉਹਨਾਂ ਦੇ ਰਹਿਸ਼ ਸੀ ਉਹ ਅਤੇ ਬਲਜਿੰਦਰ ਸਿੰਘ ਰਾਜੂ ਉੱਥੇ ਉਹ ਪੜ੍ਹਦਾ ਸੀ ਬੀ ਏ ਵਿੱਚ ਉਹਦਾ ਕੋਈ ਪੰਜਾਬ ਨਾਲ ਕੋਈ ਵਾਲਾ ਵਾਸਤਾ ਵੀ ਨਹੀਂ ਸੀ ਸੁਖਦੇਵ ਦਾ ਅਤੇ ਉਹ ਹਿੰਦੀ ਬੋਲਦਾ ਸੀ ਉਹਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਹਿੰਦੀ ਵੀ ਪੜ੍ਹਦਾ ਸੀ ਅੱਛਾ ਜੀ ਅਤੇ ਉਹ ਜਦੋਂ 84 ਹੋਇਆ ਬਲਜਿੰਦਰ ਕਰਕੇ ਹਰਜਿੰਦਰ ਗਏ ਅਤੇ ਉਹਦੇ ਅਸਰ ਹੋਇਆ ਉਹ ਜਿੱਦਾਂ ਫਿਰ ਉਹ ਜਿੱਦਾਂ ਸੱਦ ਸੀ ਪੰਥ ਦੀ ਉਹਨੇ ਵੀ ਇੱਧਰ ਆ ਗਿਆ ਆ ਕੇ ਦੇਖਿਆ ਦਰਬਾਰ ਸਾਹਿਬ ਤਾਂ ਫਿਰ ਇਹਨਾਂ ਸਾਰਿਆਂ ਨੇ ਦੇਖਿਆ ਬਾਅਦ 'ਚ ਅੱਛਾ ਜੀ ਫਿਰ ਇਹਨਾਂ ਉਹ ਵੀ ਆ ਗਿਆ ਹੈ ਨਾ ਉਹਦੀ ਪਹਿਲੀ ਲਾਈਫ ਬਿਫੋਰ 84 ਦੋਵਾਂ ਦੀ ਇਹ ਸੀਗੀ ਫਿਰ ਆਫਟਰ 84 ਦੇਖੋ ਕਿ ਉਹ ਆਏ ਇਕੱਠੇ ਹੋ ਗਏ ਜਿਹੜਾ ਕਾਮਨ ਪੁਆਇੰਟ ਸੀਗਾ ਮਥੁਰਾ ਸਿੰਘ ਮਥੁਰਾ ਸਿੰਘ ਬਹੁਤ ਵੱਡਾ ਕਰੈਕਟਰ ਸੀ ਚਲੋ ਉਹਦੇ ਬਾਰੇ ਫਿਰ ਗੱਲ ਕਰਾਂਗੇ ਫਿਰ ਇਹਨਾਂ ਦਾ ਦੋਸਤ ਸੀ ਸੁਖਵਿੰਦਰ ਸਿੰਘ ਸ਼ਿੰਦਾ ਜਿਹੜਾ ਅੰਦਰੋਂ ਲੜਾਈ ਲੜ ਕੇ ਆਇਆ ਸੀ ਫਿਰ ਬਲਜਿੰਦਰ ਸਿੰਘ ਰਾਜੂ ਉਹ ਜਿੰਦੇ ਦੇ ਮਾਮੇ ਦਾ ਮੁੰਡਾ ਸੀ ਇਹ ਪੰਜ ਜਣੇ ਦਿੱਲੀ ਇਕੱਠੇ ਹੋ ਗਏ ਦਿੱਲੀ ਇਹ ਸਾਡੇ ਬੜੇ ਅਜ਼ੀਜ਼ ਸੀ ਸੱਜਲ ਵੱਡੀ ਤੋਂ ਆਪਣੇ ਸਰਦਾਰ ਸੁਰਜੀਤ ਸਿੰਘ ਅਤੇ ਉਹਨਾਂ ਦੇ ਵਾਈਫ ਉਹ ਸਾਡੀ ਭੈਣ ਜੀ ਸੀ ਅਤੇ ਉਹਨਾਂ ਦੀ ਸਾਡੀ ਠਹਿਰ ਸੀ ਜਿਨ੍ਹਾਂ ਦੇ ਅੱਗੇ ਬੇਟੇ ਜਾਣੀ ਕਿ ਆਪਣੇ ਸੁਰਜੀਤ ਸਿੰਘ ਪੈਂਟਾ ਪਰਮਜੀਤ ਸਿੰਘ ਉਹ ਸਾਰੇ ਸੀ ਉਹ ਵੀ ਸਾਰੇ ਫਿਰ ਇੱਧਰ ਆਏ ਬਾਅਦ 'ਚ ਆਏ ਇਹ ਸਾਡੇ ਮੇਨ ਸੀ ਜਿਹਨਾਂ ਕੋਲ ਉੱਥੇ ਸਮਾਨ ਸੀ ਅਸੀਂ ਪਹਿਲਾਂ ਇਹਨਾਂ ਕੋਲ ਰਹੇ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਆ ਉੱਥੇ ਆ ਕੇ ਅਸੀਂ ਵੀ ਉੱਥੇ ਆ ਗਏ ਫਿਰ ਸਾਡਾ ਉਹ ਦੂਸਰਾ ਫੇਸ ਸ਼ੁਰੂ ਹੋ ਜਾਂਦਾ ਆ ਉਹ ਸਾਡਾ ਇੱਕੋ ਜਿਹਾ ਹੀ ਆ ਸਾਰਿਆਂ ਦਾ ਅਤੇ ਉਹ ਹੈਗਾ ਆ ਮਿਲੀਟੈਂਸੀ ਦਾ ਜੰਗ ਦਾ ਸ਼ਹਾਦਤਾਂ ਦਾ ਉਹ ਉਹ ਆਫਟਰ ਜਾਣੀ ਕਿ ਜਦੋਂ ਅਸੀਂ ਮਿਲੇ ਹਾਂ ਜਾਣੀ ਕਿ 9 July ਤੋਂ ਬਾਅਦ ਲੈ ਲਈਏ ਅਤੇ ਜਦੋਂ ਤੋਂ ਅਸੀਂ ਫੜੇ ਗਏ ਹਾਂ ਜਾਂ ਜਦੋਂ ਤੱਕ ਜਿੰਦਾ ਅਤੇ ਸੁੱਖਾ ਫੜੇ ਜਾਂਦੇ ਆ ਉਦੋਂ ਤੱਕ ਕਹਿ ਸਕਦੇ ਹਾਂ ਉਹ ਫੇਸ ਸੀ ਉਹ ਸੀ ਜੰਗ ਵਾਲਾ ਸਦਾ ਹੀ ਜੰਗ ਦੇ ਖਿਆਲ 'ਚ ਹੀ ਰਹਿਣਾ ਸਾਥੀ ਡਿੱਗ ਰਹੇ ਸ਼ਹੀਦ ਹੋ ਰਹੇ ਆ ਨਵੇਂ ਆ ਰਹੇ ਆ ਐਕਸ਼ਨਾਂ ਬਾਰੇ ਜੰਗ ਬਾਰੇ ਤਸ਼ੱਦਦ ਬਾਰੇ ਜਾਂ ਲੋਕਾਂ ਦੀ ਕੇਅਰ ਕਰਨ ਬਾਰੇ ਉਹੀ ਖਿਆਲ ਹੁੰਦਾ ਸੀ ਉਹੀ ਦੋਸਤੀ ਸਦਾ ਚੜ੍ਹਾਈ 'ਤੇ ਰਹਿਣਾ ਕੋਈ ਥਕਾਨ ਮਹਿਸੂਸ ਨਹੀਂ ਕਰਨਾ ਨਾ ਖਾਣ ਪੀਣ ਬਾਰੇ ਸੋਚਣਾ ਆਪਣਾ ਪਹਿਨਣ ਬਾਰੇ ਨਾ ਕਰਦਿਆਂ ਬਾਰੇ ਤਾਂ ਕਦੀ ਆਈ ਨਹੀਂ ਸੀ ਗੱਲ ਨਾ ਘਰਾਂ ਬਾਰੇ ਨਾ ਕਿਸੇ 'ਚ ਹੋਰ ਚੀਜ਼ ਬਾਰੇ ਸਦਾ ਇਹੀ ਹੁੰਦੀ ਸੀ ਕਿ ਅਸੀਂ ਲੜ ਰਹੇ ਹਾਂ ਅਤੇ ਸਾਡਾ ਇਹ ਦੁਸ਼ਮਣ ਦਿੱਲੀ ਤਖ਼ਤ ਆ ਬੇਪਰ ਦਾ ਤਖ਼ਤ ਇਹਦੇ ਸਭ ਤੋਂ ਵੱਡੇ ਵੱਡੇ ਥੰਮ ਅਸੀਂ ਕਿਵੇਂ ਸੁੱਟਣੇ ਨੇ ਲੁਧਿਆਣੇ ਵਾਲੀ ਜਿਹੜੀ ਡਕੈਤੀ ਸੀਗੀ ਉਹ ਵਾਹਵਾ ਲੰਬਾ ਇੱਕ ਪ੍ਰੋਸੈਸ ਸੀਗਾ ਵੀ ਤੁਸੀਂ ਕਾਫੀ ਟਾਈਮ ਜਿਹੜਾ ਭਾਈ ਜਿੰਦੇ ਹੁਣ ਦੱਸਦੇ ਨੇ ਚਿੱਠੀ ਦੇ ਵਿੱਚ ਵੀ ਲੱਗਿਆ ਉਹਦੇ ਬਾਰੇ ਜ਼ਰੂਰ ਦੱਸਿਓ ਵੀ ਰੈਕੀ ਕਿੰਨਾ ਚਿਰ ਕੀਤੀ ਕਿਵੇਂ ਕਿਵੇਂ ਉਹ ਸਾਰਾ ਚਲੋ ਉਹ ਵੀ ਇੱਕ ਸੀਗਾ ਉਹ ਪੈਸੇ ਦੀ ਜ਼ਿਆਦਾ ਜ਼ਰੂਰਤ ਸੀ ਉਹ ਫਿਰ ਵੱਡਾ ਕੰਮ ਕਰਨਾ ਪਿਆ ਉਹ ਬਿਲਕੁਲ ਇਹਨਾਂ ਦੇ ਜਿੱਦਾਂ ਜਾੜ 'ਚੋਂ ਕੱਢਣਾ ਸੈਂਟਰ ਲੁਧਿਆਣੇ ਦਾ ਜਿੱਥੇ ਸਭ ਤੋਂ ਜ਼ਿਆਦਾ ਸਿਕਿਉਰਿਟੀ ਸੀ ਉੱਥੋਂ ਅਸੀਂ 6 crore ਰੁਪਇਆ ਫਿਰ ਲਿਆ ਬੈਂਕ 'ਚੋਂ ਜਾਣੀ ਕਿ 40 ਮਿੰਟ ਵਿੱਚ ਰਹਿ ਕੇ ਕਿਸੇ ਨੂੰ ਪੁੱਛ ਨਹੀਂ ਕਿਹਾ ਪਿਆਰ ਨਾਲ
ਤੇ ਕਿੰਨਾ ਪੈਸਾ ਛੱਡ ਆਏ ਸੀ ਉੱਥੇ? ਬਾਕੀ ਛੱਡ ਆਏ ਸੀ, ਸਾਨੂੰ ਚਾਹੀਦਾ ਨਹੀਂ ਸੀ, ਚਾਹੀਦਾ ਤਾਂ 2 ਕਰੋੜ ਸੀ। ਅੱਛਾ ਜੀ। ਤੇ ਉਹ ਵੀ ਲੜਾਈ, ਚਲੋ ਗੱਲਾਂ ਹੋ, ਲੈਸ਼ ਹੀ ਆਏ ਹੈ ਨਾ, ਅਸੀਂ ਲੈਸ਼ ਹੀ ਆਏ, ਚਾਹੀਦਾ ਤਾਂ 2 ਹੀ ਸੀਗਾ। ਅੱਛਾ ਜੀ। ਉਹ ਵੀ ਇੱਕ ਫੇਜ਼ ਆ, ਤੁਹਾਨੂੰ ਪਹਿਲਾਂ ਵੀ ਕਿਹਾ ਪੈਸਾ ਉਹ ਸਾਡਾ ਹੱਕ ਸੀਗਾ। ਉੱਥੇ ਮੈਂ ਇਹ ਵੀ, ਤੁਸੀਂ ਇਹ ਵੀ ਦੱਸ ਦਿਓ, ਸ਼ਾਇਦ ਚਿੱਠੀ 'ਚ ਸ਼ਾਇਦ ਲਿਖਿਆ ਹੋਇਆ ਵੀ ਉਹ ਉੱਥੇ ਕੁਛ ਕੁੜੀਆਂ ਸੀ ਜਿਹੜੀਆਂ ਕੰਮ ਕਰਦੀਆਂ, ਉਹ ਕਹਿੰਦੀਆਂ ਵੀ ਸਾਡੇ ਅਫਸਰਾਂ ਨੂੰ ਦੱਬ ਕੇ ਵੀ ਮਾਰ ਕੇ ਜਾਓ। ਦੇਖੋ, ਅਸੀਂ ਜਿਹੜਾ ਪੈਸਾ ਬੈਂਕ ਦਾ ਕਰਦੇ ਸੀ, ਕਿ ਨੈਸ਼ਨਲਾਈਜ਼ ਬੈਂਕ ਦਾ ਕਰਦੇ ਸੀ, ਅਸੀਂ ਕਦੀ ਕਿਸੇ ਨੂੰ ਕੁਛ ਨਹੀਂ ਸੀ ਕਿਹਾ, ਕਿਸੇ ਦਾ ਪੈਸਾ ਨਹੀਂ ਸੀ ਲਿਆ। ਅਤੇ ਬੜੇ ਪਿਆਰ ਨਾਲ ਉਹਨਾਂ ਨੂੰ ਪੇਸ਼ੈਂਟ ਨੂੰ ਦੱਸ ਦਿੰਦੇ ਹੁੰਦੇ ਸੀ ਅਸੀਂ ਕੌਣ ਆ, ਕਿਉਂ ਕਰਦੇ ਹਾਂ, ਬੜੇ ਕੋਪਰੇਟ ਕਰਦੇ ਸੀ। ਇਹ ਬੈਂਕ 'ਚ ਵੀ ਅਸੀਂ ਉਹਨੂੰ ਦੱਸਤਾ ਸੀ, ਅਸੀਂ ਯਾਨੀ ਕਿ ਸਾਡਾ ਤੁਹਾਡਾ ਆਰਾਮ ਨਾਲ ਬੈਠੋ ਸਰ, ਸਾਡਾ ਪੈਸਾ ਆ, ਸਾਨੂੰ ਚਾਹੀਦਾ ਆ, ਅਸੀਂ ਲੈ ਰਹੇ ਹਾਂ, ਤੁਹਾਡਾ ਵਿੱਚ ਕੋਈ ਲੈਣ ਦੇਣ ਨਹੀਂ। ਉਹਨਾਂ ਨੇ ਬੜਾ ਕੋਪਰੇਟ ਕੀਤਾ, ਅਤੇ ਬਾਅਦ 'ਚ ਵੀ ਸਾਨੂੰ CBI ਦੇ ਦਿਓ ਸਾਡੀ ਪੁੱਛਗਿੱਛ ਕਰ, ਉਹਨਾਂ ਦਾ ਕਹਿਣਾ ਕਿ ਉਹਨੇ ਸਾਨੂੰ ਕੋਪਰੇਟ ਨਹੀਂ ਕੀਤਾ, ਤੁਹਾਡੇ ਵੱਲ ਜ਼ਿਆਦਾ ਭੁਗਤ ਰਹੇ ਸੀ। ਉਹ ਵੀ ਦੇਖੋ ਹਿੰਦੂ ਸੀਗੇ, ਜ਼ਿਆਦਾ ਕੁੜੀਆਂ ਜਿਹਨਾਂ ਦੀ ਗੱਲ ਕਰਦੇ, ਸਾਰੇ ਆਊਟ ਆਫ ਸਟੇਟ ਵਾਲੀਆਂ ਸੀ, ਕਿਉਂਕਿ ਬਹੁਤ ਵੱਡਾ ਬੈਂਕ ਸੀ ਉਹ। ਅਤੇ ਚਲੋ ਆਪਾਂ ਜਿਹੜੀ ਮੇਨ ਗੱਲ ਆਈਏ ਕਿ ਜਿਹੜੀ ਉਹਨਾਂ ਦੀ ਲਾਈਫ ਆ, ਉਹ ਜਿਹੜਾ ਮਿਲੀਟੈਂਸੀ ਵਾਲਾ ਜਦੋਂ ਤੱਕ ਫੜੇ ਜਾਂਦੇ ਆ ਸੁਖਦੇਵ ਸਿੰਘ, ਅਤੇ ਉਹ ਇੱਕ ਫੇਜ਼ ਸੀ ਕਿ ਸਦਾ ਜੰਗ ਦੇ ਵਿੱਚ, ਇੱਦਾਂ ਬੈਂਕ ਐਕਸ਼ਨਸ, ਪੰਜਾਬ ਦੇ ਵਿੱਚ ਬਾਰਡਰ ਟੱਪਣਾ, ਨਵੇਂ ਸਾਥੀਆਂ ਨੂੰ ਮਿਲਣਾ, ਔਰਗਨਾਈਜ਼ ਕਰਨਾ, ਐਕਸ਼ਨ ਕਰਨੇ, ਨਵੇਂ ਬੰਦਿਆਂ ਨੂੰ ਸਿਖਾਉਣਾ, ਬਾਹਰ ਜਾਣਾ, ਬਾਹਰ ਠਹਿਰਾਂ ਬਣਾਉਣੀਆਂ, ਬੰਦਿਆਂ ਦੀਆਂ ਕੇਅਰਸ ਕਰਨੀਆਂ, ਪਾਕਿਸਤਾਨ ਵਾਲਿਆਂ ਨਾਲ ਕੰਟੈਕਟ ਕਰਨਾ, ਫੋਰਨ ਵਾਲਿਆਂ ਨਾਲ ਕੰਟੈਕਟ ਕਰਨਾ, ਪੈਸੇ ਦਾ ਪ੍ਰਬੰਧ ਬਹੁਤ ਜ਼ਿਆਦਾ, ਅਸੀਂ ਮੋਸਟ ਬਿਜ਼ੀ ਹੁੰਦੇ ਸੀ, ਸਾਡੇ ਕੋਲ ਬਿਲਕੁਲ ਟਾਈਮ ਨਹੀਂ ਸੀ ਸੋਚਣ ਦਾ ਵੀ ਕੁਛ ਕਰਨ ਦਾ। ਜਿੰਦਾ ਇੰਨਾ ਬਿਜ਼ੀ ਹੁੰਦਾ ਸੀ, ਉਹ ਰੋਟੀ ਵੀ ਨਹੀਂ ਸੀ ਖਾਂਦਾ, ਉਹਨੂੰ ਰੋਟੀ ਦਾ ਬਿਲਕੁਲ ਹੀ ਸ਼ੌਕ ਹੁੰਦਾ ਹੀ ਨਹੀਂ ਸੀ, ਉਹਦੇ ਬੈਠ ਕੇ ਉਹਨੂੰ ਫੜ ਕੇ ਜਾਣੀ ਕਿ ਰੋਟੀ ਖਾਣੀ ਮੈਨੂੰ, ਰੋਟੀ ਖਾ ਲਾ। ਇੱਦਾਂ ਹੀ ਮਨਵੀਰ ਸਿੰਘ ਦਾ ਵੀ ਇਸ ਤਰ੍ਹਾਂ ਸੀ ਕਿ ਕੰਮ ਬਿਜ਼ੀ ਸੀਗੇ, ਜਾਣੀ ਕਿ ਉਸ ਵਕਤ ਅਸੀਂ ਇਹੋ ਜਿਹੇ ਫੇਸ ਸੀਗੇ, ਇੰਨੀ ਜ਼ਿਆਦਾ ਸ਼ਿੱਦਤ ਨਾਲ ਅਸੀਂ ਇਸ ਜੰਗ ਦੇ ਵਿੱਚ ਸੀਗੇ। ਅਤੇ ਇਹ ਤਾਂ ਉਹ ਫੇਜ਼ ਆ ਸਾਡਾ ਸਾਰਿਆਂ ਦਾ ਸਾਂਝਾ ਹੀ ਸੀਗਾ, ਅਤੇ ਉਹਦੇ ਵਿੱਚ ਹੀ ਐਕਸ਼ਨ ਹੋਏ ਆ, ਉਹ 'ਚ ਹੀ ਸਾਰੇ ਤਸ਼ੱਦਦ ਸਹੇ ਗਏ ਆ, ਉਹ 'ਚ ਹੀ ਵੱਡੀਆਂ ਵੱਡੀਆਂ ਅਸੀਂ ਮਾਰਾਂ ਮਾਰੀਆਂ, ਅਤੇ ਉਹਦੇ ਵਿੱਚ ਹੀ ਜੋ ਪੰਥ ਦੇ ਵੱਡੇ ਕੰਮ ਹੋਏ ਆ, ਅਤੇ ਜੋ ਕੀਰਤੀਮਾਨ ਸਥਾਪਿਤ ਹੋਏ ਆ, ਉਹ ਸੰਗਤ ਦੀ ਬਦੌਲਤ, ਉਹਨਾਂ ਦੇ ਅਰਦਾਸ ਅਤੇ ਗੁਰੂ ਕਰਕੇ, ਅਤੇ ਅਸੀਂ ਤੁਰੇ ਰਹੇ, ਅਸੀਂ ਕਦੀ ਪਿੱਛੇ ਨੂੰ ਨਹੀਂ ਦੇਖਿਆ, ਜਿਵੇਂ ਅੱਜ ਵੀ ਅਸੀਂ ਕਦੀ ਨਹੀਂ ਪਿੱਛੇ ਨੂੰ ਦੇਖਿਆ। ਅਤੇ ਤੀਸਰਾ ਫੇਜ਼ ਜਿਹੜਾ ਫਾਈਨਲ ਫੇਜ਼ ਹੈ ਇਹਨਾਂ ਦਾ, ਸੁਖਦੇਵ ਸਿੰਘ ਅਤੇ ਹਰਜਿੰਦਰ, ਜਿਵੇਂ ਮੈਂ ਉਹਨਾਂ ਨੂੰ ਡਿਫਾਈਨ ਕਰਦਾ ਕਿ ਫਸਟ ਸੈਕਿੰਡ, ਉਹ ਸੀਗਾ ਜਦੋਂ ਫੜੇ ਗਏ। ਸੁਖਦੇਵ ਸਿੰਘ ਫੜਿਆ ਗਿਆ 86 ਦੇ ਵਿੱਚ, ਸੁਖਦੇਵ ਸਿੰਘ ਅਤੇ ਨਿੰਮਾ ਇਹ ਪੂਨੇ ਤੋਂ ਫੜੇ ਗਏ, ਉੱਥੋਂ ਕੁਛ ਵੈਪਨ ਲੈ ਕੇ ਆ ਰਹੇ ਸੀ, ਅਤੇ ਐਕਸੀਡੈਂਟ ਹੋ ਗਿਆ ਅਤੇ ਅਰੈਸਟ ਹੋ ਗਏ ਜੀ। ਅਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਉਹੀ ਬੰਦੇ ਆ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਅਸੈਸੀਨੇਟ ਕੀਤਾ, ਅਤੇ ਉਹਨਾਂ ਲਈ ਬਹੁਤ ਵੱਡੀ ਕਾਮਯਾਬੀ ਸੀ, ਇਹ ਉੱਥੇ ਫੜ ਗਏ। ਅਤੇ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ 87 ਦੇ ਵਿੱਚ, 87 ਅਗਸਤ ਦੇ ਨੇੜੇ ਤੇੜੇ ਦਿੱਲੀਓਂ, ਜਦੋਂ ਅਸੀਂ ਦੁਬਾਰਾ ਇਹਨਾਂ ਨੇ ਜਾ ਕੇ ਦਿੱਲੀ 'ਚ ਸੈਟਅਪ ਕਰ ਲਿਆ ਸੀ, ਹਰਜਿੰਦਰ ਸਿੰਘ ਜਿੰਦਾ, ਸਤਨਾਮ ਸਿੰਘ ਬਾਵਾ, ਸਾਰਿਆਂ ਨੇ ਉੱਥੇ ਅਸੀਂ ਦੁਬਾਰਾ ਸੈਟਅਪ ਕਰ ਲਿਆ ਸੀ ਵੱਡੇ ਐਕਸ਼ਨਾਂ ਲਈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਸਾਡਾ ਪ੍ਰਾਈਮ ਟਾਰਗੇਟ ਸਭ ਤੋਂ ਪਹਿਲਾਂ ਅਰੁਣ ਨਹਿਰੂ ਸੀ, ਜਿਹਨੇ ਸਾਰਾ ਕੁਛ, ਜੇ ਰੀਅਲ ਜੇ ਇੱਕ ਬੰਦਾ, ਵੈਸੇ ਤਾਂ ਸਟੇਟ ਦੀ ਪੋਲਸੀ ਸੀ ਜੋ 84 ਦਾ ਜੋ ਪ੍ਰੋਗਰਾਮ ਹੋਇਆ ਆ, ਉਹ ਸਟੇਟ ਦੀ ਪੋਲਸੀ ਸੀਗੀ, ਸਟੇਟ ਦੀ ਪੋਲਸੀ, ਅਤੇ ਬਹੁ ਗਿਣਤੀ ਲੋਕਾਂ ਦੀ ਸਹਿਮਤੀ ਸੀਗੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ, ਵਿੱਚ ਕੋਈ ਦੋਰਾਵਾਂ ਨਹੀਂ, ਅਤੇ ਕਿਸੇ ਨੇ ਉਹਦਾ ਵਿਰੋਧ ਨਹੀਂ ਕੀਤਾ। ਪਰ ਜੇ ਇੱਕ ਬੰਦਾ, ਜੇ ਕੋਈ ਸਭ ਤੋਂ ਜ਼ਿਆਦਾ ਕਸੂਰ ਬਾਰੇ ਸੀਗਾ, ਜਿਹਨੇ ਸਭ ਤੋਂ ਜ਼ਿਆਦਾ ਜਾਣੀ ਕਿ ਇੱਕ ਪਲੇ ਕੀਤਾ, ਉਹ ਅਰੁਣ ਨਹਿਰੂ ਸੀ। ਅਤੇ ਸਾਨੂੰ ਇਹ ਬਹੁਤ ਇੰਪੋਰਟੈਂਟ ਬੰਦਿਆਂ ਨੇ, ਵਿਦ ਇਨ ਸਟੇਟ ਨੇ ਦੱਸਿਆ ਸੀ ਕਿ ਇਹ ਮੇਨ ਮੰਤਾ ਆ। ਫਿਰ ਅਸੀਂ ਦੂਸਰੀ ਵਾਰ ਜਦੋਂ ਜਾਂਦੇ ਹੁਣ, ਅਸੀਂ ਇਹਦਾ ਬਹੁਤ ਉਹਨਾਂ ਨੇ ਇਹਦਾ ਕੀਤਾ ਸੀ, ਅਤੇ ਉਹ ਫਿਰ ਜਦੋਂ ਇਹ ਦੂਸਰੀ ਵਾਰ ਹਰਜਿੰਦਰ ਸਿੰਘ ਜਿੰਦਾ ਉੱਥੋਂ ਫੜਿਆ ਗਿਆ, ਇਹ IB ਦਾ ਓਪਰੇਸ਼ਨ ਹੋਇਆ, ਇਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਪਤਾ ਲੱਗ ਗਿਆ ਕਿ ਇਹ ਦਿੱਲੀ ਆ ਗਏ ਆ ਦੁਬਾਰਾ, ਅਤੇ ਵੱਡਾ ਕੋਈ ਐਕਸ਼ਨ ਕਰਨ ਨੂੰ ਫਿਰ ਦਿਆ। ਇਹਨਾਂ ਨੇ ਦੇਖਿਓ ਸਾਡੇ ਲਈ ਇੱਕ ਟਰੈਪ ਸਿੱਟਿਆ ਬਹੁਤ ਵੱਡਾ, IB ਅਤੇ ਰੋ ਨੇ, ਉਹ 'ਚ ਅਸੀਂ ਆ ਗਏ, ਫਸ ਗਏ, ਸਾਨੂੰ ਪਤਾ ਨਹੀਂ ਲੱਗਿਆ। ਉਹ ਜੋ ਸਾਨੂੰ ਟਰੈਪ ਸਾਡੇ ਲਈ ਕੀ ਹੁੰਦਾ ਕਿ ਸਾਨੂੰ ਵੈਪਨ ਹੁੰਦੇ ਸਾਡੇ ਲਈ ਟਰੈਪ, ਜਿਹੜੇ ਮਿਲੀਟੈਂਟ ਹੁੰਦੇ ਆ, ਬਹੁਤ ਵਧੀਆ ਵੈਪਨ, ਵੱਡੇ ਵੈਪਨ, ਜਾਂ ਕੋਈ ਐਕਸ਼ਨ ਜਾਂ ਕਿਸੇ ਨੂੰ ਫਸਾਉਣਾ ਹੋਵੇ, ਉਹ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਦੇ ਟਰੈਪ ਸਿੱਟਿਆ। ਸਾਡੇ ਕੋਈ ਬੰਦਿਆਂ ਦੇ ਰਾਹੀਂ ਇਨਫਿਲਟ੍ਰੇਸ਼ਨ ਹੋ ਗਈ ਇੱਥੇ ਅੰਮ੍ਰਿਤਸਰ,
ਅਤੇ ਉਹਨਾਂ ਰਾਹੀਂ ਸਾਡੇ ਕੋਲ ਐਕਸ਼ ਆਇਆ ਕਿ ਉਦੋਂ ਹੋਮ ਮਿਨਿਸਟਰ ਬੂਟਾ ਸਿੰਘ ਦਾ ਐਕਸ਼ਨ ਬਹੁਤ ਸੌਖਾ ਹੈ। ਉਸ ਵਕਤ ਜਿਹੜਾ ਵਿਰਸਾ ਸਿੰਘ ਸੀਗਾ ਜਾਂ ਗੋਬਿੰਦ ਸਦਨ, ਉਹਦਾ ਵੱਡਾ ਇੱਕ ਡੇਰਾ ਸੀ ਕਿ ਉੱਥੇ ਆਉਂਦਾ ਆ ਇਹ, ਅਤੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਉਹਦੀ ਉਹ ਸ਼ਰਧਾ 'ਚ ਆਉਂਦਾ, ਸਾਰੇ ਗਾਰਡ ਬਾਹਰ ਹੁੰਦੀ ਹੈ, ਦੋ ਬੰਦੇ ਅੰਦਰ ਹੁੰਦੇ ਆ ਬਲੈਕ ਕੈਟ, ਅਤੇ ਅਸੀਂ ਤੁਹਾਨੂੰ ਉਹਦੇ ਅੰਦਰ ਦਿਖਾ ਦਾਂਗੇ। ਅਤੇ ਉਹਨਾਂ ਨੇ ਸਾਨੂੰ ਦਿਖਾਇਆ, ਤੁਸੀਂ ਦੇਖ ਲਓ ਕਿ ਇਹ ਆਈ ਬੀ ਦਾ ਓਪਰੇਸ਼ਨ ਸੀ। ਉਹਨਾਂ ਨੇ ਵਾਕਈ ਸਾਨੂੰ ਉੱਥੇ ਦਿਖਾਇਆ, ਸਾਡਾ ਬੰਦਾ ਗਿਆ, ਉਹ ਇਕੱਲਾ ਆਇਆ। ਦੈਟ ਮੀਨਸ ਉਹਨਾਂ ਨੇ ਬੂਟਾ ਸਿੰਘ ਨੂੰ ਨਹੀਂ ਸੀ ਦੱਸਿਆ, ਉਹਨੂੰ ਤਾਂ ਬਲੀ ਦਾ ਬੱਕਰਾ ਬਣਾ ਦਿੱਤਾ ਸੀ ਕਿ ਨਹੀਂ। ਉਦੋਂ ਸਾਡਾ ਬੰਦਾ ਅਨਾਮੜ ਗਿਆ, ਉਹਨਾਂ ਦੇ ਬੰਦੇ ਨਾਲ ਉਹ ਦੇਖਿਆ, ਉਹ ਅਤੇ ਅਸ਼ੀਰਵਾਦ ਲੈ ਕੇ ਉਸ ਬਾਬੇ ਦਾ ਵਾਪਸ ਚਲਾ ਗਿਆ। ਜਾਂ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਕੋਲ ਵੈਪਨ ਸੀ, ਪਰ ਅਸੀਂ ਉਦੋਂ ਵੈਪਨ ਹੁੰਦੇ ਤਾਂ ਭਾਵੇਂ ਮਾਰ ਦਿੰਦੇ, ਜਾਣੀ ਕਿ ਇਹ ਹੁਣ ਬੂਟਾ ਸਿੰਘ ਨੂੰ ਤਾਂ ਨਹੀਂ ਸੀ ਪਤਾ। ਸੈਕਿੰਡ ਵਾਰ ਜਦੋਂ ਸਾਡੇ ਬੰਦੇ ਸੀ ਗਏ, ਉਹ ਜਦੋਂ ਉਹਨਾਂ ਨੇ ਕੀਤਾ, ਅਤੇ ਨੈਚੁਰਲੀ ਅਸੀਂ ਸੋਚਣਾ ਸੀ ਕਿ ਇਹ ਤਾਂ ਅਸੀਂ ਵੀ ਕਰਨਾ ਪੈਣਾ ਐਕਸ਼ਨ। ਫਿਰ ਉੱਥੇ ਜਾ ਕੇ ਹਰਜਿੰਦਰ ਸਿੰਘ ਜਿੰਦੇ ਹੋਣਾਂ ਦਾ ਮੈਨੂੰ ਪਤਾ ਸੀ, ਮੈਂ ਉੱਥੇ ਗਿਆ ਅਤੇ ਉਹਨਾਂ ਨੂੰ ਮਿਲਿਆ, ਅਤੇ ਉਹਨਾਂ ਨੂੰ ਦੱਸਿਆ ਕਿ ਐਕਸ਼ਨ ਸਾਰਾ ਕੁਛ ਹੈਗਾ ਆ, ਸਮਾਨ ਵੀ ਹੈਗਾ ਨਾਲ, ਹੈ ਨਾ, ਅਤੇ ਆਪਾਂ ਕਰ ਦਈਏ। ਫਿਰ ਉਹਨਾਂ ਨੇ ਆ ਕੇ ਇਹਨਾਂ ਦਾ ਮੈਂ ਟਾਈਮ ਸੈੱਟ ਕਰਕੇ ਆਇਆ, ਹਰਜਿੰਦਰ ਸਿੰਘ ਜਿੰਦਾ ਅਤੇ ਜਿਹੜੇ ਅੰਮ੍ਰਿਤਸਰੋਂ ਆਪਣੇ ਬੰਦੇ ਗਏ ਸੀਗੇ ਕੇ ਸੀ ਐੱਫ ਦੇ, ਕਿ ਇਹਨਾਂ ਨੇ ਮਿਲਣਾ ਸੀਗਾ ਉੱਥੇ। ਫਿਰ ਉਹਨਾਂ ਬੰਦਿਆਂ 'ਚ ਇੱਕ ਬੰਦਾ ਸੀਗਾ ਆਈ ਬੀ ਦਾ, ਉਹ ਡੀ ਐੱਸ ਪੀ ਲੈਵਲ ਦਾ ਬੰਦਾ ਸੀ, ਉਹ ਸਾਡਾ ਠਹਿਰ ਬਣ ਕੇ ਸਾਡੇ 'ਚ ਐਂਟਰ ਕਰ ਗਿਆ, ਸਾਨੂੰ ਪਤਾ ਨਹੀਂ ਸੀ ਲੱਗਿਆ। ਉਹਨੇ ਹੀ ਇਹ ਸਾਡੇ ਸਿੱਟਿਆ ਸੀ ਟਰੈਪ, ਉਹ 'ਚ ਅਸੀਂ ਆ ਗਏ। ਫਿਰ ਜਦੋਂ ਜਿੰਦੇ ਹੁਣੀ ਉਹਨੂੰ ਸੈਕਿੰਡ ਟਾਈਮ ਮਿਲੇ ਆ ਬੂਟਾ ਸਿੰਘ ਨੂੰ ਪਹਿਲਾਂ ਮਿਲ ਤੋਂ ਬਾਅਦ, ਅਤੇ ਉੱਥੇ ਉਹਨਾਂ ਨੇ ਪਹਿਲਾਂ ਹੀ ਆਉਂਦੇ ਨੂੰ ਜਿਹੜੇ ਆਈ ਬੀ ਵਾਲਿਆਂ ਦੀ ਟੀਮ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਪੱਟਾਂ 'ਚ ਉੱਥੇ ਅਰੈਸਟ ਕਰ ਲਿਆ, ਜਿੰਦੇ ਦੇ ਪੱਟਾਂ 'ਚ ਗੋਲੀਆਂ ਮਾਰ ਕੇ ਉਹ ਅਰੈਸਟ ਕਰ ਲਿਆ। ਫਿਰ ਇਹ ਦੋ ਹੀ ਬੰਦੇ ਜਿਨ੍ਹਾਂ ਨੇ ਵੈਦਿਆ ਦਾ ਅਸਲ ਕੰਮ ਕੀਤਾ ਸੀ, ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਜਿੰਦੇ ਨੇ, ਉਹ ਫੜੇ ਗਏ। ਅਤੇ ਉਸ ਤੋਂ ਬਾਅਦ ਇਹਨਾਂ ਦਾ ਫਿਰ ਉਹ ਫੇਸ ਸ਼ੁਰੂ ਹੁੰਦਾ ਜਿਹੜਾ ਫਾਈਨਲ ਹੈ, ਜਿਹੜਾ ਸਭ ਤੋਂ ਹੀ ਖੂਬਸੂਰਤ ਹੈ ਅਤੇ ਸਭ ਤੋਂ ਮਹਾਨ ਹੈ, ਜਿਹੜਾ ਫਾਂਸੀ ਤੱਕ ਜਾਂਦਾ ਹੈ, ਸ਼ਹਾਦਤ ਤੱਕ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਦੋਂ ਜੇਲ੍ਹ 'ਚ ਰਹੇ ਆ, ਇਹਨਾਂ ਨੇ ਇਹਨਾਂ 'ਤੇ ਬਹੁਤ ਤਸ਼ੱਦਦ ਹੋਇਆ, ਬਹੁਤ ਔਖੇ ਸਮੇਂ 'ਚ ਰਹੇ ਆ, ਜਿੰਦੇ ਦੀ ਲੱਤ ਤੋਂ ਟੁੱਟੀ ਸੀ ਸੁਖਦੇਵ, ਬੜੀਆਂ ਲੰਬੀਆਂ ਇੰਟੈਰੋਗੇਸ਼ਨਾਂ 'ਚ ਸਾਰੀਆਂ ਏਜੰਸੀਆਂ 'ਚ ਰਹੇ ਆ, ਸਭ ਤੋਂ ਜ਼ਿਆਦੀਆਂ ਲੰਬੀਆਂ ਇੰਟੈਰੋਗੇਸ਼ਨਾਂ 'ਚ ਰਹੇ, ਸਭ ਏਜੰਸੀਆਂ ਦੀ ਕੀ ਮਿਲਟਰੀ ਕੀ ਰੋਕ ਕੀ ਐਵਰੀਥਿੰਗ, ਅਤੇ ਉਹਨਾਂ ਨੇ ਸਹੀ ਹੈ ਅਤੇ ਕੁਛ ਨਹੀਂ ਇਹਨਾਂ ਨੇ ਉਹਨਾਂ ਦੇ ਪੱਲੇ ਪਾਇਆ। ਹਰਜਿੰਦਰ ਸਿੰਘ ਜਦੋਂ ਉਹ ਪਹਿਲੀ ਵਾਰ ਵੀ ਫੜਿਆ ਗਿਆ ਸੀ, ਉਹਨੇ ਉਦੋਂ ਵੀ ਕੁਛ ਨਹੀਂ ਸੀ, ਇਸ ਕਰਕੇ ਉਹਦੇ ਬਾਰੇ ਤਾਂ ਮਸ਼ਹੂਰ ਸੀ ਕਿ ਉਹਨੂੰ ਤਾਂ ਕਿਹਾ ਸੀ ਕਿ ਮੈਨੂੰ ਮੈਂ ਸਭ ਕੁਛ ਜਾਣਦਾ ਪਰ ਦੱਸਣਾ ਨਹੀਂਗਾ, ਪੁੱਛ ਸਕਦੇ ਹੋ ਪੁੱਛ, ਅਤੇ ਉਹਨੇ ਕਦੇ ਨਹੀਂ ਸੀ। ਅਤੇ ਸੁਖਦੇਵ ਸਿੰਘ ਦਾ ਹੈ ਹੀ ਸੀ ਕਿ ਉਹ ਤਾਂ ਬਹੁਤ ਸਟਰੋਂਗ ਕਰੈਕਟਰ ਸੀ, ਉਹਨੇ ਦੱਸਣਾ ਹੀ ਕੀ ਸੀ। ਇਹਨਾਂ ਦੋਵਾਂ ਨੇ ਕੋਈ ਗੱਲ ਨਹੀਂ ਦੱਸੀ ਸਾਡੀ, ਅਸੀਂ ਉਹਨਾਂ ਠਹਿਰਾਂ 'ਤੇ ਠਹਿਰਦੇ ਰਹੇ ਹਾਂ, ਹਾਲੇ ਤੱਕ ਵੀ ਉਹ ਠਹਿਰਾਂ ਕਈ ਉਸੇ ਤਰ੍ਹਾਂ ਹੈ। ਅਤੇ ਇਹ ਗੱਲ ਆ ਦੇਖੋ ਸਿਦਕ ਦਾ ਅਤੇ ਗੁਰੂ ਦੀ ਮਿਹਰ ਦਾ, ਕਿ ਅਸੀਂ ਉਹਨਾਂ ਥਾਵਾਂ 'ਤੇ ਠਹਿਰੇ ਸੀ, ਉਸ ਤਰ੍ਹਾਂ ਹੀ ਚੱਲ ਰਹੇ ਸੀ ਅਤੇ ਉਹਨਾਂ 'ਤੇ ਟੋਰਚਰ ਹੋ ਰਿਹਾ ਸੀ। ਹਾਲੇ ਤੱਕ ਵੀ ਕੁਛ ਠਹਿਰਾਂ ਇਹੋ ਜਿਹੀਆਂ ਜਿਹੜੀਆਂ ਐਕਸਪੋਜ਼ ਨਹੀਂ ਹੋਈਆਂ, ਅਤੇ ਉਹ ਉਸੇ ਤਰ੍ਹਾਂ ਸਾਨੂੰ ਬੰਦੇ ਮਿਲਦੇ ਜੁਲਦੇ ਆ, ਅਤੇ ਉਹ ਸ਼ਹੀਦ ਹੋ ਗਏ ਅਤੇ ਅਸੀਂ ਸਭ ਤੋਂ ਜ਼ਿਆਦਾ ਰਹਿੰਦੇ ਹੁੰਦੇ ਸੀ। ਅਤੇ ਇਹ ਉਹਨਾਂ ਦਾ ਕਰੈਕਟਰ ਕਿ ਉਹਨਾਂ ਨੇ ਐਕਸਟ੍ਰੀਮ ਟੋਰਚਰ ਲੰਬੇ ਸਮੇਂ ਇੰਨੇ ਸਾਲ, ਅਤੇ ਉਹਨਾਂ ਨੇ ਕੁਛ ਵੀ ਨਹੀਂ ਕਿਹਾ, ਅਤੇ ਇਹ ਵੀ ਜਿੰਦੇ ਦਾ ਤਾਂ ਇਹ ਸੀ ਕਿ ਮੇਰੇ ਤੋਂ ਪੁੱਛ ਲਓ। ਅਤੇ ਉਹਦੇ ਬਾਰੇ ਤਾਂ ਇਹ ਸੀਨੀਅਰ ਪੁਲਿਸ ਅਫਸਰਸ ਨੇ, ਕਈਆਂ ਨੇ ਇੰਟੈਲੀਜੈਂਸ ਅਫਸਰ ਨੇ ਕਿਹਾ ਆ ਇਹ ਗੱਲਾਂ। ਮੈਨੂੰ ਇੱਕ ਰੋ ਦਾ ਬੰਦਾ ਮਿਲਿਆ ਮੇਰੀ ਇੰਟੈਰੋਗੇਸ਼ਨ, ਉਹ ਬਹੁਤ ਪ੍ਰਭਾਵਿਤ ਸੀ ਜਿੰਦੇ ਤੋਂ, ਕਹਿੰਦਾ ਬਹੁਤ ਵੱਡਾ ਬੰਦਾ ਸੀ, ਕਹਿੰਦਾ ਤੁਸੀਂ ਗਲਤ ਪਾਸੇ ਚਲੇ ਗਏ ਹੋ, ਕਿਉਂ ਚਲੇ ਗਏ, ਐਡੇ ਕਾਬਲ ਬੰਦੇ, ਸਾਡੇ ਸਭ ਤੋਂ ਵੱਡੇ ਜਾਣੀ ਕਿ ਜਿਹੜੇ ਕਮਾਂਡੋ, ਉਹਨਾਂ ਦੇ ਕਮਾਂਡਰ ਚਾਹੀਦੇ ਸੀ ਉਹਦਾ ਇਹ ਜੀ। ਉਹ ਕਹਿੰਦਾ ਮੈਂ ਬਹੁਤ ਜਿੰਦੇ ਨਾਲ ਕਈ ਮਹੀਨੇ ਰਿਹਾ ਉਹਨੂੰ ਸਟੱਡੀ ਕਰਨ ਲਈ, ਮੇਰਾ ਕੇਸ ਸਟੱਡੀ ਸੀਗਾ, ਅਤੇ ਉਹ ਬਹੁਤ ਗ੍ਰੇਟ ਬੰਦਾ ਸੀ। ਉਹਨੇ ਕਹਿ ਕੇ ਕਿ ਮੈਂ ਕੁਛ ਨਹੀਂ ਦੱਸਣਾ ਪੁੱਛ ਲਓ, ਅਤੇ ਕਹਿੰਦਾ ਮੈਨੂੰ ਕਈ ਕੁਛ ਦੱਸ ਵੀ ਦਿੰਦਾ ਹੁੰਦਾ ਸੀ ਕਿ ਮੇਰੀ ਬਹੁਤ ਦੋਸਤੀ ਹੋ ਗਈ ਸੀ, ਮੈਂ ਕਈ ਮਹੀਨੇ ਉਹਦੇ ਨਾਲ ਰਹੇ, ਇਕੱਠੇ ਖਾਣਾ ਪੀਣਾ, ਜਿਹੜੇ ਥਿਊਰੀ ਵਾਲੇ ਬੰਦੇ ਹੁੰਦੇ ਇਸ ਤਰ੍ਹਾਂ। ਫਿਰ ਇੱਕ ਹੋਰ ਸੀਨੀਅਰ ਆਈ ਪੀ ਐੱਸ, ਉਹਨੂੰ ਤਾਂ ਕਿਤਾਬ ਵੀ ਲਿਖੀ ਹੈ, ਉਹਨੇ ਵੀ ਇੱਦਾਂ ਹੀ ਲਿਖਿਆ ਇਹਨਾਂ ਦੋਵਾਂ ਬਾਰੇ ਕਿ ਉਹ ਬੰਦੇ ਬਹੁਤ ਗ੍ਰੇਟ ਸੀ, ਕਿ ਉਹਨੇ ਸਾਨੂੰ, ਉਹ ਇੱਕ ਵੇਦ ਮਰਵਾ ਦਿੱਲੀ ਦਾ ਕਮਿਸ਼ਨਰ ਆ, ਉਹਨੇ ਲਿਖਿਆ ਹੈ, ਮੈਂ ਪੜ੍ਹਿਆ, ਅਤੇ ਉਹਨੇ ਕਿਹਾ ਕਿ ਇਹ ਪਹਿਲੀ ਵਾਰ ਵੀ ਉਹ ਇੰਟੈਰੋਗੇਸ਼ਨ ਸੀ, ਦੂਸਰੀ ਵਾਰ ਕਿ ਦੋ ਹੀ ਵਾਰ ਉਹਨੇ ਸਾਨੂੰ ਸਾਰੀਆਂ ਏਜੰਸੀਆਂ ਨੂੰ ਪਹਿਲੀ ਵਾਰ ਤਾਂ ਸਿਰੇ ਦਾ ਬੇਵਕੂਫ ਬਣਾ ਦਿੱਤਾ,
उन्हें यह शो कर दिता कि मैं है ही होर कुछ हाँ। जो पहली बार जो फड़िया गया ऑलरेडी असी ललित माकन अर्जुन दास वाले काम कर चुके से, तो सारिया एजेंसिया उन्हें बड़ी चंगी तरह ही बेवकूफ बना लिया जिंदे ने कि इन चीज़ों का कोई संबंध नहीं कि वह तो एक डाकू आ, ये वो वेद मारवा उस इंटरोगेशन के दूसरी चीज़ से कि वह कि जाने की प्रेजेंस ऑफ माइंड से कि जाने की दृढ़ से कि समार्टनेस से कि फस्ट टाइम जो फड़िया गया दिल्ली उन्हें सारिया एजेंसियों को यह करता कि असी तो स्मॉल टाइम यानी कि बैंक लुटने वाले हाँ, जबकि उस वक्त सब तो ज़्यादा भाल जिंदे की हो रही थी। उदों तक नाम नहीं सी शो कि जिंदा कौन है कि एक्शन कि ने की नहीं सी पता, क्योंकि असी कभी जिम्मेवार नहीं सी ली। फिर बाद जो पता लग्या कि जिहड़े बंदे नूं असी फड़िया सी ओह डाकू उही बंदे ने सारा कुछ किया, उही बंदे ने दोबारा इंटरोगेशन की, फिर उन्हें फिर उस तरह कहा कि चलो पहला तो मैं तुहानूं बेवकूफ हूँ मैं दसना नहीं गा पुछ लो। यह जे करैक्टर से सुखदेव सिंह भी यह जे करैक्टर से, ये तुसीं देख सकते हो किदां दे बंदे होणगे। फिर जज भी काफ़ी हाँ, फिर जज देखो जज जदों जज कहिंदे सी कि तुसीं तुहाडे ते कुछ भी नहीं है तुसीं बच सकते हो, यह भी जज ने कहा, उन्होंने आप कन्फेशन की कि असीं मारिया है तो सानू जो हाईएस्ट सज़ा दो फांसी, फांसी उन्होंने आप लई है, जज नहीं सी देना चाहती आप लई है। फिर फांसी जिदन दिती उदन जज ने भी लड्डू सारे लड्डू स्पैशल परमिशन लड्डू मंगवा के सारी कचहरी च वंडे। फिर देखो उन्होंने कन्फेशन का भी फर्क है, जिहड़ी होर कन्फेशन आ उन्होंने जिहड़ी कन्फेशन की उहदे विच उन्होंने सारा कुछ ही अपने ते लै लिया, असें जिन्हें भी एक्शन किए सी वड्डे जिन्हां च जिदा मैं शामिल सी होश उन्होंने सारे अपने ते लै के सानू सारिआं चों वरी कर दित्ता। अज जे मैं बाहर बैठा उस करके बैठा, यह भी एक रोल है उन्होंने कन्फेशन। दूसरी कन्फेशन बहुत डिफरेंट है, उन्होंने सारा कुछ ही अपने ते लै के अपने ते ही लै लिया, जिहड़े बंदे नाल फड़े सी वह भी बरी हो गए, ता ही नाल जिहड़े बंदे अवतार सिंह यादविंदर सिंह निर्मल सिंह बरी होए इसी करके कि सुप्रीम कोर्ट ने कहा कि जो ये कह रहे कि असीं कीता तो ये साजिश की हो सकती है, वह भी बरी हो गए, उन्होंने कन्फेशन भी बहुत वड्डी सी। फिर जज तो उन्होंने इन्ना जाने कि जज वाले जेल वाले इन्ने प्रभावित से कि उन्होंने एक तरह के उन्हें तो भगत ही हो गए सी, तो वह चलो ऑफिशियली तो नहीं सी कर सकते फांसी वो देनी सी सब कुछ, तो बाद च उन्होंने बंदे मिलते रहे हुण तो उन्होंने डैथस हो गई, उन्होंने वो फोटो भी ला के रखी सी। तो जेल च भी उन्हों का इदा सी, जेल च जिन्ना चिर रहे पूरा उन्हों का दबदबा से सारी जेल रिस्पैक्ट करता सी, डरता भी सी जिवें वह चाहते सी उदा रहे, एक तरह का जिदा सैकेंड इन कमांड ही सुपरिटेंडेंट तो बाद इस तरह जेल च रहे। फिर तुम देखो सब तो वड्डी गल जी मैं फस्ट टाइम कर रहा कित भी है नहीं गई गल् जो मैं कर रहा, तुसी यह बहुत लक्की हो जी गल फस्ट टाइम आ रही हैं, कई गल् जी मैं इदा किसी इंटरव्यू करता नहीं हूँ। तो उन्होंने जिन्ना चे जेल च रहे है कि नहीं हूँ मैं बाहर आके पता लग्या कुछ मैं पहला पता, उन्होंने दो कोशिश की, एक तो उन्होंने जो अपना करैक्टर से रियल अकाली करैक्टर खालसे का वह रखिया जी वह तो रहना ही, फिर उन्होंने भगती बहुत की उन्होंने सुरत बहुत उत्ते चली गुरु के नेड़े हो। फिर होर गल उन्होंने सदा ही कोशिश की कि इतों निकलना किमें, सदा ही ताक च रह के निकलना किमें। फिर दूसरी कोशिश रही कि उत्थे उन्होंने देखने लिए क्योंकि प्राइज कैच वजो बहुत वी आई पी आके जेल च उन्होंने देखते सी कौन बंदे ने। फिर उन्होंने एक चिट्ठी आई मैनू कि साढ़े को बहुत मेन बंदे ईवन प्राइम मिनिस्टर जो उत्थे आँदे वो स्पैशल देख आते कि कौन बंदे आ जिन्होंने एडे कि जिंदा कौन है कि साढ़े तक तुम एक वैपन भेज दो कि पिस्टल असी एक अद्धा यह जहाँ मार दें इतने। अच्छा जेल च हाँ जेल दे विच ये मैनू लैटर आई सी बहुत पहला पर उदों असी भेज नहीं सक, बाद च उन्होंने साडा कंटैक्ट टुट गया है ना। फिर मैनू यह भी लैटर आई सी जदों असी निकल ले भी पैसों की कि बाहर असी देखो उन्होंने अंदर बैठिया च इदा के प्रबंध भी कर दिते से कि आ बंद असी प्रबंध कर दिता आ, वो कई कारण करके सिरे नहीं चढ़िया गल। पर मैनू हुण बाहर आके पता लग गया कि वह जिहड़ा वैपन आ बाद च उन्होंने मंगा लिया सी। अच्छा जी
ਬਾਅਦ 'ਚ ਇੱਕ ਹੋਰ ਬੀਬੀ ਜਿਹਦਾ ਬਹੁਤ ਰੋਲ ਆ, ਉਹਨਾਂ ਦੀ ਬਹੁਤ ਮੁਲਾਕਾਤ ਕਰਨ ਜਾਂਦੀ ਸੀ, ਜਿਹਦਾ ਆਪਣਾ ਬਹੁਤ ਵੱਡਾ ਕਰੈਕਟਰ, ਬੀਬੀ ਪਰਮਜੀਤ ਕੌਰ ਜਿਹੜੀ ਸੁਰਜੀਤ ਸਿੰਘ ਪੈਂਟਾ ਦੀ ਵਾਈਫ ਸੀ, ਬਾਅਦ 'ਚ ਕਿਸੇ ਕਾਰਨ ਕਰਕੇ ਉਹਨਾਂ ਦੀ ਮੌਤ ਹੋ ਗਈ। ਉਹ ਬਹੁਤ ਜ਼ਿਆਦਾ ਉਹਨਾਂ ਨੂੰ ਮਿਲਦੇ, ਇੱਕ ਤਾਂ ਪਰਿਵਾਰ ਮਿਲਦੇ ਸੀ ਉਹਨਾਂ ਦੀ ਮਾਤਾ ਭੈਣ ਅਤੇ ਹੋਰ, ਇੱਕ ਉਹ ਮਿਲਦੀ ਹੁੰਦੀ ਸੀ। ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਸ ਬੀਬੀ ਨੇ ਉਹਦਾ ਬਹੁਤ ਵੱਡਾ ਰੋਲ ਸੀ, ਉਹ ਜਿੱਥੇ ਵੀ ਉਹ ਭੇਜਦੇ ਸੀ ਜਾਂਦੀ ਸੀ, ਉਹੀ ਉਹਨਾਂ ਦੀਆਂ ਚਿੱਠੀਆਂ ਉਹਦੇ ਉਹਨਾਂ ਦੀਆਂ ਚਿੱਠੀਆਂ ਉਹਦੇ ਕੋਲ ਆਉਂਦੀਆਂ ਸੀ, ਉਹ ਫਿਰ ਅੱਗੇ ਉਹ ਚਿੱਠੀਆਂ ਜਿੱਦਾਂ ਕੁੱਕੀ ਸੁੱਖੀ ਨੂੰ USA ਅਤੇ ਭਾਈ ਰਜਿੰਦਰ ਸਿੰਘ ਮਨਜੀਤ ਸਿੰਘ ਨੂੰ ਇੰਗਲੈਂਡ ਜਾਂ ਹੋਰ ਜਿੱਥੇ ਉਹ ਭੇਜਦੀ ਸੀ, ਉਹਨਾਂ ਦੀਆਂ ਚਿੱਠੀਆਂ ਉਹਦੇ ਕੋਲ ਆਉਂਦੀਆਂ ਸੀ, ਉਹ ਫਿਰ ਉਹਨਾਂ ਕੋਲ ਭੇਜਦੀ ਸੀ। ਉਸ ਬੀਬੀ ਦਾ ਬਹੁਤ ਰੋਲ ਆ, ਇਹ ਵੀ ਕਿਸੇ ਨੂੰ ਨਹੀਂ ਪਤਾ। ਉਹ ਜਿਹੜਾ ਵੈਪਨ ਉਸ ਬੀਬੀ ਨੇ ਅੰਦਰ ਭੇਜ ਦਿੱਤਾ ਸੀ, ਅਤੇ ਉਹ ਜਿਹੜੇ ਬੰਦੇ ਨੇ ਅੰਦਰ ਲੈ ਕੇ ਜਾਣਾ ਸੀ, ਸਫਾਈ ਕਰਮਚਾਰੀ ਨੇ, ਉਹ ਬੇਈਮਾਨ ਹੋ ਗਿਆ ਜਾਂ ਡਰ ਗਿਆ, ਉਹ ਲੈ ਕੇ ਨਹੀਂ ਗਿਆ। ਉਹ ਆਪ ਕਿਤੇ ਉਹਨੇ ਲੁੱਟਾਂ ਖੂਹਾਂ 'ਚ ਯੂਜ਼ ਕਰ ਲਿਆ ਅਤੇ ਫੜਿਆ ਗਿਆ, ਅਤੇ ਜਦੋਂ ਸਟੇਟ ਨੂੰ ਪਤਾ ਲੱਗਿਆ ਕਿ ਵੈਪਨ ਕਿੱਥੇ ਇਹਦੇ ਪਿੱਛੇ ਕੀ ਸਕੀਮ ਆ, ਉਹਨਾਂ ਨੇ ਫਿਰ ਇਹਨੂੰ ਬਹੁਤ ਸੀਰੀਅਸਲੀ ਲਿਆ ਅਤੇ ਫਾਂਸੀ ਨੂੰ ਵੀ ਬਹੁਤ ਕੁਇਕ ਕਰ ਦਿੱਤਾ। ਇਹ ਗੱਲ ਜੋ ਸਾਨੂੰ ਬਾਅਦ 'ਚ ਪਤਾ ਲੱਗੀ ਹੈ, ਇਹ ਗੱਲ ਮੈਂ ਤੁਹਾਨੂੰ ਫਸਟ ਟਾਈਮ ਦੱਸ ਰਿਹਾ, ਇਹ ਨਹੀਂ ਹੈਗੀ। ਅਤੇ ਉਹ ਬੀਬੀ ਦਾ ਬਹੁਤ ਵੱਡਾ ਰੋਲ ਆ। ਇਸ ਤਰ੍ਹਾਂ ਬਹੁਤ ਬੀਬੀਆਂ ਆ ਜਿਹਨਾਂ ਦਾ ਬਹੁਤ ਵੱਡਾ ਰੋਲ ਆ, ਉਹਨੂੰ ਕੋਈ ਨਹੀਂ ਜਾਣਦਾ। ਉਹ ਬੜੀ ਸਿਦਕੀ, ਸਬਰ ਵਾਲੀ ਅਤੇ ਚੜ੍ਹਦੀ ਕਲਾ ਵਾਲੀ ਬੀਬੀ ਸੀ, ਸੁਰਜੀਤ ਸਿੰਘ ਪੈਂਟੇ ਦੀ ਵਾਈਫ, ਜਿਹਨੇ ਆ ਕੇ ਬਾਅਦ 'ਚ ਸਾਰੇ ਸਿੰਘਾਂ ਦੀਆਂ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਦਾ ਸਾਰਾ ਦਰਦ ਸਮਝਿਆ। ਅਤੇ ਉਹ ਦੇਖੋ ਚਲੀ ਗਈ, ਉਹਦੇ ਰੋਲ ਬਾਰੇ ਕੋਈ ਨਹੀਂ ਜਾਣਦਾ। ਅਤੇ ਉਹਨਾਂ ਦੇਖੋ ਜੇਲ੍ਹ 'ਚ ਰਹਿ ਕੇ ਵੀ ਇਹੀ ਕੋਸ਼ਿਸ਼ ਕੀਤੀ, ਫਿਰ ਜਦੋਂ ਫਾਂਸੀ ਆਈ ਉਹ ਫਿਰ ਹੱਸ ਕੇ ਫਾਂਸੀ, ਅਤੇ ਉਸ ਜਲਾਦ ਨੂੰ ਕਿਹਾ ਕਿ ਅਸੀਂ ਆਪ ਗਲ 'ਚ ਫੰਦੇ ਪਾਵਾਂਗੇ। ਅਤੇ ਨਹੀਂ ਮੈਨੂੰ ਪਤਾ ਕਿ ਉਹਨਾਂ ਨੂੰ ਅਲਾਓ ਕੀਤੀ ਗੱਲ ਕਿ ਨਹੀਂ, ਪਰ ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾ ਕੇ ਅਤੇ ਬੋਲੇ ਸੋਲੇ ਸਾਰੇ ਨਾਅਰੇ ਲਾ ਕੇ ਹੀ ਫਾਂਸੀ 'ਤੇ ਗਏ, ਪੂਰੀ ਚੜ੍ਹਦੀ ਕਲਾ ਨਾਲ। ਅਤੇ ਉਹਨਾਂ ਨੇ ਇੱਕ ਸਾਰੀ ਦੁਨੀਆ 'ਚ ਆਪਣਾ ਇੱਕ ਮਾਰਕ ਛੱਡਿਆ ਉਸ ਫਾਂਸੀ। ਫਿਰ ਜਿਹੜੀ ਚਿੱਠੀ ਲਿਖੀ ਉਹਨਾਂ ਨੇ ਪ੍ਰੈਸੀਡੈਂਟ ਨੂੰ, ਜੀ ਅੱਛਾ, ਇੱਕ ਫਾਂਸੀ ਦੇ ਜਿਹੜੇ ਕਨਫੈਸ਼ਨ ਸਟੇਟਮੈਂਟ 'ਤੇ ਪ੍ਰੈਸੀਡੈਂਟ, ਉਹ ਬਹੁਤ ਵੱਡਾ ਡਾਕੂਮੈਂਟ ਹੈ ਇੱਕ ਸਿੱਖੀ ਦਾ, ਸਿੱਖਾਂ ਦਾ, ਸਿੱਖ ਮੂਵਮੈਂਟ ਦਾ। ਅਤੇ ਉਹਨਾਂ ਦਿਨਾਂ 'ਚ ਉਹਨਾਂ ਦੇ ਆਇਆ ਸੀ, ਉਹ ਇੰਗਲਿਸ਼ ਅਤੇ ਪੰਜਾਬੀ ਹਿੰਦੀ ਸਾਰਿਆਂ 'ਚ ਫੋਰਮ 'ਚ ਅਸੀਂ ਪਬਲਿਸ਼ ਕੀਤਾ ਸੀ। ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਡਾਕੂਮੈਂਟ ਆ, ਉਹ 'ਚ ਸਾਡਾ ਸਾਰਾ ਜੋ ਸੱਚ ਆ ਬਿਆਨ ਕੀਤਾ ਆ। ਉਹ ਉਹਨਾਂ ਨੇ ਜਦੋਂ ਉੱਥੇ ਰਹੇ, ਉਹਨਾਂ ਨੇ ਬਹੁਤ ਸਟੱਡੀ ਕੀਤਾ, ਪ੍ਰੋਫੈਸਰ ਪੂਰਨ ਸਿੰਘ, ਹਰਿੰਦਰ ਸਿੰਘ ਮਹਿਬੂਬ, ਭਾਈ ਵੀਰ ਸਿੰਘ, ਸਰਦਾਰ ਜਗਜੀਤ ਸਿੰਘ ਅਤੇ ਹੋਰ ਵੀ ਬਹੁਤ ਔਥਰਸ ਪੜ੍ਹੇ, ਬਹੁਤ ਪਾਠ ਕੀਤਾ, ਬਹੁਤ ਬਹੁਤ ਘੰਟੇ ਅੱਧਾ ਅੱਧਾ ਦਿਨ ਉਹ ਸਿਮਰਨ ਕਰਦੇ ਹੁੰਦੇ ਸੀ, ਬਹੁਤ ਬਾਣੀਆਂ ਉਹਨਾਂ ਨੂੰ ਜਵਾਨ ਸੀ। ਅਖੀਰਲੇ ਦਿਨਾਂ 'ਚ ਉਹਨਾਂ ਦੀ ਅਵਸਥਾ ਹੋਰ ਹੋ ਗਈ ਸੀ, ਤਾਂ ਹੀ ਉਹਨਾਂ ਨੇ ਇਹ ਸਾਰਾ ਕੁਛ ਕਰ ਸਕੇ। ਅਤੇ ਉਸ ਅਵਸਥਾ 'ਚ ਹੀ ਉਹਨਾਂ ਨੇ ਉਹ ਚਿੱਠੀ ਫਾਈਨਲ ਰੂਪ ਦੇਣ 'ਚ, ਬਾਹਰ ਵੀ ਕੁਛ ਸਿੰਘਾਂ ਦਾ ਯੋਗਦਾਨ ਆ, ਪਰ ਉਹਦਾ ਉਹਦੀ ਸਪਿਰਿਟ ਅਤੇ ਅਸਲ ਉਹਦਾ ਤੱਤ ਉਹਨਾਂ ਦੇ ਹਿਰਦਿਆਂ ਵਿੱਚੋਂ, ਉਹਨਾਂ ਦੇ ਮਨੋ ਮਸਤਕ 'ਚੋਂ ਹੀ ਆਇਆ ਹੋਇਆ। ਅਤੇ ਜਿਹੜੀ ਉਹਦੀ ਇੰਗਲਿਸ਼ ਟਰਾਂਸਲੇਸ਼ਨ ਆ, ਉਹ ਪ੍ਰੋਫੈਸਰ ਗੁਰਭਗਤ ਸਿੰਘ ਹੁਣਾਂ ਨੇ ਕੀਤੀ ਸੀ, ਉਹਨਾਂ ਦੀ ਜੋ ਪੰਜਾਬੀ ਯੂਨੀਵਰਸਿਟੀ ਦੇ ਇੰਗਲਿਸ਼ ਦੇ ਹੈੱਡ ਸੀ ਅਤੇ ਵਰਲਡ ਲੈਵਲ ਦੇ ਇੰਗਲਿਸ਼ ਦੇ ਜੋ ਸਿੱਖ ਸਕੋਲਰ ਸੀ, ਉਹਨਾਂ ਨੇ ਕੀਤੀ। ਅਤੇ ਉਹ ਜਿਹੜਾ ਡਾਕੂਮੈਂਟ ਆ ਚਿੱਠੀ ਵਾਲਾ, ਉਹ ਬਹੁਤ ਵੱਡਾ ਆ। ਉਹ ਸਾਰੇ ਸਿੱਖਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਪੜ੍ਹਨਾ ਚਾਹੀਦਾ ਆ, ਉਹ ਪੜ੍ਹ ਕੇ ਉਹਨਾਂ ਨੂੰ ਪਤਾ ਲੱਗ ਜੂ ਕਿ ਉਹ ਸੰਘਰਸ਼ ਕੀ ਸੀ ਅਤੇ ਸੁੱਖਾ ਜਿੰਦਾ ਕੌਣ ਸੀ ਅਤੇ ਜੰਗ ਕੀ ਸੀ, ਸ਼ਹਾਦਤ ਕੀ ਸੀ। ਉਹ ਅਸੀਂ ਛਾਪਿਆ ਹੈ ਬਹੁਤ, ਅਤੇ ਹੁਣ ਦੁਬਾਰਾ ਛਾਪਾਂਗੇ। ਅਤੇ ਜਿਹੜੀ ਉਹਨਾਂ ਦੀ ਸ਼ਹਾਦਤ ਆ, ਦੁਨੀਆ ਦੀਆਂ ਬਹੁਤ ਸ਼ਹਾਦਤਾਂ ਫਾਂਸੀਆਂ ਹੋਈਆਂ ਆ, ਬਹੁਤ ਵੱਡੀਆਂ ਵੱਡੀਆਂ, ਸਾਰਿਆਂ ਦੇ ਬਹੁਤ ਵੱਡੇ ਰੁਤਬੇ ਨੇ, ਧਰਮ 'ਚ ਹੋਈਆਂ ਆ, ਪੋਲੀਟਿਕਸ 'ਚ ਹੋਈਆਂ ਆ, ਫਰੀਡਮ ਸਟਰਗਲਸ ਹੋਈਆਂ, ਲਿਬਰੇਸ਼ਨ ਸਟਰਗਲਸ ਹੋਈਆਂ ਆ, ਮਨੁੱਖਤਾ ਲਈ ਹੋਈਆਂ। ਪਰ ਜਿੰਦੇ ਹੋਣਾਂ ਦਾ ਜਿਹੜੀ ਰੁਤਬਾ ਸ਼ਹਾਦਤ ਵੀ ਬਹੁਤ ਵੱਡਾ ਹੈ, ਕਿਸੇ ਤੋਂ ਵੀ ਘੱਟ ਨਹੀਂ ਗਾ। ਤੁਸੀਂ ਉਹ ਚਿੱਠੀ ਪੜ੍ਹੋ, ਉਹ ਅਸਟੈਬਲਿਸ਼ ਕਰਦਾ ਉਹ ਗੱਲ ਕਿ ਉਹਨਾਂ ਨੇ ਇੰਨੇ ਸਾਲ ਫਾਂਸੀ ਨੂੰ ਉਡੀਕ ਕੇ ਆਪ ਫਾਂਸੀ ਲਈ, ਫਿਰ ਆਪ ਖੁਸ਼ੀ ਨਾਲ ਗਏ, ਲੱਡੂ ਵੰਡੇ,
ਅਤੇ ਇਹ ਵੀ ਕਿਹਾ ਸੀ ਸਾਨੂੰ ਆਪ ਪਾ ਲੈਣ ਦਿਉ। ਇਹ ਵੀ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਮਿਲਾਲ ਨਹੀਂ ਗਾ, ਈਵਨ ਜਿਹੜਾ ਜਲਾਦ ਆ ਉਹਦੇ ਨਾਲ ਵੀ। ਫਿਰ ਜਦੋਂ ਅਖੀਰਲੇ ਸਮਿਆਂ 'ਚ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਹੋਣਾ ਨੇ ਜਿੰਦੇ ਹੋਣਾ ਨੂੰ ਛਡਾਉਣ ਲਈ ਕੁਛ ਬੰਦੇ ਚੱਕ ਲਏ, ਬੰਦੇ ਨਹੀਂ ਚੁੱਕੇ, ਰੋਮਾਨੀਆ ਦਾ ਰਾਜਦੂਤ ਅੰਬੈਸਡਰ ਚੱਕ ਲਿਆ ਸੀਗਾ ਜੀ ਜੀ, ਰਾਡੂ ਬੜਾ ਮਸ਼ਹੂਰ ਹੋਇਆ ਸੀ ਜੀ ਜੀ, ਉਹਨੂੰ ਕਿਡਨੈਪ ਕਰ ਲਿਆ ਸੀ ਕਿ ਜਿੰਦੇ ਹੋਣਾ ਨੂੰ ਛੱਡੋ। ਉਹਨੂੰ ਤਾਂ ਛੱਡਣਾ ਨਹੀਂ ਸੀ ਇਹਨਾਂ ਨੇ, ਉਹ ਗੱਲ ਇਹ ਹੋਈ ਉਸ ਵਕਤ ਮੈਂ ਪਾਰ ਸੀਗਾ ਅਤੇ ਇਹਨਾਂ ਨੇ ਤਾਂ ਛੱਡਣਾ ਨਹੀਂ ਸੀ, ਇਹ ਚਾਹੁੰਦੇ ਸੀ ਕਿ ਅਸੀਂ ਇਹਨੂੰ ਮਾਰ ਦਈਏ ਅਤੇ ਸਗੋਂ ਸਾਰੀ ਦੁਨੀਆ 'ਚ ਇੱਕ ਸਾਡਾ ਨੈਗੇਟਿਵ ਜਾਵੇ ਕਿ ਇਹਨਾਂ ਨੇ ਅੰਬੈਸਡਰ ਨੂੰ ਮਾਰ ਦਿੱਤਾ ਜੀ। ਉਹ ਸਾਨੂੰ ਪਤਾ ਲੱਗ ਗਿਆ ਸੀ ਇਹਨਾਂ ਦਾ, ਉਹ ਸਾਡੇ ਕੋਲ ਫਿਰ ਜਿੰਦੇ ਹੋਣਾ ਦੀ ਪਬਲਿਕ ਅਪੀਲ ਆਈ ਕਿ ਕਿਸੇ ਨੂੰ ਕੁਛ ਨਹੀਂ ਕਹਿਣਾ ਸਾਡੇ ਲਈ, ਸਾਡੇ ਤੱਕ ਵੀ ਗੱਲ ਪਹੁੰਚੀ ਕਿ ਸਾਡੇ ਲਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰਨਾ, ਅਸੀਂ ਫਾਂਸੀ ਲਈ ਤਿਆਰ ਹਾਂ, ਉਹ ਬੰਦੇ ਨੂੰ ਕੁਛ ਨਹੀਂ ਕਹਿਣਾ। ਇਹ ਸਾਡੇ ਤੱਕ, ਉਦੋਂ ਮੈਂ ਪਾਕਿਸਤਾਨ ਸੀ, ਸਾਡੇ ਤੱਕ ਇਸ ਨੇ ਆ ਗਿਆ ਸੀਗਾ ਕਿਸੇ ਤਰੀਕੇ ਨਾਲ, ਥਰੂ ਪ੍ਰੈਸ ਵੀ ਅਤੇ ਉੱਦਾਂ ਵੀ। ਫਿਰ ਅਸੀਂ ਉਹਨੂੰ ਛੱਡ ਦਿੱਤਾ, ਅਸੀਂ ਤਾਂ ਉੱਦਾਂ ਵੀ ਨਹੀਂ ਸੀ ਉਹਨੂੰ ਕੁਛ ਕਹਿਣਾ, ਯਾਨੀ ਕਿ ਉਹਨਾਂ ਦਾ ਇਹ ਸੀ ਕਿ ਉਹਨਾਂ ਨੇ ਵੀ ਇਹ ਕਿਹਾ ਕਿ ਨਹੀਂ, ਇਹ ਜੇ ਸਾਡੇ ਲਈ ਕਿਸੇ ਨੂੰ ਕੋਈ ਦੁੱਖ ਨਹੀਂ ਦੇਣਾ, ਕਿਸੇ ਦਾ ਕੋਈ ਜ਼ਿੰਮੇਵਾਰ ਨਹੀਂ ਗਾ, ਅਤੇ ਅਸੀਂ ਆਪ ਹੈ ਗੁਰੂ ਦਾ ਪਾਣਾ ਹੈ, ਅਤੇ ਅਸੀਂ ਖੁਸ਼ੀ ਨਾਲ ਅਗਲੇ ਦੇਸ਼ ਜਾ ਰਹੇ ਹਾਂ, ਗੁਰੂ ਦੇ ਦੇਸ਼। ਅਤੇ ਉਹਨਾਂ ਦੀ ਅਵਸਥਾ ਜਿਹੜੀ ਮੈਂ ਗੱਲ ਕਹਿਣਾ ਚਾਹਾਂ ਕਿ ਜਿੱਦਾਂ ਪਹਿਲੀ ਫੇਸ ਦੇਖੋ ਸੀਗੀ ਬਿਫੋਰ 84, ਉਹ ਹੋਰ ਸੀਗੀ ਸਟੂਡੈਂਟ ਵਾਲੀ, ਅਤੇ ਇੱਕ ਸੈਕਿੰਡ ਐਡਵੈਂਚਰ ਵਾਲੀ, ਅਤੇ ਸੈਕਿੰਡ ਸੀਗੀ ਮਿਲੀਟੈਂਸੀ ਵਾਲੀ, ਜੰਗ ਵਾਲੀ, ਸ਼ਹਾਦਤਾਂ ਵਾਲੀ, ਅਤੇ ਬਖਸ਼ਿਸ਼ ਵਾਲੀ, ਅਰਦਾਸ ਵਾਲੀ, ਜਿਹੜੀ ਉਹਨਾਂ ਦੀ ਤੀਸਰੀ ਫੇਸ ਸੀ, ਫਾਈਨਲ ਫਾਂਸੀ ਤੱਕ ਜਾਂਦੀ ਹੈ, ਉਹ ਬਹੁਤ ਉੱਚੀ ਸੀ, ਜਿਹੜੀ ਫਾਂਸੀ 'ਤੇ ਜਾ ਕੇ ਉਹਦੀ ਐਨ ਜਾਣੀ ਕਿ ਜ਼ੈਨਥ ਆ ਜਾਂਦਾ ਆ, ਉਹਦਾ ਸਿਖਰ ਆ ਜਾਂਦਾ ਆ, ਅਤੇ ਉਹ 'ਤੇ ਖੜ ਕੇ ਉਹਨਾਂ ਨੇ ਉਹ ਲਿਖਿਆ ਆ, ਉਹ ਬਹੁਤ ਇੰਪੋਰਟੈਂਟ ਆ, ਉਹਨੂੰ ਸਿੱਖ ਨੌਜਵਾਨਾਂ ਨੂੰ ਸਮਝਣਾ ਚਾਹੀਦਾ, ਉਹ ਬਹੁਤ ਵੱਡਾ ਡਾਕੂਮੈਂਟ ਹੈ, ਪੜ੍ਹਨਾ ਚਾਹੀਦਾ ਆ। ਅਤੇ ਉਹ ਸਿਰਾ ਸੀਗਾ, ਇਸ ਮੂਵਮੈਂਟ ਦਾ ਵੀ ਸਿਰਾ ਸੀ, ਅਤੇ ਇਸ ਜਿਹੜਾ ਤਖ਼ਤ ਆ ਇਹਦੀ ਵੀ ਬਹੁਤ ਮੋਰਲ ਵੱਡੀ ਹਾਰ ਸੀਗੀ, ਕਿ ਇੰਨੇ ਲੰਬੀਆਂ ਜੇਲ੍ਹਾਂ, ਇੰਨੇ ਤਸ਼ੱਦਦਾਂ, ਇੰਨੇ ਸਾਰਾ ਪ੍ਰੈਸ਼ਰਸ ਦੇ ਬਾਵਜੂਦ ਬੰਦੇ ਬਿਲਕੁਲ ਨਹੀਂ ਟੁੱਟਦੇ, ਅਤੇ ਸਗੋਂ ਉਹਨਾਂ ਦੀ ਸੁਰਤ ਉੱਪਰ ਜਾਂਦੀ ਹੈ, ਅਤੇ ਫਾਂਸੀ ਜਿਸ ਚੜ੍ਹਦੀ ਕਲਾ ਜਿਸ ਸ਼ਾਨ ਨਾਲ ਗਏ ਉਹ ਉਹੀ ਜਾ ਸਕਦੇ ਸੀ। ਇੱਕ ਤਰ੍ਹਾਂ ਦੀ ਜਿਹੜਾ ਦੁਸ਼ਮਣ ਆ ਉਹਦੇ ਲਈ ਮੋਰਲੀ ਤੌਰ 'ਤੇ ਉਹਨਾਂ ਨੇ ਹਰਾਇਆ ਉਹਨੂੰ, ਅਸੀਂ ਇਸ ਜੰਗ 'ਚ ਸਾਡੇ ਸ਼ਹੀਦਾਂ ਨੇ ਇਸ ਬ੍ਰਾਹਮਣਵਾਦੀ ਸਰਕਾਰ ਨੂੰ ਇਹਨਾਂ ਨੂੰ ਮੋਰਲੀ ਤੌਰ 'ਤੇ ਹਰਾਇਆ ਹੈ, ਸਾਡੀ ਇਹ ਜਿੱਤ ਹੋਈ ਹੈ। ਈਵਨ 84 ਸੰਤਾਂ ਦਾ ਜੋ ਅਕਾਲ ਤਖ਼ਤ ਭਵਨ ਨੇ ਢਾਹ ਦਿੱਤਾ, ਪਰ ਸੰਤਾਂ ਨੇ ਆਪਣੇ ਜੰਗ 'ਤੇ ਸ਼ਹਾਦਤ ਨਾਲ ਇਸ ਤਖ਼ਤ ਨੂੰ, ਝੂਠੇ ਤਖ਼ਤ ਨੂੰ ਹਰਾਇਆ ਹੈ, ਅਤੇ ਉਹ ਜਿਹੜੀ ਜਿੱਤ ਆ ਉਹ ਸਾਰੀ ਉਹ ਦਰਜ ਆ ਸਦਾ ਲਈ, ਉਹ ਅਟਲ ਆ, ਅਤੇ ਉਹ ਸਾਡੇ ਲਈ ਬਹੁਤ ਵੱਡੀ ਪ੍ਰੇਰਨਾ ਸੋਤ। ਇਸੇ ਤਰ੍ਹਾਂ ਇਹਨਾਂ ਨੇ ਇਸ ਤਖ਼ਤ ਨੂੰ, ਇਸ ਸਾਰੇ ਜ਼ਾਲਮ ਢਾਂਚੇ ਨੂੰ ਹਰਾ ਕੇ ਉਹ ਕਦਰਾਂ ਕੀਮਤਾਂ ਅੱਜ ਦੇ ਸਮਿਆਂ 'ਚ ਦੱਸਤਾ ਕਿ ਉਹ ਜੋ ਸਿੱਖੀ ਖਾਲਸੇ ਦੇ ਸਾਜਣੇ ਵੇਲੇ ਸੀ ਜਦੋਂ ਪੰਜ ਸਿਰ ਮੰਗੇ ਸੀ, ਅਤੇ ਜੋ ਭਾਈ ਮਨੀ ਸਿੰਘ ਵੇਲੇ ਸੀ, ਜੋ ਅਕਾਲੀ ਫੂਲਾ ਸਿੰਘ ਵੇਲੇ ਸੀ, ਜੋ ਬਾਬਾ ਵੀਰ ਸਿੰਘ ਵੇਲੇ ਸੀ, ਜੋ ਭਾਈ ਫੌਜਾ ਸਿੰਘ ਅਤੇ ਭਾਈ ਜੋ ਸੰਤ ਜਰਨੈਲ ਸਿੰਘ ਵੇਲੇ ਸੀ, ਉਹ ਹੁਣ ਵੀ ਉੱਦਾਂ ਹੀ ਆ, ਸਿੱਖੀ ਉਹੀ ਆ, ਗੁਰੂ ਦੀ ਬਖਸ਼ਿਸ਼ ਵੀ ਉਹੀ ਆ, ਓਟ ਵੀ ਉਹੀ ਆ, ਸਾਡਾ ਰਾਹ ਵੀ ਖਾਲਸੇ ਦਾ ਉਹੀ ਹੈ, ਅਤੇ ਹੁਣ ਵੀ ਉਹੀ ਹੈ। ਮੈਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਬਾਰੇ ਆਪਾਂ ਗੱਲਬਾਤ ਕਰ ਲਈ, ਹੁਣ ਥੋੜ੍ਹਾ ਜਿਹਾ ਤੁਹਾਡੇ ਜੀਵਨ ਬਾਰੇ ਵੀ। ਤੁਸੀਂ ਉਸੇ ਦੌਰਾਨ ਜਦੋਂ ਵੀ ਕਾਫੀ ਜ਼ਿਆਦਾ ਜ਼ੋਰ ਸਰਕਾਰ ਦਾ ਪੈ ਜਾਂਦਾ, ਫਿਰ ਤੁਸੀਂ ਪਾਕਿਸਤਾਨ ਵੀ ਜਾਂਦੇ ਹੋ, ਕਿੰਨਾ ਸਮਾਂ ਪਾਕਿਸਤਾਨ ਰਹੇ, ਕਿਵੇਂ ਗਏ? ਹਾਂ, ਉਹ ਤਾਂ ਆਉਣਾ ਜਾਣਾ ਰਹਿੰਦਾ ਹੀ ਸੀਗਾ, ਮੈਂ ਗਿਆ ਕੋਈ 1.5-2 ਸਾਲ ਰਿਹਾ ਹੋਵਾਂਗਾ। ਈਵਨ ਹਰਜਿੰਦਰ ਸਿੰਘ ਜਿੰਦਾ ਵੀ ਗਿਆ ਸੀ ਜੀ, ਇਹ ਵੀ ਗਿਆ ਸੀ, ਇਹ ਵੀ ਕੁਛ ਮਹੀਨੇ ਰਿਹਾ ਸੀ, ਇਹ ਬਹੁਤ ਪਹਿਲਾਂ ਹੀ ਆਫਟਰ 84 ਜਦੋਂ ਅਟੈਕ ਹੋਇਆ ਉਦੋਂ ਹੀ ਚਲਾ ਗਿਆ ਸੀ। ਅਤੇ ਇਹ ਅਤੇ ਬਲਜਿੰਦਰ ਸਿੰਘ ਰਾਜੂ, ਇਹ ਬਲਜਿੰਦਰ ਸਿੰਘ ਰਾਜੂ 2 ਵਾਰ ਗਿਆ, ਇਹ 1 ਵਾਰ ਗਿਆ, ਅਤੇ ਫਿਰ ਉੱਥੋਂ ਆ ਗਏ ਸੀ। ਜਦੋਂ ਆ ਕੇ ਫਿਰ ਦਿੱਲੀ ਆਏ, ਜਦੋਂ ਦੇਖਿਆ ਕਿ ਉਹ ਕੋਈ ਹੈਲਪ ਨਹੀਂ ਕਰ ਰਹੇ, ਉਸ ਵੇਲੇ ਉਹ ਕਿਸੇ ਤਰ੍ਹਾਂ ਦਾ ਕੋਈ ਹੈਲਪ ਨਹੀਂ ਸੀ ਕਰਦੇ, ਇਹ ਫਿਰ ਉਹਨਾਂ ਨਾਲ ਲੜ ਕੇ ਇੱਧਰ ਆਏ ਪਾਕਿਸਤਾਨ ਤੋਂ। ਹਾਂ, ਉਸ ਵਕਤ
उन्हां ने कोई इन्हां नूं वैपन नहीं दिते, उदां बिना वैपनां तों आ के आप इत्थों सारे वैपन क्रिएट कीते। तो आप गल करिए उन्हां दी, यानी कि साडी गल होर, उन्हां समय च जिहड़ी साडी जिंदगी सी, जीवन सी, साडी साडे नाल संबंधित साडे ठहरां वालिआं दी, दोस्तां मित्रां दी, वह परिवारां दी जो सानूं मिलदे, वह अजकल दी नहीं हैगी। उहनूं तुसीं अजकल ना समझ सकते, ना अजकल उहो जिहा कुछ है। वह बहुत एक उच्चे होर लैवल दी सी, डिफरेंट डिमेंशन सी। उत्थे उन्हां दिनां च सिमरन बहुत हुंदा सी, पाठ बहुत हुंदा सी, अरदास बहुत ज़्यादा सी पंथ दी, माइयां दी, बीबियां दी, बजुर्गां दी, भैणां दी, जिहड़े सदा सदा साडे लई अरदास करदे रहिंदे सी। ते उन्हां समयां च लोकी खास करके नौजवान अपने उपर उठ के अपने नॉर्मल तो जिउ रहे सी, करैक्टर उन्हां दे लिफ्ट हो गए सी। जिहड़ी आम अज कल दीआं गल्लां, उन्हां दिनां च कोई नशे नहीं सी, कोई नशा नहीं सी करदा, किसी नूं कोई नशे की जरूरत नहीं सी, कोई नशा पंथ दा जां सिखी दा ही बहुत वड्डा सीगा, नाम दा जंग दा ही बहुत वड्डा सीगा, उहदे सामने इह की सीगा, कुछ भी नहीं सीगा। फिर कोई भी जिदा अखलाक दियाँ भी बहुत वड्डियाँ जाने कि उदाहरणा सी, कुड़ियाँ मुंडे च इह जिहियां गल्लां नहीं सी, असी जिथे रहिंदे सी सानू पता ही नहीं सी लगदा असी किद्दां रहिंदे, सानू बिल्कुल पैणा इस तरह ही रहिंदे सी, कोई गल ही नहीं सी किते कोई गल इस तरह की हुंदी, कोई सोच भी नहीं सी सकदा इस तरह रह, अज कल उदां दा कुछ भी नहीं हैगा जी। वह बिल्कुल डिफरेंट सी उस वक्त, जिहड़े नौजवान सी, जिहड़े उह सारे जिन्हां नूं मैं कहिंदा कि जिहड़ी ਉਹ ਸਟਰਗਲ ਦੀ ਮਿਲੀਟੈਂਟ ਸਟਰਗਲ ਜਿਹੜੀ ਮੁੱਖ ਧਾਰਾ ਸੀ, ਵਿੱਚੇ ਜਿਹੜੇ ਅੰਡਰਗਰਾਊਂਡ ਬੰਦੇ ਆ ਜਾਂ ਠਹਿਰਾਂ ਵਾਲੇ, ਉਹਨਾਂ ਨੇ ਜਿਹੜੇ ਬਹੁਤ ਵੱਡਾ ਹਿੱਸਾ ਸੀ ਪਾਪੂਲੇਸ਼ਨ ਦਾ, ਜਿਹੜਾ ਸਿਮਰਨ ਪਾਠ ਅਤੇ ਉੱਚੇ ਕਰੈਕਟਰਾਂ 'ਚ ਰਹਿ ਰਿਹਾ ਸੀ, ਜਿਹੜਾ ਜੰਗ 'ਚ ਰਹਿ ਰਿਹਾ ਸੀ, ਉਹਨਾਂ ਦਾ ਜੀਵਨ ਉੱਤਾ ਚੱਕਿਆ ਗਿਆ ਸੀ, ਉਹ ਡਿਫਰੈਂਟ ਹੀ ਸੀ ਉਹ ਦੁਨੀਆ 'ਚੋਂ, ਤਾਂ ਉਹਨਾਂ ਦਾ ਦੁਨੀਆ 'ਤੇ ਵੀ ਬਹੁਤ ਅਸਰ ਪੈ ਰਿਹਾ ਸੀ, ਅਤੇ ਉਹਦੇ ਵਿੱਚ ਅਸੀਂ ਜਿਉਂ ਰਹੇ ਸੀ। ਅਤੇ ਉੱਥੇ ਜੇ ਕੋਈ ਫੜਿਆ ਵੀ ਜਾਂਦਾ ਸੀ ਕੁਛ ਦੱਸਦਾ ਨਹੀਂ ਸੀ, ਸ਼ਹੀਦ ਹੀ ਹੁੰਦਾ ਸੀ। ਅਤੇ ਉੱਥੇ ਦੇਖੋ ਅਸੀਂ ਰਹਿੰਦੇ ਤਾਂ ਆਹੀ ਜੀਵਨ ਸੀ, ਅਸੀਂ ਪੜ੍ਹਦੇ ਵੀ ਸੀ, ਲਿਖਦੇ ਸੀ, ਉਹ ਵਾਰ ਮੂਵੀਜ਼, ਐਡਵੈਂਚਰ ਦੀਆਂ ਮੂਵੀਜ਼ ਵੀ, ਹਾਸਾ ਮਜ਼ਾਕ ਵੀ ਕਰਦੇ ਸੀ, ਕੁਝ ਉਹਦੇ ਨਾਲ ਕੋਡੀ ਖੇਡਦੇ ਸੀ, ਬੜੀਆਂ ਖੇਡਾਂ ਖੇਡਦੇ ਸੀ, ਪ੍ਰੈਕਟਿਸ ਵੀ ਕਰਦੇ ਸੀ, ਮੌਕ ਡਰਿਲ ਸਾਰਾ ਕੁਛ ਹੀ ਕਰਦੇ ਸੀ, ਸਮਾਂ ਬਿਲਕੁਲ ਨਹੀਂ ਸੀ, ਪਰ ਐਂਟਰਟੇਨਮੈਂਟ ਵੀ ਪੂਰਾ ਕਰਦੇ ਸੀ। ਜਿੰਦਾ ਬਹੁਤ ਜ਼ਿਆਦਾ ਜਾਣੀ ਕਿ ਉਹ ਤਾਂ ਸ਼ੌਕੀਨ ਸੀ, ਜਾਣੀ ਕਿ ਉਹਨੇ ਉਹਨੂੰ ਬਹੁਤ ਸ਼ੌਕ ਹੁੰਦਾ ਸੀ ਜਾਂ ਡਰਾਈਵਿੰਗ ਦਾ, ਗੱਡੀਆਂ ਦਾ ਨਵਾਂ, ਮੋਟਰਸਾਈਕਲ ਦਾ, ਕੱਪੜਿਆਂ ਦਾ, ਜਿੱਦਾਂ ਸਾਰੀਆਂ ਚੀਜ਼ਾਂ ਦਾ ਨਵਾਂ, ਇੱਕ ਵਾਰ ਗੇੜਾ ਦੇਣ ਦਾ, ਇਹ ਇਹ ਪਹਿਲਾਂ ਵੀ ਸੀ, ਉਹ ਮਿਲੀਟੈਂਸੀ ਦੌਰਾਨ ਵੀ ਹੋ ਰਿਹਾ। ਖਾਣ ਦਾ ਉਹਨੂੰ ਬਿਲਕੁਲ ਹੀ ਕੁਛ ਹੁੰਦਾ ਸੀ, ਖਾਣ ਦਾ ਉਹਨੂੰ ਯਾਦ ਕਰਾ ਕੇ ਖਵਾਉਣਾ ਪੈਂਦਾ ਸੀ। ਅਤੇ ਹੋਰ ਨਵੀਆਂ ਥਾਵਾਂ ਦਾ ਦੇਖਣਾ ਸੀ, ਥਾਵਾਂ ਦੇਖਣ ਜਾਂਦੇ ਹੁੰਦੇ ਸੀ ਸਾਰੇ, ਜਿੱਦਾਂ ਹਿਲ ਸਟੇਸ਼ਨ ਜਿੱਥੇ ਸਾਡੇ ਕੋਲ ਟਾਈਮ, ਪਰ ਅਸੀਂ ਗੱਲਾਂ ਉਹ ਵੀ ਕਰ ਦਿੰਦੇ ਸੀ, ਅਸੀਂ ਪੜ੍ਹਦੇ ਵੀ ਸੀਗੇ, ਸਾਡੇ 'ਚ ਬਹੁਤ ਬੰਦੇ ਜਿੱਦਾਂ ਅਸੀਂ ਕਿਤਾਬਾਂ ਵੀ ਪੜ੍ਹਦੇ ਸੀ, ਉਹ ਡਿਸਕਸ ਵੀ ਕਰਦੇ ਸੀ, ਜਿੱਦਾਂ ਸਾਡੇ ਨਾਲ ਸੰਬੰਧਿਤ ਕਿਤਾਬਾਂ, ਸਾਡੇ ਇਹੋ ਜਿਹੇ ਬੰਦਿਆਂ ਕੋਲ ਵੀ ਠਹਿਰਾਂ ਸੀ ਜਿਹੜੇ ਬਹੁਤ ਪੜ੍ਹੇ ਲਿਖੇ ਸੀ, ਸਾਨੂੰ ਉਸ ਆਪਣਾ ਤੱਤ ਨਿਛੋੜ ਦੱਸਦੇ ਹੁੰਦੇ ਸੀ, ਜਿੱਦਾਂ ਸਿਮਰਨ ਵਾਲੇ ਬੰਦੇ ਵੀ ਅਤੇ ਲਰਨਰ ਬੰਦੇ ਵੀ, ਉਹ ਸਾਡੀਆਂ ਠਹਿਰਾਂ, ਮੈਂ ਕਿਤਾਬਾਂ 'ਚ ਉਹਨਾਂ ਬਾਰੇ ਜ਼ਿਕਰ ਕੀਤਾ ਆ, ਜਿਹੋ ਜਿਹੇ ਬੰਦੇ ਸੀਗੇ ਜੀ ਜੀ, ਉਹਨਾਂ ਦੀ ਆਈਡੈਂਟੀ ਮੈਂ ਨਹੀਂ ਦੱਸ ਸਕਦਾ ਜੀ ਜੀ, ਕਿਉਂਕਿ ਉਹ ਤਾਂ ਇੱਦਾਂ ਹੀ ਸੀ, ਗੁਮਨਾਮ ਹੀ ਸੀਗੇ, ਇਹ ਜਿਹੜੇ ਅਸਲ ਨੀਹਾਂ ਹੁੰਦੀਆਂ ਉਹ ਗੁਮਨਾਮ ਹੀ ਹੁੰਦੀਆਂ, ਉਹਨਾਂ ਦੇ ਨਾਮ ਨਹੀਂ ਹੁੰਦੇ ਜੀ, ਉਹਨਾਂ ਦੇ ਉੱਤੇ ਨਾਵਾਂ ਵਾਲੇ ਖੜਦੇ ਨੇ, ਜਿੱਦਾਂ ਜਿੰਦੇ ਹੁਣੀ ਅਸੀਂ ਉਹਨਾਂ ਦੇ ਉੱਤੇ ਖੜੇ ਹਾਂ, ਜਿਹੜੇ ਅਸਲ ਥੱਲੇ ਬੈਠੇ ਆ, ਸਿਮਰਨ ਵਾਲੇ, ਕਮਾਈਆਂ ਵਾਲੇ, ਕਰੈਕਟਰਾਂ ਵਾਲੇ, ਉਹ ਗੁਮਨਾਮ ਨੇ, ਉਹ ਪਹਿਲੀ ਕਿਤਾਬ 'ਚ ਨੇ ਜੀ। ਅਤੇ ਉਹੋ ਜਿਹੀ ਹੋਰ ਬਹੁਤ ਲੜੀ ਆ ਜਿਹੜੇ ਹੋਰ ਬਹੁਤ ਬੰਦਿਆਂ ਨੂੰ ਪਤਾ ਹੋਵੇਗਾ। ਅਤੇ ਇਸ ਤਰ੍ਹਾਂ ਦੇ ਅਸੀਂ ਜਾਣੀ ਕਿ ਆਮ ਜੀਵਨ ਵੀ ਜਿਉਂਦੇ ਸੀ, ਖਾਣ ਪੀਣ ਦਾ ਅਸੀਂ ਆਪ ਰੋਟੀ ਬਣਾਉਂਦੇ ਸੀ, ਖਾਂਦੇ ਸੀ, ਜਿੱਦਾਂ ਬਹੁਤ ਕੁੱਕ ਕਰਦੇ ਸੀ, ਫਿਰ ਅਸੀਂ ਹੈਲਪ ਕਰਦੇ ਸੀ ਲੋਕਾਂ ਦੀ ਬਹੁਤ ਜ਼ਿਆਦਾ, ਜਿੱਦਾਂ ਮਥੁਰਾ ਸਿੰਘ ਨੂੰ ਬਹੁਤ ਸ਼ੌਂਕ ਸੀ, ਯਾਨੀ ਕਿ ਉਹ ਗਰੀਬਾਂ ਦੀ ਹੈਲਪ ਕਰਨ ਚਲਾ ਜਾਂਦਾ ਸੀ ਕਈ ਵਾਰ, ਕਈ ਹੋਰ ਬੰਦੇ ਨੂੰ, ਕਈ ਬੈਂਕਾਂ ਦੇ ਡਕੈਤੀ ਦੌਰਾਨ ਵੀ ਤੁਸੀਂ ਕਹਿ ਕੇ ਆਏ ਸੀ ਵੀ ਜੇ ਕਿਸੇ ਨੂੰ ਲੋੜ ਹੈ ਪੈਸੇ ਲੈ ਲਿਓ, ਦੱਸ ਦਿਓ ਸਾਨੂੰ। ਹਾਂਜੀ ਹਾਂਜੀ, ਉਹ ਕਿਹਾ ਸੀ ਉੱਥੇ ਬੰਦੇ ਜਿਹਨਾਂ ਨੇ ਲੇਬਰ ਵਾਲਿਆਂ ਨੇ ਬੋਰੀਆਂ ਚੱਕ ਚੱਕ ਕੇ ਟਰੱਕ 'ਚ ਰੱਖੀਆਂ ਸੀ, ਭਾਈ ਤੁਸੀਂ ਵੀ ਲੈ ਲਓ ਕੁਛ, ਪਰ ਨਹੀਂ ਲੈਂਦੇ ਹੁੰਦੇ, ਉਹਨਾਂ ਨੇ ਲਿਆ ਨਹੀਂ, ਹੈ ਨਾ। ਹੋਰ ਵੀ ਕਈ ਥਾਂ 'ਤੇ
ਅਸੀਂ ਜਿਹੜਾ ਪੈਸਾ ਨਹੀਂ ਚਾਹੀਦਾ ਹੁੰਦਾ ਸੀ ਅਸੀਂ ਇੱਕ ਥਾਂ 'ਤੇ ਇੱਦਾਂ ਦੇ ਦੋ ਦੋ ਪੰਜ ਪੰਜ ਦਸ ਦਸ ਦੇ ਨੋਟ ਸੀਗੇ ਅਸੀਂ ਸੁੱਟਿਆ ਸੀ ਝੁੱਗੀਆਂ ਝੱਗੀਆਂ ਉਹਨਾਂ ਦੇ ਕੋਲ ਉਹ ਅਗਲੇ ਦਿਨ ਰੌਲਾ ਪੈ ਗਿਆ ਕਿ ਇੱਥੇ ਪੈਸਾ ਕੌਣ ਸੁੱਟ ਗਿਆ ਇੱਦਾਂ ਵੀ ਕਰ ਲਈਦਾ ਸੀ ਇਹੋ ਜਿਹੇ ਐਕਸ਼ਨ ਵੀ ਇਹ ਵੀ ਐਕਸ਼ਨ ਹੀ ਹੁੰਦੇ ਸੀਗੇ ਇੱਦਾਂ ਦੇ ਵੀ ਅਸੀਂ ਬਹੁਤ ਕਰਦੇ ਸੀ ਯਾਨੀ ਕਿ ਉਹ ਐਡਵੈਂਚਰ ਟਾਈਪ ਯਾਨੀ ਕਿ ਜਾਂ ਪਹਾੜ ਚੜ੍ਹਨਾ ਸਭ ਤੋਂ ਉੱਪਰਲੀ ਥਾਂ 'ਤੇ ਚੜ੍ਹਨਾ ਹੈ ਇਹੋ ਜਿਹੇ ਐਡਵੈਂਚਰ ਕਰਨੇ ਨਵੀਆਂ ਥਾਂ 'ਤੇ ਜਾਣਾ ਰਿਸਕ ਲੈਣੇ ਹੈ ਡਰਾਈਵਿੰਗ ਦੇ ਕਈ ਸੱਜਣਾਂ ਜਿੰਦੇ ਨੂੰ ਇਹੋ ਜਿਹਾ ਸ਼ੌਂਕ ਸੀ ਸੁਖਦੇਵ ਨੂੰ ਜਾਣੀ ਕਿ ਫਿਜ਼ੀਕਲ ਟ੍ਰੇਨਿੰਗ ਦਾ ਉਹਦੀ ਬਹੁਤ ਤਕੜਾ ਸਰੀਰ ਸੀ ਬਹੁਤ ਜ਼ਿਆਦਾ ਫਿਜ਼ੀਕਲ ਸਟੀਲ ਸਟਰਕਚਰ ਸੀਗਾ ਸਾਰਾ ਬਹੁਤ ਖੂਬਸੂਰਤ ਮੈਂ ਕਹਿੰਦਾ ਕਿ ਉਹ ਜਿਹੜੀ ਲਾਈਫ ਸੀ ਉਹ ਬਹੁਤ ਕਮਾਲ ਲਾਈਫ ਸੀ ਉੱਦਾਂ ਦੀ ਹੋ ਨਹੀਂ ਸਕਦੀ ਉਹ 'ਚ ਤਾਂ ਇੰਨਾ ਚਾਓ ਮੰਗ ਐਡੇ ਉੱਚੀਆਂ ਸਭ ਕੁਛ ਸੀ ਅਜੇ ਮੈਂ ਹੁਣ ਦੇਖਦਾ ਹਾਂ ਜਾਂ ਬੰਦਿਆਂ ਨੂੰ ਦੇਖਦਾ ਉਸ ਲਾਈਫ 'ਚੋਂ ਨਕਲੇ ਬੰਦਿਆਂ ਨੂੰ ਹੁਣ ਦੇਖਦਾ ਹਾਂ ਕਿ ਉਹ ਕਿਸ ਤਰ੍ਹਾਂ ਦੇ ਇੱਕ ਡਿਪਰੈਸ਼ਨ 'ਤੇ ਕਿਹੋ ਜਿਹੇ ਤਾਂ ਬੜਾ ਫਰਕ ਪਤਾ ਲੱਗਦਾ ਆ ਤੇ ਅੱਜ ਦੀ ਤੁਸੀਂ ਉਹ ਦੇਖ ਕੇ ਉਹਦੇ ਬਾਰੇ ਕੋਈ ਗੱਲ ਕੀ ਕਾਰਨ ਕੀ ਹੈ ਤੁਸੀਂ ਕਿਤਾਬਾਂ ਵੀ ਪੜ੍ਹਦੇ ਸੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਫੋਨ ਸੋਸ਼ਲ ਮੀਡੀਆ ਕੀ ਲੋਕਾਂ ਨੂੰ ਤੁਸੀਂ ਜਾਂ ਅੱਜ ਨੌਜਵਾਨੀ ਨੂੰ ਕੀ ਕਹਿਣਾ ਇਹਦੇ 'ਚ ਦੱਸ ਦਿਓ ਵੀ ਕਿਤਾਬਾਂ ਪੜ੍ਹਨੀਆਂ ਕਿੰਨੀਆਂ ਕੁ ਲੋੜੀਂਦੀਆਂ ਨੇ ਸੋਸ਼ਲ ਮੀਡੀਆ ਨਾਲੋਂ ਦੇਖੋ ਜੋ ਕਿਤਾਬਾਂ ਰਾਹੀਂ ਅਸੀਂ ਰੀਅਲ ਜੋ ਰਿਐਲਿਟੀ ਹੈ ਅਸਲ ਨੇਕਡ ਟਰੁੱਥ ਉਹ ਦੱਸ ਸਕਦੇ ਹਾਂ ਦੱਸਦੇ ਹਾਂ ਉਹ ਇਹਦੇ ਵਿੱਚ ਹੈ ਨਹੀਂ ਤਾਂ ਸਾਡਾ ਟਰੁੱਥ ਤਾਂ ਆਉਂਦਾ ਹੀ ਨਹੀਂ ਸਟੇਟ ਦਾ ਐਡਾ ਵੱਡਾ ਨਰੇਟਿਵ ਆ ਅਤੇ ਸਾਡੇ ਜਿਹੜੇ ਪੰਥ ਕੌਮ ਦੇ ਬਹੁਤ ਕੰਡੀਸ਼ਨਡ ਮਾਇੰਡਸ ਆ ਉਹਨਾਂ ਦਾ ਨਰੇਟਿਵ ਇਹਨਾਂ ਦੇ ਅਨੁਸਾਰ ਚੱਲਦਾ ਆ ਉਹੀ ਬਹੁਤ ਭੁੰਬਲ ਭੁੱਸਾ ਪਾਈ ਫਿਰਦਾ ਆ ਹੁਣ ਜਿਹੜਾ ਮੀਡੀਆ ਆ ਸੋਸ਼ਲ ਮੀਡੀਆ ਆ ਉਹਦੇ ਰਾਹੀਂ ਜੋ ਇਹ ਪਲੇਟਫਾਰਮ ਆ ਉਹਦੇ ਰਾਹੀਂ ਮੋਡਰੇਸ਼ਨ ਆ ਉਹਦੇ ਰਾਹੀਂ ਹੁਣ AI ਆ ਰਹੀ ਆ ਨਵਾਂ ਸਭ ਕੁਛ ਆ ਰਿਹਾ ਇਹਦੇ ਵਿੱਚ ਤਾਂ ਦੇਖੋ ਸਟੇਟ ਦਾ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਹੋ ਗਈ ਇਹਦੇ ਵਿੱਚ ਯਾਨੀ ਕਿ ਫੇਕ ਨਰੇਟਿਵਸ ਫੇਕਸ ਆਈਡੈਂਟੀਟੀਜ਼ ਫੇਕ ਯਾਨੀ ਕਿ ਸਾਰਾ ਕੁਛ ਹੀ ਖੜਾ ਕੀਤਾ ਜਾ ਰਿਹਾ ਕਿਸੇ ਨੂੰ ਤੁਸੀਂ ਜ਼ੀਰੋ ਕਰ ਦਿਓ ਕਿਸੇ ਨੂੰ ਹੀਰੋ ਕਰ ਦਿਓ ਜਿਹੜੀ ਚੀਜ਼ ਹੈ ਹੀ ਨਹੀਂ ਹਵਾ ਬਣਾਈ ਜਾਂਦੀ ਉਹਨੂੰ ਰੀਅਲ ਵਰਚੁਅਲ 'ਚੋਂ ਰਿਐਲਿਟੀ 'ਚ ਲਿਆਉਂਦੇ ਆ ਰਿਐਲਿਟੀ ਵਾਲਾ ਖਤਮ ਕਰ ਦਿੰਦੇ ਆ ਇਹ ਤਾਂ ਬੜਾ ਡੇਂਜਰਸ ਕੀ ਹੈਗਾ ਆ ਇਹ 'ਚ ਕਿਵੇਂ ਤੁਸੀਂ ਇਹਦਾ ਮੁਕਾਬਲਾ ਕਰੋਗੇ ਇਹ ਜਿੰਨੇ ਵੀ ਸਟਰਗਲਿੰਗ ਬੰਦੇ ਆ ਜਿਹੜੇ ਅਪਰੈਸਡ ਆ ਜਿਹੜੇ ਲਿਬਰੇਸ਼ਨ ਦੀ ਗੱਲ ਕਰਦੇ ਆ ਕੋਈ ਵੀ ਜਿਹੜਾ ਬੰਦਾ ਆਜ਼ਾਦੀ ਨੂੰ ਪਸੰਦ ਕਰਦਾ ਆ ਅਤੇ ਸਿੱਖ ਦਾ ਤਾਂ ਖਾਲਸੇ ਦਾ ਸਭ ਤੋਂ ਮੁੱਢਲਾ ਜਿਹੜਾ ਪਿਆਰ ਆ ਆਜ਼ਾਦੀ ਦਾ ਆ ਇਹ ਤਾਂ ਬਹੁਤ ਵੱਡਾ ਚੈਲੇਂਜ ਆ ਕਿ ਜੇ ਤੁਸੀਂ ਸਦਾ ਹੀ ਹੁਣ ਸਾਰੇ ਇਹੀ ਦੇਖੀ ਜਾਂਦੇ ਅਤੇ ਇੱਥੇ ਕੰਟਰੋਲ ਤਾਂ ਟੋਟਲੀ ਉਹਨਾਂ ਕਾਰਪੋਰੇਟ 'ਤੇ ਉਹਨਾਂ ਸਟੇਟ ਦਾ ਆ ਕਿ ਨਹੀਂ ਸਟੇਟ ਅਤੇ ਕਾਰਪੋਰੇਟ ਦਾ ਆ ਕਿੰਨਾ ਕੁ ਤੁਸੀਂ ਆਪਣਾ ਜਦੋਂ ਉਹ ਚਾਹੂਗਾ ਸਾਰਾ ਕੁਛ ਹੀ ਤੁਹਾਡਾ ਮਟੇ ਦਿੰਦਾ ਆ ਫਿਰ ਅਤੇ ਉਹ ਸਾਰਾ ਕੁਛ ਪੜ੍ਹਾ ਸਕੂਲਿੰਗ ਅਤੇ ਕੰਡੀਸ਼ਨਿੰਗ ਉਹਨਾਂ ਅਨੁਸਾਰ ਹੋ ਰਹੀ ਹੈ ਵੀ ਜਿਹੜੀ ਅਸੀਂ ਗੱਲ ਕਿਵੇਂ ਆ ਕਿਤਾਬਾਂ 'ਚ ਅਸਲ ਅਕਸਰ ਲਿਖ ਤਾਂ ਦਿੱਤਾ ਹੈ ਕਿ ਨਹੀਂ ਤੁਸੀਂ ਉਹ ਪੜ੍ਹ ਲਓ ਕੁਛ ਤਾਂ ਤੁਸੀਂ ਸਮਝੋਗੇ ਅਸੀਂ ਜੇ ਹੁਣ ਤੁਹਾਡੀ ਮੀਡੀਆ 'ਚ ਦੇ ਰਹੇ ਹਾਂ ਤੁਹਾਡੇ ਮੀਡੀਆ 'ਚ ਇਹ ਕਿਹੜੇ ਚੈਨਲ ਨੇ ਚੁੱਕਣਾ ਮੇਰੀ ਗੱਲ ਕਿਹੜੇ ਚੈਨਲ ਨੇ ਚੁੱਕਣਾ ਕਿਹੜਾ ਰਿਸਕ ਲਊਗਾ ਕਿਸੇ ਨੈਸ਼ਨਲ ਮੀਡੀਆ ਨੇ ਚੁੱਕਣਾ ਕਿਸੇ ਪੋਪੂਲਰ ਨੇ ਚੁੱਕਣਾ ਜਿਹੜਾ ਚੱਕੂਗਾ ਉਹਨਾਂ ਨੇ ਉਹਨਾਂ ਨੂੰ ਪੀਨਲਾਈਜ਼ ਕਰ ਦੇਣਾ ਉਹਨੂੰ ਆਈਸੋਲੇਟ ਕਰ ਦੇਣਾ ਉਹਨਾਂ ਨੂੰ ਲਿਮਿਟ ਕਰ ਦੇਣਾ ਉਹਨਾਂ ਦੇ ਪਿੱਛੇ ਇਹਨਾਂ ਦਾ ਮਹਿਕਮੇ ਜਿਹੜੇ ਜਿਹੜੇ ਬਣਾਏ ਹੋਏ ਆ ਪੰਥ ਦੇ ਨਾਂ 'ਤੇ ਫੇਕ ਉਹ ਪਾ ਦਿੰਦੇ ਨੇ ਜਿਹਨਾਂ ਦੀਆਂ ਜਿਹੜੀਆਂ ਤਨਖਾਹਾਂ ਐਡੇ ਐਡੇ ਡਿਪਾਰਟਮੈਂਟਸ ਬਣਾਏ ਉਹ ਆਹੀ ਕੰਮ ਆ ਕਿ ਸਾਡੇ ਪਿੱਛੇ ਉਹ ਟਰੋਲਿੰਗ ਅਤੇ ਹੋਰ ਪਾਉਂਦੇ ਆ ਉਹ ਸਭ ਕੁਛ ਹੀ ਬਲੌਕ ਕਰ ਦਿੰਦੇ ਆ ਫਰੀਜ਼ ਕਰ ਦਿੰਦੇ ਆ ਹੁਣ ਤਾਂ ਸਾਡਾ ਕੋਈ ਵੀ ਪਲੇਟਫਾਰਮ ਕਿਤੇ ਵੀ ਨਹੀਂ ਈਵਨ ਬਾਹਰ ਵੀ ਬੰਦ ਕਰ ਦਿੰਦੇ ਆ ਇਸ ਕਰਕੇ ਕਿੱਥੇ ਕੁ ਤੱਕ ਜਾਊਗੀ ਇਸ ਕਰਕੇ ਮੈਂ ਜਦੋਂ ਕਰਦਾ ਮੇਰੇ ਤਾਂ ਇਹ ਕਿ ਜਿੰਨੀ ਕੁ ਚਲੇ ਜਾਵੇ ਬਾਈ ਐਕਸੀਡੈਂਟ ਬਾਈ ਡਿਫੋਲਟ ਇਹਨਾਂ ਚਲੀ ਜਾਵੇ ਹੈ ਨਾ ਉੰਨੀ ਕੁ ਜਾਣੀ ਕਿਤਾਬਾਂ 'ਚ ਤਾਂ ਪਈ ਹੈ ਕਿ ਨਹੀਂ ਕਿਤਾਬਾਂ ਦੇਖ ਕੇ ਤੁਹਾਨੂੰ ਕੁਛ ਪਤਾ ਲੱਗੇਗਾ ਨਹੀਂ ਤਾਂ ਬਹੁਤ ਚਾਂਸ ਆ ਜੋ ਕੁਛ ਤੁਸੀਂ ਦੇਖ ਰਹੇ ਹੋ ਉਸ ਤਰੀਕੇ ਨਾਲ ਜੋ ਤੁਸੀਂ ਦੇਖ ਰਹੇ ਹੋ ਉਦਾਂ ਨਹੀਂ ਹੈ ਜੋ ਹੈ ਉਹ ਤੁਸੀਂ ਦੇਖ ਨਹੀਂ ਰਹੇ ਉਹ ਸਮਝ ਨਹੀਂ ਰਹੇ ਜਿਹੜੇ ਟੋਟਲੀ ਸਕਰੀਨ 'ਤੇ ਡਿਪੈਂਡੈਂਟ ਆ ਉਹਨਾਂ ਦੀ ਆਜ਼ਾਦੀ ਤਾਂ ਸਮਝ ਲਓ ਗਈ ਉਹ ਗੁਲਾਮ ਆ ਉਹ ਆਪਣੇ ਆਪ ਨੂੰ ਖਾਲਸਾ ਕਿਵੇਂ ਕਹਾ ਰਹੇ ਹੋ ਤੁਹਾਨੂੰ ਤਾਂ ਬਿਲਕੁਲ ਹੀ ਐਵੇਂ ਪਰਛਾਵੇਂ ਆ ਪਿੱਛੇ ਹੋਰ ਹੀ ਪਾਸੇ ਦੌੜ ਰਹੇ ਹੋਵੋਗੇ ਤੁਹਾਡੀ ਅਸਲ ਤਾਂ ਜਾ ਰਿਹਾ ਹੋਏਗਾ ਤੁਹਾਨੂੰ ਇਹ ਵੀ ਨਹੀਂ ਪਤਾ
लग रहा होगा। ये गल दी आज समझन दी जरूरत है। ये देखो साढ़े लिए बहुत बड़ा चैलेंज है। बहुत सारिया चीजा एआई दे जरिए बिलकुल असी साढ़े तो इहदा साढ़े कोई हल नहीं है। इहदा यही है किताब जां अपने लोगों च जाना, लोगों च जाके गल करनी, मुलाकात करनी, जथे बनाने, संवाद करना, वो आपस में मिलना, तो थां थां जथे बनाना, जथे आपस करना, इहदा होर कोई नहीं दिखता। सवाल मेरा यही है भी उस तो बाद तुसी कहा भी काफ़ी वड्डे लैवल दे लोग दिल्ली च ला लो जां पंजाब च तुहानू मिलदे रहे आ उदों जदों काफ़ी पीक ते सीगा संघर्ष, ते जदों अकाली सरकार आ गई जिहड़े तुहानू मिलदे सीगे फिर उस तो किड़ियां किड़ियां उम्मीदां सीगियां जिहड़ियां ते ओह खरे उतरे जां किसी उम्मीद पर भी नहीं खरे उतरे क्योंकि लोगों को बहुत उम्मीद नहीं सी। नहीं जे आम लोगों को उम्मीदा सीगिया जिन्हां लोगों ने बनाया भुलेखा पै जांदा आ ओह एक नहीं स्टेट का जिहड़ा टोटल वर्तांत नरेटिव आ जिहड़ा हुण बहुत पावरफुल हो गया सोशल मीडिया ते हुण एआई नाल होर भी पावरफुल हो उह च तुहानूं हुण तां देखो कि नहीं असीं इह नहीं देखदे कि इह जो सोशल इंटरैक्शन आ उहदे विच सानूं पता नहीं लगदा रीयल ते मैनू नहीं पता लगना कि जिहड़ा कुछ आ इह मेरा किहड़ा आ इह हो जाणा। हाँ वो आपां गल की कर रहे सीगे अकाली। हाँ देखो सानू कदी भी कोई इच भुलेखा नहीं सी कि इह जिहड़े गवर्नमेंट्स आ इह डिफरेंट पार्टीज की कांग्रेस की बीजेपी की आप की अकाली जिहड़ी किसी वेले पंथले ते सिखां दी गल करन बनी सीगी पर अज नहीं इह तों कोई उम्मीद रखनी है। सारे इक्को ही तरह दी इहनां दी पॉलिसियां इक्को ही इहनां दा कल्चर इक्को ही खसलत आ उस तरीके नाल चलदे इक स्टेट दे जिहड़ा उन्होंने पैर उहदे विच चलना हुंदा इहनां ने इहनां तों तुसीं किन्नी कु उम्मीद रख सकदे हो। ते जिहड़ी उस वेले दी गल करदे आ कि देखो उस वक्त एक स्टेट सेगा उन्हां दी गन सी एक साडी गन सी इह जिन्नियां भी पार्टियां जिन्ने इंपोर्टेंट मंदे आ दोवां नाल रखणी पैंदी सी उन्हां नूं उह दोवां नाल ही बना के रखदे सी साडे नाल भी उन्हां नाल भी ते साडे भी असीं कोई इहनां नाल उदां दा साडी दुश्मनी है नहीं सीगी जी असीं कोई थोड़ा चाहुंदे सी कि असीं साडी इक दुश्मन धिर होवे इहनां चों जिहड़े बहुत साडे अगेंस्ट जांदे सी असीं तां उहनां ते एक्शन लैंदे सी बाकी इहनां तां साडे चंगे रिलेशन सी और साढ़े मिलते गुलते सी कोई ऐसी गल नहीं सी साडा कम भी करते पर जदों ये सरकार बना लेंदे आ फिर जदों वो दौर नहीं रहा हुण स्टेट डोमीनेंट हो गया साडा गन साइलेंट हो गई है ना साडा ये दौर एक हाँ जो तुसी देख रहे हो ये आ ये हुण है तां दौर कि साडे अमलां दा आ ते गन दा दौर नहीं गा ते ए जिहड़े ये हिस्से आ वो फिर दबाव च आ जांदे ने है ना ते ओहो अपने लोगों उम्मीद होंदी है कि पता नहीं यह कुछ चेंज कर देंगे जिदा हुण एक नूं चेंज करके दूसरे नूं ले आउंदे पर कोई चेंज नहीं कर सकते होंदे क्योंकि बेसिक जिहड़ा स्टेट स्ट्रक्चर उही आ अगे उन्हां दी गवर्नमेंट दा स्ट्रक्चर भी उही आ इकनोमिक पॉलिसी भी उही आ सारियां पॉलिसी उही आ उहदे विच इहनां दी फेस चेंज वैल्यू ही आ होर कुछ नहीं गी ना बीजेपी ना कांग्रेस ना आप जिहड़ी नैशनल पार्टी है ना वो तो बिल्कुल ही सेम आ सारे इशूज ते जिहड़ी अपनी ओरिजिनल पार्टी डिफरेंट चाहीदी सी जी वो भी सेम हो चुकी खेतरी पार्टी हाँ हुण वो कुछ ना कुछ जो देखिया कि लोग उन्हें छड्ड गए आ कोशिश कर रहे आ पंथ दीआं गल्लां करन दी पर हुण बहुत कुछ वो लूज कर चुके आ ते साडा तां संगत ते आसरा आ टेक आ कि संगत ही सब तो पावरफुल आ ते अरदास आ कि संगत अपने आप चों ही लीडरशिप पैदा करे ते सिखां च लीडरशिप दा जिहड़ा तरीका भी यही है कि फैसला गुरमते राहीं करना ते लीडरशिप पंज प्रधानी राहीं सांझी लीडरशिप ते कलैक्टिव डिसीजन इह थल्ले उपरों तक सानू हर थाएं करना चाहिए है जथे बनाने चाहिए है जथिया आपस में तालमेल करना चाहिए तो फैसले तो लीडरशिप कलैक्टिव होने चाहिए है जो साढ़े ट्रडिशन रहे ने यह साडा अज इस स्टेट अज के हालात जिस तरीके ना वो हैगा लेस जेडे उन्हें लड़न का यही साढ़े को तरीका है
ਅਤੇ ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ, ਉੱਧਰ ਨੂੰ ਲਾਮਬੰਦੀ ਕਰ ਰਹੇ ਹਾਂ। ਉਹਦੇ ਤਹਿਤ ਹੀ ਅਸੀਂ ਸਾਡੀ ਸਾਰੀ ਐਕਟੀਵਿਟੀ, ਨਵੀਂ ਪਾਰਟੀ ਵੀ ਖੜੀ ਹੋ। ਨਹੀਂ ਸਰ, ਅਸੀਂ ਪਾਰਟੀ ਨਹੀਂ ਕਰ ਰਹੇ, ਅਸੀਂ ਤਾਂ ਸੰਗਤ 'ਚ ਜਾ ਕੇ ਜਥੇ ਬਣਾ ਰਹੇ ਹਾਂ, ਉਹਨਾਂ ਨੂੰ ਦੱਸ ਰਹੇ ਹਾਂ ਗੱਲ, ਉਹਨਾਂ ਟਰੈਡੀਸ਼ਨ ਨਾਲ ਜੋੜਦੇ ਹਾਂ, ਜਿਹੜੇ ਬੇਸਿਕ ਪ੍ਰਿੰਸੀਪਲ ਆ ਸਿੱਖੀ ਦੇ ਉਹ ਉਹਨਾਂ ਨੂੰ ਉਹਨਾਂ ਸਾਹਮਣੇ ਰੱਖ ਰਹੇ ਹਾਂ ਕਿ ਫੈਸਲੇ ਕਿਵੇਂ ਕਰਨੇ ਆ, ਅਗਵਾਈ ਕਿਵੇਂ ਚੁਣਨੀ ਆ, ਅਕਾਲ ਤਖਤ ਦਾ ਕੀ ਰੋਲ ਆ, ਗੁਰਦੁਆਰਿਆਂ ਦਾ ਕੀ ਪ੍ਰਬੰਧ ਚਾਹੀਦਾ ਆ, ਤੁਸੀਂ ਆਪਸ ਵਿੱਚ ਕਿਵੇਂ ਜੁੜਨਾ ਆ, ਕਿਵੇਂ ਪੰਥਕ ਤਰੀਕੇ ਨਾਲ ਕਿਵੇਂ ਜਥੇਬੰਦ ਹੋਣਾ ਆ, ਕਿਵੇਂ ਸਰਗਰਮੀ ਕਰਨੀ ਆ। ਅਸੀਂ ਇਸੇ ਤਰੀਕੇ ਨਾਲ ਬਿਨਾਂ ਪਾਰਟੀ ਬਣਾਏ ਅਤੇ ਸੰਗਤ 'ਚ ਜਾ ਕੇ ਕੰਮ ਕਰ ਰਹੇ ਹਾਂ। ਅਤੇ ਸਿੱਖਿਆ ਪ੍ਰਣਾਲੀ ਜਿਹੜੀ ਆ, ਜਿਵੇਂ ਕਿਤਾਬਾਂ ਦੀ ਆਪਾਂ ਗੱਲ ਕਰੀਏ, ਸੋਸ਼ਲ ਮੀਡੀਆ ਨਾਲ ਜੁੜੇ, ਉਹ ਉੱਥੇ ਇਤਿਹਾਸ ਜਿਹੜਾ ਆ ਉਹ ਮਨਫੀ ਹੈ ਬਿਲਕੁਲ ਹੀ। ਜਿਵੇਂ ਅਸੀਂ 18ਵੀਂ ਸਦੀ ਦੇ ਸਿੱਖ ਲਾ ਲਓ ਜਾਂ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਲਾ ਲਓ, ਉਹਨੂੰ ਬਹੁਤ ਛੋਟੇ ਪੱਧਰ 'ਤੇ ਹੈਗਾ ਆ, ਦਿਖਾਇਆ ਜਾਂਦਾ ਹੈ। ਹੋਰ ਬਹੁਤ ਕੁਛ ਹੈ ਜਿਹੜਾ ਸ਼ਾਇਦ ਨਹੀਂ ਵੀ ਲੋੜੀਂਦਾ, ਉਹ ਪੜ੍ਹਾਇਆ ਜਾਂਦਾ। ਅਤੇ ਮਤਲਬ ਇਹ ਵੀ ਇੱਕ ਹੈਗੀ ਹੈ ਚੀਜ਼ ਵੀ ਸਿੱਖਿਆ ਪ੍ਰਣਾਲੀ ਨੂੰ ਪੁਰਾਣੇ ਤਰੀਕੇ ਦੇ ਨਾਲ ਲਿਆਂਦਾ ਜਾਵੇ ਜਿਵੇਂ ਪਹਿਲਾਂ ਸੀਗੀ। ਹਾਂ, ਇਹ ਤਾਂ ਬਹੁਤ ਵੱਡਾ ਕੁਐਸਚਨ ਹੈ ਜਿਹੜਾ ਐਜੂਕੇਸ਼ਨ ਦਾ, ਤਾਂ ਬਹੁਤ ਹੀ ਵੱਡਾ ਕੁਐਸਚਨ ਹੈ। ਇਹ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੁੰਦੀ ਆ। ਤੁਸੀਂ ਦੇਖੋ ਕਿ ਨਹੀਂ, ਥੋੜ੍ਹੇ ਦਿਨ ਪਹਿਲਾਂ ਇਹਨੇ ਮੋਦੀ ਨੇ ਕਿਹਾ ਵਨ ਨੇਸ਼ਨ ਵਨ ਇਲੈਕਸ਼ਨ, ਹੈ ਨਾ ਜੀ, ਉਹ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਆ। ਉਸ ਤੋਂ ਬਾਅਦ ਆਪ ਵਾਲਿਆਂ ਨੇ ਕਿਹਾ ਵਨ ਨੇਸ਼ਨ ਵਨ ਐਜੂਕੇਸ਼ਨ, ਉਸ ਤੋਂ ਵੀ ਅੱਗੇ ਦੇ ਕੰਪੀਟੀਸ਼ਨ ਦੀ ਗੱਲ ਹੈ ਕਿ ਦੋ ਸਾਰੇ ਉਹ ਇੱਕੋ ਹੀ ਹੈ, ਉਹ ਸਾਰਾ ਕੁਛ ਹੀ ਇੱਕ ਕਰਨਾ ਚਾਹੁੰਦੇ, ਕੋਈ ਡਿਫਰੈਂਸ ਨਹੀਂ ਰਹਿਣ ਦਿੰਦੇ, ਚਾਹੁੰਦੇ ਕਿ ਕੋਈ ਰਿਲੀਜਨ ਦਾ, ਕੋਈ ਕਲਚਰ, ਹਰ ਇੱਕ ਸਟੇਟ ਦਾ ਵੱਖਰਾ ਵੱਖਰਾ ਇੱਕ ਆਪਣਾ, ਉਹ ਇੱਕੋ ਹੀ ਚਾਹੁੰਦੇ ਕਿ ਸਾਰੀ ਐਜੂਕੇਸ਼ਨ ਇੱਕੋ ਹੀ ਤਰੀਕੇ ਨਾਲ, ਜਿਹੜੀ ਉਹ ਨੈਸ਼ਨਲਿਜ਼ਮ ਵਾਲੀ ਆ, ਜਿਹੜੀ ਹਿੰਦੂਤਵਾ 'ਚ ਰੰਗੀ ਹੋਈ ਨੈਸ਼ਨਲਿਜ਼ਮ ਆ, ਹਿੰਦੂਤਵਾ ਵੈਲਿਊਜ਼ ਵਾਲਾ ਸਭ ਕੁਛ ਕਰਕੇ, ਬੋਰ ਜਿੰਨੇ ਵੀ ਡਿਫਰੈਂਸ ਆ ਕਲਚਰ ਦੇ, ਲੈਂਗੁਏਜ ਦੇ, ਰਿਲੀਜਨ ਦੇ, ਰੇਸ ਦੇ, ਸਾਰਿਆਂ ਨੂੰ ਐਨ ਬੁਲਡੋਜ਼ ਕਰਕੇ ਇਹ ਕਰ ਦੇਣਾ ਚਾਹੁੰਦੇ ਆ। ਇਹ ਸਾਰੇ ਜਿੰਨੀਆਂ ਨੈਸ਼ਨਲ ਪਾਰਟੀਆਂ, ਕੋਈ ਥੋੜ੍ਹਾ ਸੌਫਟ ਆ, ਕੋਈ ਹਾਰਡ ਆ, ਇਹਨਾਂ ਦਾ ਇੱਕੋ ਹੀ ਪੋਲਸੀ ਆ ਅਤੇ ਇੱਕੋ ਹੀ ਨਜ਼ਰੀਆ ਆ। ਇਹ ਸਾਨੂੰ ਸਾਰਿਆਂ ਨੂੰ, ਸਿੱਖਾਂ ਨੂੰ, ਹੋਰ ਸਾਰੇ ਘੱਟ ਗਿਣਤੀਆਂ ਨੂੰ, ਹੋਰ ਸਾਰੀ ਕਮਿਊਨਿਟੀਜ਼ ਜਿਹੜੀ ਸਟਰਗਲਿੰਗ ਆ, ਜਿਹੜੇ ਆਪਣੀ ਲਿਬਰੇਸ਼ਨ ਲੜ ਰਹੀਆਂ, ਉਹਨਾਂ ਨੂੰ ਸੁਚੇਤ ਹੋਣਾ ਪਊ। ਅਤੇ ਹੋਰ ਜਿੰਨੇ ਦਬੇ ਕੁਚਲੇ ਪ੍ਰੈਸ਼ ਲੋਕ ਆ, ਦਲਿਤ, ਕਿ ਜੇ ਆਪਣੇ ਆਪ ਨੂੰ ਬਚਾਉਣਾ ਆ ਅਤੇ ਆਪਣੇ ਡਿਫਰੈਂਸ ਨੂੰ ਕਾਇਮ ਰੱਖਣਾ ਪੈਣਾ ਆ, ਆਪਣੇ ਕਲਚਰ ਨੂੰ ਕਾਇਮ ਰੱਖਣਾ ਪੈਣਾ, ਅਤੇ ਇਹ ਲੜਾਈ ਇਕੱਠਿਆਂ ਹੋ ਕੇ ਲੜੀ ਜਾ ਸਕਦੀ ਆ, ਨਹੀਂ ਤਾਂ ਕੋਈ ਕੋਈ ਸਿਲੇਬਸ ਇਕੱਲਿਆਂ ਨਹੀਂ ਲੜੀ ਜਾ ਸਕਦੀ। ਇਹ ਇਹਦੇ ਲਈ ਤਾਂ ਦੇਖੋ, ਜੇ ਹੋਵੇ ਤਾਂ ਸਾਡੇ ਤਾਂ ਜਦੋਂ ਅੰਗਰੇਜ਼ ਨੇ ਇੱਥੇ ਆਪਾਂ ਨੂੰ ਹਰਾਇਆ, ਸਿੱਖ ਰਾਜ ਉਹਨਾਂ ਨੇ ਧੋਖੇ ਨਾਲ ਲੈ ਲਿਆ, ਅਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੇ ਐਜੂਕੇਸ਼ਨ ਆਪਣਾ ਖਤਮ ਕਰ ਦਿੱਤਾ। ਸਾਡਾ ਸੀਗਾ ਪੰਥਕ ਤਰੀਕੇ ਨਾਲ, ਪੰਥਕ ਜੁਗਤ ਵਾਲਾ, ਪੰਥਕ ਤਰੀਕੇ ਦਾ, ਜਿੰਨੇ ਵੀ ਸਾਰੇ ਜਿੱਦਾਂ ਟਕਸਾਲਾਂ ਸੀ, ਡੇਰੇ ਸੀ, ਗੁਰੂ ਕਲ, ਜੋ ਕੁਛ ਵੀ ਸੀ ਉਹ ਸਾਰਾ ਖਤਮ ਕਰ ਦਿੱਤਾ, ਜੋ ਗਿਆਨ ਪ੍ਰਬੰਧ ਸੀ, ਅਤੇ ਉਹਦੇ ਤਾਂ ਆਪਣਾ ਗਿਆਨ ਪ੍ਰਬੰਧ ਲਿਆਂਦਾ, ਸਕੂਲਸ, ਕਾਲਜਸ, ਯੂਨੀਵਰਸਿਟੀਜ਼, ਅਤੇ ਆਪਣਾ ਸਾਰਾ ਉਹ ਜਿਹੜਾ ਲੈਂਗੁਏਜ, ਐਵਰੀਥਿੰਗ, ਉਹ ਧੱਕੇ ਨਾਲ ਸਾਡੇ 'ਤੇ ਲਾਗੂ ਕਰ ਦਿੱਤਾ। ਅਤੇ ਜਿਹੜੇ ਉਹ ਫੋਲੋ ਕਰਦੇ ਸੀ ਉਹ ਲੀਡ ਬਣਾ ਦਿੱਤੇ, ਲੀਡਰ ਨੂੰ ਉਹ ਆ ਗਏ, ਉਹ ਆਪਣਾ ਤਾਂ ਸਾਰਾ ਉਦੋਂ ਲੂਜ਼ ਹੋ ਗਿਆ। ਉੱਥੇ ਹੀ ਸਾਰੇ ਜੜ ਤਾਂ ਉੱਥੇ ਪਈ ਹੈ, ਉੱਥੋਂ ਜਦ ਤੱਕ ਅਸੀਂ ਉਹ ਆਪਣੇ ਗਿਆਨ ਨੂੰ ਰਿਵਾਈਵ ਨਹੀਂ ਕਰਦੇ, ਸਿਲੇਬਸ ਆਪਣਾ, ਹਾਂ, ਆਪਣੇ ਗਿਆਨ ਪ੍ਰਬੰਧ ਨੂੰ ਉਹਨਾਂ 'ਚ ਵਾਪਸ ਨਹੀਂ ਜਾਂਦੇ, ਅਸੀਂ ਕੋਈ ਵੀ ਹੱਲ ਨਹੀਂ ਕਰ ਸਕਦੇ। ਇਹਨਾਂ ਦਾ ਪੜ੍ਹਾਇਆ ਅਸੀਂ ਕਿਹੜੀ ਆਜ਼ਾਦੀ ਲੈ ਸਕਦੇ ਹਾਂ, ਇਹਨਾਂ ਦੇ ਅਨੁਸਾਰ ਤੁਸੀਂ ਕਿਹੜੀ ਫਰੀਡਮ ਦੀ ਗੱਲ ਕਰ ਸਕਦੇ ਹੋ, ਹੈ ਨਾ। ਇਹ ਤਾਂ ਜਦੋਂ ਤੁਸੀਂ ਖਾਲਸਾ ਪਰਸਪੈਕਟਿਵ, ਖਾਲਸਾ ਗਰਾਊਂਡ 'ਤੇ ਖੜ ਕੇ ਗੱਲ ਆਜ਼ਾਦੀ ਦੀ ਗੱਲ ਕਰਦੇ, ਤਾਂ ਹੀ ਤੁਹਾਨੂੰ ਖਾਲਿਸਤਾਨ ਦੀ ਸਮਝ ਆਏਗੀ, ਇਹਨਾਂ 'ਚ ਥੋੜ੍ਹੋ। ਇਸ ਕਰਕੇ ਬਹੁਤ ਜ਼ਰੂਰੀ ਹੈ ਜਿਹੜਾ ਮਾਹੌਲ, ਇੱਕ ਓਰਿਜਿਨਲ, ਜਿਹੜਾ ਬਿਲਕੁਲ ਹੀ ਬੇਸਿਕ, ਜਿਹੜਾ ਪ੍ਰਿਸਟਾਈਨ, ਜਿਹੜੀ ਉਹਨੂੰ ਲੈ ਕੇ ਆਉਣਾ ਅਤੇ ਉਹਨੂੰ ਹੁਣ ਪ੍ਰੈਕਟਿਸ ਕਰਨਾ ਅਤੇ ਅੱਜ ਦੇ ਗਿਆਨ ਵਿੱਚ ਉਹਨੂੰ ਐਪਲੀਕੇਬਲ ਕਰਨਾ, ਉਹਦੀ ਹੁਣ ਕਿਵੇਂ ਉਹਨੂੰ ਲੈ ਕੇ ਆਉਣਾ, ਇਹ ਬਹੁਤ ਵੱਡਾ ਕੁਐਸਚਨ ਆ ਸਾਡੇ ਸਿੱਖ ਸਕੋਲਰਸ਼ਿਪ ਦੇ ਅੱਗੇ।
ਜਿਨ੍ਹਾਂ ਕਿ ਇੱਕ ਇਹ ਦੁਨੀਆ ਦੇ ਇਹਦੇ ਤੇ ਅਹਿਮ ਕੰਮ ਜਿਹੜਾ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ। ਕਰ ਰਹੇ ਨੇ ਕਈ, ਪਰ ਹੈ ਤਾਂ ਇਹ ਵੱਡੇ ਜਾਨੀ ਕਿ ਬਹੁਤ ਵੱਡੇ ਰਹੇ ਸਟੇਟਾਂ ਡਿਪਾਰਟਮੈਂਟਾਂ ਦਾ ਕੰਮ ਆ, ਜਿੱਥੇ ਜਿੱਥੇ ਵੀ ਸਿੱਖਾਂ ਨੂੰ ਉਹਨੂੰ ਕਰਨਾ ਚਾਹੀਦਾ ਆ, ਜਿਹੜਾ ਜਿਹੜਾ ਵੀ ਕੈਪੇਬਲ ਆ ਬਾਹਰ ਕੀ ਇਹ ਇਹ ਬੇਸਿਕ ਕੁਐਸਚਨ ਆ। ਜਿੱਦਾਂ ਹੁਣ ਵੀ ਆ, ਜਾਨੀ ਕਿ ਹੁਣ ਇਸ ਵੇਲੇ ਦੁਨੀਆ ਦੇ ਸਾਰੇ ਆਈਡੀਆਜ਼ ਅਤੇ ਸਟਰਕਚਰਸ ਅਤੇ ਕ੍ਰਾਈਸਿਸ ਦੇ ਵਿੱਚ ਆ, ਡੀਸਟੇਬਲਾਈਜੇਸ਼ਨ ਆ, ਹਿੱਲ ਗਿਆ ਸਭ ਕੁਛ, ਕੁਛ ਵੀ ਅਨਸਰਟਨ ਆ, ਹਿੱਲ ਰਿਹਾ ਆ। ਉਹਦੇ ਵਿੱਚ ਇਹ ਸਾਡਾ ਸਿੱਖਾਂ ਦਾ ਫਰਜ਼ ਬਣਦਾ ਆ ਕਿ ਉਹ ਆਪਣੇ ਉਸ ਪਰਸਪੈਕਟਿਵ 'ਚ ਖੜ ਕੇ ਉਹ ਗੱਲ ਕਰਨ ਕਿ ਜਾਨੀ ਕਿ ਸਿੱਖ ਆਈਡੀਆ ਕੀ ਆ, ਸਟੇਟ ਦਾ ਜਿਹੜਾ ਸਿੱਖ ਆਈਡੀਆ ਸਟੇਟ ਕੀ ਆ ਉਹ ਗੱਲ ਕਰਨ, ਜਿਹੜਾ ਸਟਰਕਚਰ ਆ ਖਾਲਸਾ ਸਟਰਕਚਰ ਕੀ ਨੇ ਉਹਦੀ ਗੱਲ ਕਰਨ, ਇਹ ਟਾਈਮ ਆ ਗੱਲ ਕਰਨ ਜੀ। ਤਾਂ ਇਹ ਸਾਡੀ ਸਕੋਲਰਸ਼ਿਪ, ਇਹ ਸਕੋਲਰਸ਼ਿਪ ਆ, ਇਹ ਥੋੜ੍ਹਾ ਕਿ ਇਹਨਾਂ ਦੀ ਪੜ੍ਹਾਈ ਸਕੋਲਰਸ਼ਿਪ ਆ ਜਾਂ ਇਹਨਾਂ ਦੀਆਂ ਡਿਗਰੀਆਂ ਕਰਾਈਆਂ ਉਹ ਕੀ ਕਰ ਲੈਣਗੇ ਜੇ ਤੁਹਾਡੇ ਕੋਲ ਬੇਸਿਕ ਨਹੀਂ ਹੋਵੇ। ਇਹ ਵੀ ਗੱਲ ਸੀਗੀ ਵੀ ਜਦੋਂ ਆਪਾਂ ਦੇਖਦੇ ਹਾਂ ਵੀ ਟੋਰਚਰ ਦੀ ਤੁਸੀਂ ਗੱਲ ਕੀਤੀ, ਕਿਉਂਕਿ ਇਹ ਚੀਜ਼ਾਂ ਮੈਂ ਚਾਹੁੰਦੀ ਹਾਂ ਵੀ ਸਾਨੂੰ ਪਤਾ ਜ਼ਰੂਰ ਹੋਣ, ਜਿਵੇਂ ਭਾਈ ਸੁੱਖਾ ਜਿੰਦਾ ਨੂੰ ਟੋਰਚਰ ਕਰਦੇ ਰਹੇ ਜਾਂ ਤੁਹਾਨੂੰ ਕਰਦੇ ਰਹੇ, ਉਹ ਕੀ ਤਰੀਕੇ ਵਰਤਦੇ ਸੀਗੇ ਸਰਕਾਰ ਪੁਲਿਸ ਵਾਲੇ ਜਾਂ ਏਜੰਸੀਜ਼, ਕਿਸ ਤਰੀਕੇ ਨਾਲ ਮਨਵਾਉਣ ਦੀ ਜਾਂ ਬੁਲਾਉਣ ਦੀ ਕੋਸ਼ਿਸ਼ ਕਰਦੇ ਸੀਗੇ? ਦੇਖੋ, ਟੋਰਚਰ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਤਰ੍ਹਾਂ ਦਾ ਤਾਂ ਹੁੰਦਾ ਕਿ ਜਦੋਂ ਬੰਦਾ ਕਿਸੇ ਨੂੰ ਜਿਉਂਦਾ ਰੱਖਣਾ ਹੈ ਉਹ ਟੋਰਚਰ ਹੁੰਦਾ ਜੀ। ਉਹ ਹੁੰਦਾ ਜਿੱਦਾਂ ਅੱਜ ਕੱਲ੍ਹ ਵੀ ਪੁਲਿਸ, ਹੁਣ ਥੋੜ੍ਹਾ ਸ਼ਾਇਦ ਘੱਟ ਗਿਆ ਕਹਿੰਦੇ, ਉਹ ਪਹਿਲਾਂ ਤਾਂ ਆਮ ਹੀ ਹੁੰਦਾ ਸੀ ਪੰਜਾਬ ਪੁਲਿਸ ਦਾ ਸਭ ਤੋਂ ਜ਼ਿਆਦਾ, ਜਿੱਦਾਂ ਚੱਡੇ ਪਾੜ ਦਿੱਤੇ, ਪਾਣੀ 'ਚ ਡੁਬੋ ਦਿੱਤਾ ਜਿਹਨੂੰ ਵਾਟਰ ਬੋਰਡਿੰਗ ਕਹਿ ਦਿੱਤਾ, ਪੁੱਠਾ ਟੰਗ ਦਿੱਤਾ, ਘੋਟਣਾ ਫੇਰ ਦਿੱਤਾ, ਪੱਟ ਉੱਤੇ ਬੰਦੇ ਚੜ ਕੇ ਚਾਰ ਘੋਟਣਾ ਫੇਰ ਦਿੱਤਾ, ਜਾਂ ਡਾਂਗਾਂ ਨਾਲ ਕੁੱਟ ਲਿਆ, ਤਲੀਆਂ ਕੁੱਟ ਲਈਆਂ, ਜਾਂ ਹੋਰ ਜਲੀਲ ਗਾਲਾਂ ਗੂਲਾਂ ਕੱਢਣੀਆਂ, ਤਾਂ ਇਹਨਾਂ ਦਾ ਇਹ ਤਾਂ ਸ਼ੁਰੂਆਤ ਹੁੰਦੀ ਹੈ ਕਿ ਨਹੀਂ, ਕਿਸੇ ਨੂੰ ਜਲੀਲ ਕਰਨਾ, ਨੰਗੇ, ਸਭ ਤੋਂ ਪਹਿਲਾਂ ਜਲੀਲ ਕਰਨਾ, ਨੰਗਿਆਂ ਕਰਨਾ, ਉਹਨੇ ਭੈਣਾਂ ਮਾਵਾਂ ਨੂੰ ਇੱਕ ਕਰਨਾ, ਫਿਰ ਆਹ ਜਾਣੀ ਕਿ ਡਾਂਗਾਂ ਤੋਂ ਸ਼ੁਰੂ ਹੋਣਾ, ਫਿਰ ਆ ਜਾਣਾ ਪਟਿਆਂ 'ਤੇ, ਪਟਿਆਂ ਤੋਂ ਬਾਅਦ ਫਿਰ ਤੁਹਾਡੇ ਪੱਟਾਂ 'ਤੇ ਆਹ ਜਿਹੜਾ ਰੋਲਰ ਕੋਟ ਨੇ ਕਹਿੰਦੇ ਆ ਉਹ ਆ, ਫਿਰ ਚੱਡੇ ਪਾੜਨ 'ਤੇ ਆ ਜਾਂਦੇ ਆ, ਫਿਰ ਆਹ ਪਾਣੀ ਵਿੱਚ, ਪਾਣੀ 'ਚ ਡੋਬ ਕੇ ਨੱਕ, ਪਾਣੀ ਤੁਹਾਡੇ ਅੰਦਰ ਇੰਜੈਕਟ ਕਰਨਾ ਜਾਣੀ ਕਿ ਲੰਗਸ ਦੇ ਵਿੱਚ, ਉੱਥੇ ਉਹ ਆ ਜਾਣਾ, ਫਿਰ ਇਲੈਕਟ੍ਰਿਕ ਸ਼ੌਕ ਆ ਜਾਂਦੇ ਆ ਤੁਹਾਡੇ ਜੈਨੀਟਲਸ ਨੂੰ, ਤਾਂ ਹੋਰ ਸਾਰਿਆਂ ਨੂੰ, ਕੰਨਾਂ ਨੂੰ, ਮੂੰਹਾਂ ਨੂੰ ਲਾ ਕੇ ਨਾ ਉਹ ਸ਼ੌਕਸ ਆ ਜਾਂਦੇ ਆ। ਹੋਰ ਇਸ ਤਰੀਕੇ ਦਾ ਤਰੀਕੇ ਤਾਂ ਇਹਨਾਂ ਦੇ ਜਿਹੜੇ ਜਨ ਸਟੈਂਡਰਡ ਤਰੀਕੇ ਪੁਲਿਸ ਦੇ ਹੈਗੇ ਆ, ਜਿਹੜੇ ਹੁਣ ਵੀ ਸਾਰੇ ਥਾਣਿਆਂ 'ਚ ਹੈਗੇ ਕਰਦੇ ਆ, ਇਹ ਤਾਂ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਚੱਲਦਾ ਹੀ। ਜਿਹੜੇ ਸਾਡੇ ਸਿੰਘਾਂ 'ਤੇ ਟੋਰਚਰ ਹੋਏ ਆ ਕਿ ਤੁਹਾਡੇ 'ਤੇ, ਦੇਖੋ ਮੇਰੇ 'ਤੇ ਔਰ ਜਿੰਦਿਆਂ 'ਤੇ ਸੁੱਖੇ 'ਤੇ ਉਹ ਨਹੀਂ ਹੋਏ, ਕਿਉਂਕਿ ਇਹਨਾਂ ਨੇ ਸਾਨੂੰ ਰੱਖਣਾ ਸੀਗਾ ਜੀ, ਸਾਡੇ 'ਤੇ ਉਹ ਨਹੀਂ ਹੋਏ। ਜਦੋਂ ਮੈਂ ਫੜਿਆ ਗਿਆ ਉਦੋਂ ਤਾਂ ਸਾਰਾ ਕੁਛ ਖਤਮ ਹੋ ਚੁੱਕਿਆ ਸੀ ਮੂਵਮੈਂਟ ਵੀ, ਉਦੋਂ ਤਾਂ ਇਹ ਸਿਸਟਮ ਉੱਪਰੋਂ ਯੈਸ ਨਹੀਂ ਹੁੰਦਾ ਆ, ਸੈਂਟਰ ਦੀ ਪੋਲਿਸੀ ਤਹਿਤ ਇਨਕਾਊਂਟਰ 'ਤੇ ਟੋਰਚਰ ਹੁੰਦੇ ਆ, ਉਦੋਂ ਉਹ ਪੋਲਿਸੀ ਆਲਰੇਡੀ ਖਤਮ ਹੋ ਚੁੱਕੀ ਸੀ ਬੇਅੰਤ ਸਿੰਘ। ਪਰ ਜਿਹੜੇ ਹੋਰ ਸਾਡੇ ਵੀਰ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ 'ਤੇ ਤਾਂ ਹੋਈ ਹੈ ਕਿ ਨਹੀਂ, ਜਿਹਨਾਂ ਨੂੰ ਮਾਰ ਦਿੱਤਾ ਗਿਆ, ਜਿੰਦੇ ਉਹਨਾਂ ਦੇ ਤਾਂ ਨਹੀਂ, ਉਹਨਾਂ ਨੇ ਉਹ ਕੀਤੇ ਕਿਉਂਕਿ ਇਹਨਾਂ ਨੂੰ ਰੱਖਣਾ ਸੀ, ਫਾਂਸੀ ਦੇਣੀ ਸੀ, ਠੀਕ ਹੈ, ਕੋਰਟ ਵਿੱਚ ਪੇਸ਼ ਹੋਣਾ ਸੀ, ਉੱਥੇ ਤਾਂ ਪਤਾ ਲੱਗ ਜਾਣਾ ਸੀ ਟੋਰਚਰ। ਜਿਹੜੇ ਟੋਰਚਰ ਕੋਰਟ 'ਚ ਪਤਾ ਲੱਗੇ ਆ ਉਹ ਫਿਰ ਟੋਰਚਰ ਨਹੀਂ ਕਰਦੇ, ਜਿਹਨਾਂ ਨੂੰ ਹੁਣ ਜਿਹੜੀ ਸਾਡੇ ਦੌਰ ਵਿੱਚ ਜਿਹੜੇ ਟੋਰਚਰ ਹੋਏ ਆ, ਜਦੋਂ ਇਹਨਾਂ ਦੀ ਇਹ ਪੋਲਿਸੀ ਆ ਗਈ ਕਿ ਇਹਨਾਂ ਨੂੰ ਹੁਣ ਫੜੋ ਨਾ, ਕੇਸ ਨਾ ਚਲਾਓ, ਅਤੇ ਇਹਨਾਂ ਨੂੰ ਮਾਰ ਦਿਓ, ਐਲੀਮੀਨੇਟ ਕਰ ਦਿਓ, ਫਿਰ ਟੋਰਚਰ ਹੋਰ ਤਰ੍ਹਾਂ ਦੇ ਸ਼ੁਰੂ ਹੋ ਗਏ। ਉਹਨੂੰ ਕਹਿੰਦੇ ਸੀ ਡੈਥ ਟੋਰਚਰ, ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ, ਕਿਹਨੇ ਚੁੱਕਿਆ, ਕਿਹਨੇ ਮਾਰਿਆ, ਕਿੱਥੇ ਗਿਆ। ਕਈ ਵਾਰ ਤਾਂ ਉਹ ਮਾਰ ਕੇ ਸਿੱਟ ਦਿੰਦੇ ਸੀ ਸ਼ੋਅ ਕਰਦੇ, ਕਈ ਵਾਰ ਡਿਸਪੀਅਰ ਹੀ ਹੋ ਜਾਂਦਾ ਸੀ ਬੰਦਾ, ਜਿਹੜਾ ਖਾਲੜਾ ਜੀ ਨੇ ਇਕੱਠੇ ਕੀਤੀ ਰਿਪੋਰਟ, ਡਿਸਪੀਅਰ ਹੀ ਹੋ ਜਾਂਦੇ ਸੀ। ਉਹ ਟੋਰਚਰ ਦੇਖੋ ਇੱਦਾਂ ਦਾ ਸੀ ਕਿ ਉਹ ਸਾਰੇ ਹੀ ਕਰਦੇ ਸੀ, ਸਾਰੀਆਂ ਫੋਰਸ, ਪੁਲਿਸ ਵਾਲੇ, ਸਾਰੇ ਬੁੱਚੜਖਾਨੇ ਸੀ, ਇਹ ਸਟਾਫ ਸਪੈਸ਼ਲ ਬੰਦੇ ਸੀ ਜਿਹੜੇ ਇਹਨਾਂ ਦੇ ਕਰਦੇ, ਫਿਰ ਸਕਿਉਰਿਟੀ ਫੋਰਸਿਸ ਵੀ ਕਰਦੇ ਸੀ, ਮਿਲਟਰੀ ਵਾਲੇ, ਉਹ ਵੀ ਸਾਰੇ ਹੀ ਕਰਦੇ, ਇੰਟੈਲੀਜੈਂਸ ਏਜੰਸੀਆਂ ਵੀ ਕਰਦੀਆਂ ਸੀ, ਇਹਨਾਂ ਦੇ ਖਾਸ ਥਾਂ ਸੀ ਕਰਦੇ ਸੀ, ਸਟਰਕਚਰਸ ਬਣਾਏ ਸੀ ਜਿੱਥੇ ਕਰਦੇ ਸੀ। ਅਤੇ ਉਹਦੇ ਵਿੱਚ ਤਾਂ ਇਹ ਸੀ ਡੈਥ ਟੋਰਚਰ ਸੀ ਕਿ ਬੰਦਿਆਂ ਨੂੰ ਕਿੰਨੇ ਕਿੰਨੇ ਸਾਲ ਰੱਖਣਾ, ਜਿੱਦਾਂ ਹੁਣ ਸੁਲੱਖਣ ਸਿੰਘ, ਦਰਸ਼ਨ ਸਿੰਘ ਡੱਲਾ, ਮਨਵੀਰ ਸਿੰਘ, ਕਈ ਸਾਲ ਰੱਖੇ ਬੰਦੇ, ਹੈ ਨਾ, ਉਹਨਾਂ ਨੂੰ ਇੰਨੇ ਚਿਰ ਤਰਸਾਈ ਜਾਣਾ, ਉਹਨਾਂ ਨੂੰ ਭੁੱਖੇ ਰੱਖਣਾ, ਉਹਨਾਂ ਦੇ ਲਾਈਟਾਂ ਮਾਰੀ ਜਾਣੀਆਂ, ਉਹਨਾਂ ਨੂੰ ਨਸ਼ੇ ਲਾਈ ਜਾਣੇ, ਉਹਨਾਂ ਦੇ
ਉਹਨਾਂ 'ਤੇ ਸਾਈਕੋਲੋਜੀਕਲ ਪ੍ਰੈਸ਼ਰ ਪਾਈ ਜਾਣਾ, ਟੋਰਚਰ ਕਰੀ ਜਾਣਾ, ਉਹਨਾਂ ਤੋਂ ਉਹਨਾਂ ਨੂੰ ਅਲੇਅਰਮੈਂਟਸ ਦੇਣੀਆਂ ਸਾਲਾਂ ਬੱਧੀ ਕਿ ਬੰਦੇ ਟੁੱਟਣ, ਫਿਰ ਸਾਰੇ ਤਰ੍ਹਾਂ ਦੇ ਟੋਰਚਰ ਕਰੀ ਅਖੀਰ 'ਚ ਮਾਰ ਦੇਣਾ। ਇਹ ਵੀ ਹੋਏ ਆ ਜਿਹਨਾਂ ਦੇ ਮੈਂ ਨਾਂ ਲਏ, ਕੁਛ ਹੀ ਆ ਬਹੁਤ ਬੰਦੇ ਇਹ ਜੇ ਵੀ ਆ। ਫਿਰ ਆ ਜਿਹਨਾਂ ਨੂੰ ਫੜਿਆ ਅਤੇ ਥੋੜ੍ਹੇ ਦਿਨਾਂ 'ਚ ਹੀ ਮਾਰ ਦਿੱਤਾ ਗਿਆ ਟੋਰਚਰ 'ਚ। ਉਹ ਜਿੱਦਾਂ ਹੁਣ ਆਪਣੇ ਕਿੰਨੇ ਸਿੰਘ ਆ, ਜਿੱਦਾਂ ਭਾਈ ਮਨੋਕ ਸਿੰਘ ਆ, ਮਥੁਰਾ ਸਿੰਘ ਆ, ਭਾਈ ਗੁਰਦੇਵ ਸਿੰਘ ਸਮਾਣ ਵਾਲਾ, ਬਾਬਾ ਅਜੀਤ ਸਿੰਘ ਆ, ਬਾਬਾ ਤੰਨਾ ਸਿੰਘ ਆ, ਹੋਰ ਅਨੇਕਾਂ ਹੀ ਸਾਡੇ ਸਿੰਘ ਆ ਜਿਹੜੇ ਸ਼ਹੀਦ ਹੋਏ ਆ, ਫੜੇ ਮਾਰ ਦਿੱਤੇ। ਉਹਦਾ ਦੇਖੋ ਟੋਰਚਰ ਇੱਦਾਂ ਹੁੰਦਾ ਸੀ ਕਿ ਉਹ ਤਾਂ ਫਿਰ ਤੁਹਾਨੂੰ ਕਿਤੇ ਪੇਸ਼ ਥੋੜ੍ਹਾ ਕਰਨਾ, ਨਾ ਸ਼ੋ ਕਰਨਾ ਆ, ਤਾਂ ਤੁਹਾਨੂੰ ਮਾਰਨਾ ਹੀ ਆ ਜੋ ਮਰਜ਼ੀ ਹੋਈ ਜਾਵੇ। ਉਹ ਫਿਰ ਇਹ ਜੇ ਨਹੀਂ ਸੀ ਕਰਦੇ, ਜਾਣੀ ਚੱਡੇ 'ਚ ਇਹ ਗੱਲਾਂ ਨਹੀਂ ਸੀ ਕਰਦੇ, ਉਹ ਸਿੱਧਾ ਸਭ ਤੋਂ ਪਹਿਲਾਂ ਬੰਦੇ ਦੇ ਕੋਲ ਉਹ ਇਹ ਕਰਦੇ ਆ ਕਿ ਉਹਦੇ ਸਾਹਮਣੇ ਬੰਦਾ ਵੱਢ ਦਿੰਦੇ ਆ ਜਿਹਨੂੰ ਮਾਰਨਾ ਆ। ਨਵਾਂ ਬੰਦਾ ਜਿਹੜਾ ਟੋਰਚਰ ਕਰਨਾ ਕਿ ਨਹੀਂ, ਉਹਦੇ ਸਾਹਮਣੇ ਇੱਕ ਜਿਹੜਾ ਬੰਦਾ ਮਾਰਨਾ ਆ ਉਹਨੂੰ ਬੋਟੀ ਬੋਟੀ ਵੱਢ ਦਿੰਦੇ ਆ ਕਿ ਤੂੰ ਹੋਣਾ ਇੱਦਾਂ। ਮੈਨੂੰ ਬਹੁਤ ਬੰਦਿਆਂ ਨੇ ਇਹ ਸਟੋਰੀਆਂ ਸੁਣਾਈਆਂ ਜਿਹਨਾਂ ਸਾਹਮਣੇ ਹੋਈਆਂ, ਜਿਹੜੇ ਬਚੇ ਆ। ਮੈਨੂੰ ਇੱਕ ਬੰਦੇ ਨੇ ਕਪੂਰਥਲੇ ਦੇ ਸੁਣਾਈ ਸਟੋਰੀ, ਅਤੇ ਉਹ ਬੰਦਾ ਕੁਦਰਤੀ ਬਚ ਗਿਆ, ਉਹਨਾਂ ਦੀ ਉੱਤੇ ਪਹੁੰਚ ਸੀਗੀ, ਅਤੇ ਉਹਨਾਂ ਅੱਗੇ ਤਿੰਨ ਬੰਦੇ ਉਸ ਵੇਲੇ ਉੱਥੇ ਸਵਰਨ ਕੋਟਨਾ, ਗੁਰਬਚਨ ਸਿੰਘ ਬੁੱਚੜ, ਮੱਖਣ ਦੌਰਾ, ਇਹ ਸੀਗੇ ਨਾਮੀ ਜਲਾਦ ਸੀਗੇ। ਸ਼ਰਾਬ ਪੀਤੀ ਸੀ, ਸ਼ਾਮ ਦੀ ਗੱਲ ਸੀ। ਕਹਿੰਦਾ ਜਦੋਂ ਮੈਨੂੰ ਲੈ ਕੇ ਗਏ ਉੱਥੇ ਤਿੰਨ ਬੰਦੇ, ਕਹਿੰਦਾ ਮੈਨੂੰ ਨਹੀਂ ਪਤਾ, ਉਹ ਉੱਤੇ ਪੁੱਠੇ ਟੰਗੇ ਸੀ, ਉਹਨਾਂ ਦੇ ਥੱਲੇ ਹੀਟਰ ਬਲਦੇ ਸੀ, ਬਹੁਤ ਹਾਈ ਲੈਵਲ ਦੇ ਹੀਟਰ, ਪੁੱਠੇ ਟੰਗੇ ਸੀ। ਇੱਕ ਦਾ ਅੱਧਾ ਸਿਰ ਪਿਘਲ ਕੇ ਵਿੱਚ ਆ ਗਿਆ ਸੀ, ਜਦੋਂ ਥੱਲੇ ਡਿੱਗਦੀ ਸੀ ਉਹਨੂੰ ਅੱਗ ਲੱਗ ਜਾਂਦੀ ਸੀ। ਅਤੇ ਉਹ ਪਹਿਲਾਂ ਮੈਨੂੰ ਦੂਰੋਂ ਦਿਖਾਈ ਗਏ ਕਿ ਉਹ ਦੇਖ, ਫਿਰ ਮੈਨੂੰ ਨੇੜੇ ਲਿਆ, ਇਹ ਬੰਦੇ ਨੇ ਦੇਖਿਆ। ਉਹ ਬੰਦੇ ਦੀ ਬਹੁਤ ਜ਼ਿਆਦਾ ਕੋਈ ਸਿਫਾਰਿਸ਼ ਸੀ, ਨਾਲੇ ਉਹ ਕਿਤੇ ਉਹ ਕੋਈ ਐਕਸ਼ਨਿਸਟ ਠਹਿਰ ਵਾਲਾ ਸੀ, ਉਹ ਕਿਸੇ ਤਰੀਕੇ ਨਾਲ ਬਚ ਗਏ, ਨਾ ਉਹ ਕੁਛ ਜਾਣਦਾ ਵੀ ਸੀ। ਫਿਰ ਮੈਨੂੰ ਇੱਕ ਹੋਰ ਬੰਦੇ ਨੇ ਗੱਲ ਦੱਸੀ, ਉਹ ਪੁਲਿਸ ਵਾਲੇ ਨੇ ਦੱਸੀ, ਇੱਕ ਹੋਰ ਸਾਡਾ ਸਿੰਘ ਸ਼ਹੀਦ ਰਾਜਵਿੰਦਰ ਸਿੰਘ ਰਾਜੀ ਨੂੰ ਸ਼ਹੀਦ ਕੀਤਾ ਕਿ ਕਿਵੇਂ ਕੀਤਾ। ਉਹ ਜਦੋਂ ਨਹੀਂ ਮੰਨੇ, ਉਹਨੂੰ ਨਾਮ ਹੀ ਨਹੀਂ ਦੱਸਿਆ, ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ, ਉਹਨੂੰ ਥੋੜ੍ਹਾ ਜਿਹਾ ਪਾਠ ਆਉਂਦਾ ਸੀ ਮੂਲ ਮੰਤਰ, ਅਤੇ ਉਹਨਾਂ ਨੇ ਕਿਹਾ ਕਿ ਉਹ ਪ੍ਰੈਸ ਲਿਆਓ, ਜਿਹੜੀ ਆ ਵੱਡੀ ਨਹੀਂ ਪ੍ਰੈਸ, ਉਹ ਫਿਰ ਉਹਨਾਂ ਨੇ ਪ੍ਰੈਸ ਲਾਉਣੀ ਸ਼ੁਰੂ ਕਰ, ਸੋਰਲ ਪਹਿਲਾਂ ਸਕਿਨ ਫਿਰ ਮਸਲ, ਉਹ ਪਾਠ ਹੀ ਕਰਦਾ ਰਿਹਾ। ਇੱਕ ਹੋਰ ਸਿੰਘ ਆਪਣਾ ਸੁਰਿੰਦਰ ਸਿੰਘ ਬਾਬਾ, ਬੰਗੇ ਥਾਣੇ ਵਿੱਚ ਕੇ ਪੀ ਐੱਸ ਗਿੱਲ ਨੇ ਆਪ ਖੜ੍ਹ ਕੇ ਕਰਵਾਇਆ ਟੋਰਚਰ, ਉਹਦਾ ਸਾਰਾ ਸਰੀਰ ਉਹਨਾਂ ਨੇ ਵੱਢਿਆ, ਉਹ ਪਾਠ ਕਰਦਾ ਰਿਹਾ ਜਪਜੀ ਸਾਹਿਬ। ਫਿਰ ਗਿੱਲ ਨੇ ਕਿਹਾ ਜੀਵ ਬੰਦ, ਪਾਠ ਇਹਦਾ ਬੰਦ ਕਰੋ, ਫਿਰ ਜੀਵ ਵੱਢ ਦਿੱਤੀ, ਅਤੇ ਫਿਰ ਉਹਨੇ ਕੁਛ ਨਹੀਂ ਦੱਸਿਆ ਉਹਨੂੰ ਸ਼ਹੀਦ ਕਰ ਦਿੱਤਾ। ਹੋਰ ਜਾਣੀ ਕਿ ਜਿਹੜੇ ਡੈਥ ਟੋਰਚਰ ਆ ਕਿ ਨਹੀਂ, ਉਹ ਇਸ ਤਰ੍ਹਾਂ ਆ, ਅਨੋਕ ਸਿੰਘ ਜਦੋਂ ਉਹਨੂੰ ਦੇਖੋ, ਅਸੀਂ ਹੁਣ ਇਹ ਤਾਂ ਸਾਨੂੰ ਪੁਲਿਸ ਵਾਲਿਆਂ ਨੇ ਜ਼ਿਆਦਾ ਦੱਸਿਆ, ਉਹਨੂੰ ਪੁਲਿਸ ਵਾਲੇ ਬੰਦੇ ਨੇ ਆ ਕੇ ਦੱਸਿਆ ਕਿ ਜਦੋਂ ਕੋਲ ਦੀ ਗਿਆ ਸ਼ਾਮ ਨੂੰ, ਉਹਨੂੰ ਉਹ ਕੋਈ ਚਾਲ ਲੈ ਕੇ ਗਿਆ ਅਤੇ ਉਹਦੇ ਇੱਕ ਡੇਲਾ ਬਾਹਰ ਲੰਬਕ ਰਿਹਾ ਸੀ ਅਤੇ ਉਹ ਪਾਠ ਕਰ ਰਿਹਾ ਸੀ, ਅਤੇ ਉਹ ਕਹਿੰਦਾ ਮੈਨੂੰ ਲੱਗਿਆ ਤਾਂ ਵੀ ਫਸੇ ਰਿਹਾ, ਰਹਿ ਰਸ ਵੇਲੇ ਦੀ ਗੱਲ ਆ। ਅਤੇ ਉਹ ਟੋਰਚਰ ਤਾਂ ਇੱਦਾਂ ਹੁੰਦੇ ਸੀ, ਉਹਦੇ ਵਿੱਚ ਇਹਨਾਂ ਦੇ ਬਹੁਤ ਮਸ਼ਹੂਰ ਬੰਦੇ ਸੀ ਜਿਹੜੇ ਟੋਰਚਰ ਕਰਦੇ ਆ, ਆਈ ਪੀ ਐੱਸ ਆਈ ਜਿਹੜੇ ਵੱਡੇ, ਆਹ ਜਿੱਦਾਂ ਸੈਣੀ ਅਰਗੇ ਆ, ਪੂਲੇ ਅਰਗੇ ਆ, ਆਹ ਸਵਰਨੇ ਅਰਗੇ ਆ, ਜਾਂ ਚਾਲ ਅਰਗੇ ਆ, ਜਾਂ ਜੱਸੀ ਜਿਹੜਾ ਮਰ ਗਿਆ ਹੁਣ ਡਿਪਰੈਸ਼ਨ 'ਚ ਆ ਕੇ, ਹੁਣ ਪਾਗਲ ਹੋ ਕੇ ਮਰ ਰਿਹਾ ਬਹੁਤ ਜ਼ਿਆਦਾ ਬੰਦੇ, ਅਤੇ ਇਹ ਤਾਂ ਮਸ਼ਹੂਰ ਸੀਗੀ। ਅੱਗੇ ਇਹਨਾਂ ਦੇ ਬੰਦੇ ਪੈਟ ਰੱਖਿਓ, ਬੰਦੇ ਨੂੰ ਕੱਛੇ ਨੂੰ ਖਾ ਜਾਂਦੇ ਸੀ। ਇਹ ਬਹੁਤ ਵੱਡਾ ਇਹ ਫੀਲਡ ਆ, ਅਤੇ ਤਾਂ ਬੰਦੇ ਜਿਹੜਿਆਂ ਨੇ ਗੱਲ ਕਰਨੀ, ਤੁਸੀਂ ਜਰਨਲਿਸਟ ਰੀਅਲ ਗੱਲਾਂ ਇਹ ਕਰਨ ਵਾਲੇ ਲੋਕਾਂ ਨੂੰ ਜਾ ਕੇ ਇਹ ਇਕੱਠੇ ਕਰੋ ਅਤੇ ਲਿਖੋ। ਬਹੁਤ ਬੰਦੇ ਜਿਉਂਦੇ ਆ ਕਿ ਜੋ ਕੁਛ ਹੋਇਆ ਇਹ ਤਾਂ ਜਿਉਂਦੇ ਹੀ, ਇਹ ਡੈਥ ਟੋਰਚਰ ਹੁੰਦਾ ਸੀ। ਅਤੇ ਉਹਦੇ ਵਿੱਚ ਫਿਰ ਉਹ ਜਿਹਨੂੰ ਦਿੱਤ ਹੁੰਦਾ ਸੀ ਉਹਨੂੰ ਤਾਂ ਇਹਨਾਂ ਨੇ ਮਾਰਨਾ ਹੀ ਹੁੰਦਾ ਸੀ, ਫਿਰ ਜੇ 'ਤੇ ਗੁਰੂ ਦੀ ਕਿਰਪਾ ਹੁੰਦੀ ਸੀ ਉਹ ਕੁਛ ਨਹੀਂ ਸੀ ਦੱਸਦਾ, ਫਿਰ ਜਿਹੜਾ ਤੂੰ ਨਹੀਂ ਗੁਰੂ ਦੀ ਕਿਰਪਾ, ਬੰਦਾ ਆਪਣੇ ਬਸ ਕੁਛ ਨਹੀਂ, ਇਹ ਕਿਸੇ ਦਾ ਜ਼ੋਰ ਨਹੀਂ ਚੱਲਦਾ,
ਉਹ ਬੁੱਚੜ ਖਾਂਦਿਆਂ 'ਚ ਜਿਹੜਾ ਕਹਿੰਦਾ ਕਿ ਨਹੀਂ ਮੈਂ ਨਾ ਦੱਸਦਾ ਉੱਥੇ ਤਾਂ ਇੱਕ ਅੱਧਾ ਮਿੰਟ ਨਹੀਂ ਖੜਿਆ ਜਾਂਦਾ ਅੱਧੇ ਮਿੰਟ 'ਚ ਬੰਦੇ ਦੱਸ ਦਿੰਦੇ ਤੁਸੀਂ ਉੱਥੇ ਬਿਨਾਂ ਗੁਰੂ ਦੀ ਕਿਰਪਾ ਤੋਂ ਕੋਈ ਨਹੀਂ ਰਹਿੰਦਾ ਜਿਹੜੇ ਤਕੜੇ ਤੋਂ ਤਕੜੇ ਬੰਦੇ ਆ ਉੱਥੇ ਗਿਆ ਨਹੀਂ ਤਾਂ ਸਭ ਕੁਛ ਹੀ ਬੋਲ ਪੈਂਦੇ ਨੇ ਉਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਬੰਦੇ ਰਹਿੰਦੇ ਆ ਉੱਦਾਂ ਹੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਬਹੁਤ ਵੱਡੀਆਂ ਸ਼ਹਾਦਤਾਂ ਆ ਸਾਰੇ ਜੋ ਪੰਜਾਬ ਦੇ ਬੁੱਚੜਖਾਨੇ ਸੀ ਏ ਸਟਾਫ ਆ ਉਹਨਾਂ ਦੀਆਂ ਕੰਧਾਂ ਉਹਨਾਂ ਦੇ ਜਿਹੜੇ ਪਿੱਪਲ ਆ ਅਤੇ ਉਹਨਾਂ ਦੇ ਦਰੱਖਤ ਆ ਅਤੇ ਉਹਨਾਂ ਦੇ ਉਹ ਗਵਾਹ ਨੇ ਅਤੇ ਉਹ ਕੀ ਹੋਇਆ ਉੱਥੇ ਕਿੱਦਾਂ ਕਿੱਦਾਂ ਬੰਦੇ ਮਾਰੇ ਗਏ ਕਿੱਦਾਂ ਬੀਬੀਆਂ ਨੂੰ ਮਾਰਿਆ ਕਿਵੇਂ ਉਹਨਾਂ ਦੀ ਇੱਜ਼ਤ ਲੁੱਟੀ ਗਈ ਇੱਜ਼ਤ ਲੁੱਟ ਕੇ ਮਾਰਿਆ ਗਿਆ ਇਹ ਸਾਰਾ ਕੁਛ ਇਹ ਹਾਲੇ ਵੀ ਬੰਦੇ ਜਿਉਂਦੇ ਜਾਗਦੇ ਨੇ ਉਹ ਬੰਦਿਆਂ ਨਾਲ ਇਹ ਟੋਰਚਰ ਹੁੰਦੇ ਸੀ ਅਤੇ ਜਿਹੜੇ ਬੰਦਿਆਂ ਨੂੰ ਰੱਖਣਾ ਹੁੰਦਾ ਸੀ ਅਦਾਲਤ 'ਚ ਉਹਨਾਂ ਨਾਲ ਇਹ ਨਹੀਂ ਸੀ ਹੁੰਦਾ ਅਸਲ ਟੋਰਚਰ ਉਹ ਸੀਗੇ ਉਹ ਸਾਰਾ ਕੁਛ ਸਾਡੇ ਸਿੰਘਾਂ ਨੇ ਜੋ ਆਪਾਂ ਅਰਦਾਸ 'ਚ ਕਹਿੰਦੇ ਹਾਂ ਜਿਨ੍ਹਾਂ ਨੇ ਬੰਦ ਬੰਦ ਕਟਾਏ ਹੋਏ ਪੁੱਠੀਆਂ ਖੱਲਾਂ ਲੋਹਾਈਆਂ ਚਰਖੜੀਆਂ 'ਤੇ ਦੇੜੇ ਗਏ ਉਹ ਹੁਣ ਦੇ ਸਮਿਆਂ 'ਚ ਇਹਨਾਂ ਸਿੰਘਾਂ ਨੇ ਉਹ ਲਿਵ ਕੀਤੀਆਂ ਸ਼ਹਾਦਤਾਂ ਅਤੇ ਦੱਸਿਆ ਕਿ ਖਾਲਸਾ ਉਹੀ ਹੈ ਉਹ ਸਿਰਫ ਪੁਰਾਣੀ ਗੱਲ ਨਹੀਂ ਸੀ ਹੁਣ ਵੀ ਉਹੀ ਹੈ ਅਤੇ ਉਹੀ ਰਾਹ ਹੈ ਉਹ ਟੈਸਟੀਮੋਨੀ ਹੈ ਜਿਹੜੇ ਅੱਜ ਕੱਲ੍ਹ ਨੌਜਵਾਨ ਨੇ ਜਿਵੇਂ ਨਸ਼ਿਆਂ ਦੇ ਖਿਲਾਫ ਜਿਹੜੇ ਤੁਰੇ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਵਰਗੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਜਿਹੜੇ ਵੀ ਨੌਜਵਾਨ ਕੋਈ ਸੇਵਾ ਕਰਨੀ ਚਾਹੁੰਦੇ ਵੈਲਕਮ ਆ ਚੰਗੀ ਗੱਲ ਕਰਨੀ ਚਾਹੀਦੀ ਪਰ ਸਭ ਕੁਛ ਸਮਝ ਕੇ ਕਰਨੀ ਚਾਹੀਦੀ ਕਿ ਕੀ ਸਾਰੀ ਰਿਐਲਿਟੀ ਕੀ ਆ ਦੁਸ਼ਮਣ ਕੌਣ ਆ ਕੀ ਆ ਕਿੰਨਾ ਪਾਵਰਫੁੱਲ ਆ ਕੀ ਹਥਿਆਰ ਆ ਕੀ ਕਰ ਰਿਹਾ ਆ ਅਸੀਂ ਕੀ ਹਾਂ ਸਾਡੀ ਕੀ ਸਟਰੈਂਥ ਆ ਸਾਡੀ ਕੀ ਬੇਸਿਕਸ ਆ ਸਾਡੀ ਕੀ ਪੁਜ਼ੀਸ਼ਨ ਸਾਡਾ ਕੀ ਕਰਨਾ ਬਣਦਾ ਆ ਸਾਡੇ ਦੋਸਤ ਦੁਸ਼ਮਣ ਕੀ ਆ ਸਾਡੀ ਟੈਕਟਿਕਸ ਪੋਲਿਸੀਸ ਕੀ ਚਾਹੀਦੀਆਂ ਆ ਕਿਵੇਂ ਸਾਰਿਆਂ ਨੂੰ ਨਾਲ ਲੈਣਾ ਕਿਵੇਂ ਲੰਬੀ ਲੜਾਈ ਲੜਨੀ ਇਹ ਸਾਰੀਆਂ ਗੱਲਾਂ ਕਰਨ ਦੀਆਂ ਕੁਛ ਵੀ ਕਾਹਲੀ 'ਚ ਨਹੀਂ ਹੋ ਸਕਦਾ ਅਤੇ ਕੁਛ ਵੀ ਬਿਨਾਂ ਕਮਾਈ ਤੋਂ ਬਿਨਾਂ ਕਰੈਕਟਰਸ ਤੋਂ ਨਹੀਂ ਹੁੰਦਾ ਕੋਈ ਸ਼ੋਰਟਕੱਟ ਨਹੀਂ ਗਾ ਕੋਈ ਕਾਰਡ ਨਹੀਂ ਗਾ ਕੁਛ ਵੀ ਨਹੀਂ ਹੋ ਸਕਦਾ ਖਾਲਸੇ ਟ੍ਰਡੀਸ਼ਨ ਖਾਲਸੇ ਹਿਸਟਰੀ 'ਚ ਕੁਛ ਵੀ ਕਮਾਈ ਤੋਂ ਬਿਨਾਂ ਕੁਛ ਵੀ ਕਾਲਜ ਨਹੀਂ ਹੈ ਕਿਤੇ ਵੀ ਭੀੜਾਂ ਨੇ ਕੁਛ ਵੀ ਨਹੀਂ ਕੀਤਾ ਸਭ ਬਖਸ਼ਿਸ਼ ਨਾ ਸੰਘਰਸ਼ ਨਾ ਸ਼ਹਾਦਤਾਂ ਨਾ ਹੋਇਆ ਅੱਗੇ ਵੀ ਹੋਈ ਹੋਣਾ ਇਸ ਕਰਕੇ ਅਸੀਂ ਵੈਲਕਮ ਕਰਦੇ ਹਾਂ ਕਿ ਨੌਜਵਾਨ ਅੱਗੇ ਆਉਣ ਬਹੁਤ ਨੌਜਵਾਨ ਆ ਰਹੇ ਆ ਪਿਛਲੇ ਸਮੇਂ 'ਚ ਇੱਕ ਖੁਸ਼ੀ ਦੀ ਗੱਲ ਹੈ ਕਿ ਬਹੁਤ ਨੌਜਵਾਨ ਨੇ ਮੈਂ ਜਾਣਦਾ ਮੇਰੇ ਨਾਲ ਬਹੁਤ ਕੰਮ ਕਰਦੇ ਜਿਹਨਾਂ ਦੇ ਬਹੁਤ ਉੱਚੇ ਕਰੈਕਟਰ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਅਤੇ ਬੜੇ ਸਬਰ ਨਾਲ ਕੰਮ ਕਰ ਰਹੇ ਨੇ ਇੱਥੇ ਵੀ ਨੇ ਬਾਹਰ ਵੀ ਨੇ ਸਭ ਥਾਈ ਆ ਹੋਰ ਨਵੇਂ ਆਉਂਦੇ ਕਈ ਬਹੁਤ ਕਾਲ 'ਚ ਵੀ ਆਉਂਦੇ ਨੇ ਬੇਸਬਰੇ ਵੀ ਹੁੰਦੇ ਆ ਸਮਝ ਨਹੀਂ ਲੱਗਦੇ ਕਈ ਵਾਰ ਯੂਜ਼ ਵੀ ਹੋ ਜਾਂਦੇ ਆ ਹੈ ਨਾ ਭਾਵਨਾ ਤਾਂ ਸਭ ਦੀ ਚੰਗੀ ਹੁੰਦੀ ਆ ਅਤੇ ਸਾਰਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਸਭ ਤੋਂ ਪਹਿਲਾਂ ਆਪਣੀਆਂ ਰੂਟਸ ਆਪਣੀਆਂ ਜੜ੍ਹਾਂ ਸਟਰੋਂਗ ਹੋਣਾ ਉਹਨੂੰ ਸਮਝਣਾ ਇਸ ਵਕਤ ਸਭ ਤੋਂ ਜ਼ਰੂਰੀ ਸਾਨੂੰ ਆਪਣੇ ਆਪ ਨੂੰ ਲਾਮਬੰਦ ਅਤੇ ਸੂਤਰਬੰਦ ਕਰਨਾ ਆਪਣੇ ਆਪ ਨੂੰ ਸਟਰੋਂਗ ਕਰਨਾ ਆ ਫਿਰ ਅਸੀਂ ਦੁਨੀਆ ਨੂੰ ਫੇਸ ਕਰਾਂਗੇ ਜੋ ਇਸ ਵੇਲੇ ਚੈਲੇਂਜਿਸ ਅਤੇ ਓਪਰਚੁਨਿਟੀਜ਼ ਅਸੀਂ ਤਾਂ ਹੀ ਉਹਨਾਂ ਦਾ ਫਾਇਦਾ ਲੈ ਸਕਾਂਗੇ ਜੇ ਅਸੀਂ ਆਪ ਸਮਰੱਥ ਹੋਵਾਂਗੇ ਅਤੇ ਉਹਦੇ ਲਈ ਸਮਰੱਥ ਹੋਣ ਲਈ ਸਹਿਜ ਬਹੁਤ ਜ਼ਰੂਰੀ ਹੈ ਕੋਈ ਵੀ ਡਿਵੈਲਪਮੈਂਟ ਕ੍ਰੀਏਸ਼ਨ ਲਈ ਸਹਿਜ ਬਹੁਤ ਜ਼ਰੂਰੀ ਹੈ ਤਿਆਰੀ ਇਸ ਵਕਤ ਤਿਆਰੀ ਦਾ ਸਮਾਂ ਆ ਕੋਈ ਕਾਲ ਦਾ ਕੋਈ ਤਾਤ ਦਾ ਕੋਈ ਨੱਟ ਜ਼ਿਆਦਾ ਨੱਠ ਭੱਜ ਦਾ ਨਹੀਂ ਹੈ ਕੋਈ ਅੱਗੇ ਇੱਕਦਮ ਜੰਗ ਨਹੀਂ ਆ ਰਹੀ ਜਿੱਥੇ ਜਾ ਕੇ ਸਾਹਮਣੇ ਕੋਈ ਦਿਖਦਾ ਦੁਸ਼ਮਣ ਆ ਤੁਸੀਂ ਲੜਨਾ ਆ ਇੱਥੇ ਕਰੈਕਟਰਸ ਦੀ ਅਮਲਾਂ ਦੀ ਤੁਹਾਡੇ ਵਿਚਾਰਾਂ ਦੀ ਆ ਇਸ ਵੇਲੇ ਜਦੋਂ ਅਸਲ ਜੰਗ ਦੀ ਗੱਲ ਆਉਣੀ ਉਦੋਂ ਗੁਰੂ ਨੇ ਆਪ ਹੀ ਬਖਸ਼ਿਸ਼ ਕਰ ਦੇਣੀ ਆ ਗੁਰੂ ਰੱਖਣਾ ਗੁਰੂ ਸਭ ਕੁਛ ਗੁਰੂ ਦੇ ਅਨੁਸਾਰ ਹੋਣਾ ਆ ਹੋ ਰਿਹਾ ਆ ਅਤੇ ਬਹੁਤ ਸਬੱਬ ਬਣ ਰਹੇ ਨੇ ਬਹੁਤ ਅੱਗੇ ਓਪਰਚੁਨਿਟੀਜ਼ ਨੇ ਅਤੇ ਮੇਰੀ ਫਿਰ ਇਹੀ ਬੇਨਤੀ ਆ ਪੰਥ ਨੂੰ ਯੂਥ ਨੂੰ ਖਾਸ ਕਰਕੇ ਕਿ ਸਵੈ ਚੀਨੋ ਬਾਣੀ 'ਚ ਵਾਰ ਵਾਰ ਕਹਿੰਦੇ ਆਪਾਂ ਚੀਨਣ ਨੂੰ ਆਪਾਂ ਪਛਾਣਨ ਬਿਨਾਂ ਆਪਾਂ ਪਛਾਣਨ ਨੂੰ ਬਿਨਾਂ ਨਾਮ 'ਚ
ਦੇ ਕਲਚਰ 'ਚ ਆਇਆ ਬਿਨਾਂ ਕਮਾਈ ਕੀਤੇ ਅਤੇ ਉਸ ਕਮਾਈ 'ਤੇ ਇਸ ਦੁਨੀਆ ਦੇ ਗਿਆਨ 'ਚ ਹੋਰ ਪ੍ਰਬੁੱਧ ਹੋ ਕੇ ਤਕੜੇ ਹੋਣ 'ਚ ਕੋਈ ਰਾਹ ਨਹੀਂ, ਕੋਈ ਕਾਲੀ ਨਹੀਂ, ਕੋਈ ਸ਼ੋਰਟਕੱਟ ਨਹੀਂ ਹੈ। ਉਹੀ ਰਾਹ ਹੈ ਜੋ ਪਹਿਲੇ ਸਾਡੇ ਬਜ਼ੁਰਗਾਂ ਦਾ, ਜੋ ਹੁਣ ਸਾਡੇ ਸਿੰਘਾਂ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਜਿਹਨੇ ਕਰਕੇ, ਤਾਂ ਉਹੀ ਆ। ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਆਉਣ, ਇਹ ਨੌਜਵਾਨਾਂ ਦਾ ਹੀ ਆ ਸਾਰਾ ਕੁਛ। ਬਹੁਤ ਆ ਰਹੇ ਨੇ, ਬਹੁਤ ਵਧੀਆ ਜਾਣੀ ਕੰਮ ਕਰ ਰਹੇ ਨੇ, ਪਰ ਸਿਚੁਏਸ਼ਨ ਪਹਿਲਾਂ ਨਾਲੋਂ ਬਹੁਤ ਹੀ ਚੈਲੇਂਜਿੰਗ ਆ ਅਤੇ ਇਹਦੇ ਵਿੱਚ ਟ੍ਰੈਪਸ ਬਹੁਤ ਜ਼ਿਆਦਾ ਨੇ ਅਤੇ ਭੰਬਲ ਭੂਸੇ ਬਹੁਤ, ਭੌਪ ਲੇਖੇ ਬਹੁਤ ਜ਼ਿਆਦਾ ਨੇ। ਸਟੇਟ ਪਹਿਲੇ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਆ ਅਤੇ ਉਹਨਾਂ ਕੋਲ ਕੰਟਰੋਲ ਦੇ, ਮਾਇੰਡ ਕੰਟਰੋਲ ਦੇ ਸਾਧਨ ਬਹੁਤ ਜ਼ਿਆਦਾ ਆ। ਜਿਹੜੀ ਇਨਫੋਰਮੇਸ਼ਨ ਵਾਰਫੇਅਰ ਆ ਉਹ ਬਹੁਤ ਵੱਡੇ ਪੱਧਰ 'ਤੇ ਕਰ ਰਹੇ ਆ ਅਤੇ ਅਸੀਂ ਉਹ 'ਚ ਜ਼ੀਰੋ ਹਾਂ। ਸਾਡੇ ਕੋਲ ਉਹਦਾ ਕੋਈ ਤੋੜ ਨਹੀਂ ਗਾ, ਅਸੀਂ ਉਹਦੇ ਅਨੁਸਾਰ ਹੀ ਬਾਹਲੀ ਗੇਮ ਖੇਡ ਰਹੇ ਹਾਂ। ਅਤੇ ਇੱਕ ਵਾਰ ਫਿਰ ਲਾਸਟ 'ਚ ਆਪਣੇ ਆਪ ਨੂੰ, ਆਪਣੇ ਆਪ ਤੋਂ ਸ਼ੁਰੂ ਕਰੋ, ਗੁਰੂ ਵਾਲੇ ਬਣੋ, ਜੜ੍ਹਾਂ ਵੱਲ ਨੂੰ ਜਾਓ, ਨਾਮ ਵੱਲ ਨੂੰ ਜਾਓ, ਸਟਰੋਂਗ ਹੋਵੋ, ਫਿਰ ਜਥੇਬੰਦ ਹੋਵੋ ਪੰਥਕ ਤਰੀਕੇ ਨਾਲ, ਪੰਥਕ ਤਰੀਕੇ ਨਾਲ ਆਪਣਾ ਗਿਆਨ ਪ੍ਰਬੰਧ ਨੂੰ ਸਮਝੋ ਅਤੇ ਉਹ ਸਮਝ ਕੇ ਦੁਨੀਆ ਦੇ ਗਿਆਨ ਪ੍ਰਬੰਧ ਹਾਸਲ ਕਰੋ ਅਤੇ ਫਿਰ ਜੋ ਖਾਲਸੇ ਦਾ ਸਾਰੀ ਦੁਨੀਆ 'ਚ ਰੋਲ ਬਣਦਾ ਹੈ, ਸਰਬੱਤ ਦੇ ਭਲੇ ਵਰਗਾ ਨਿਜ਼ਾਮ, ਬੇਗਮਪੁਰੇ ਵਾਲਾ ਸਮਾਜ ਅਤੇ ਹਲੀਮੀ ਰਾਜ, ਉਹ ਤੁਸੀਂ ਹੋਈ ਉਹਦੇ ਅੰਬੈਸਡਰ ਐਵਰੀਵੇਅਰ, ਉੱਥੇ ਖੜੋ। ਉਹ ਸਮਾਂ ਆ ਗਿਆ ਅਤੇ ਗੁਰੂ ਉਹੋ ਜਿਹੇ ਸਬੱਬ ਬਣਾ ਰਿਹਾ ਹੈ। ਸਾਰਾ ਕੁਛ ਗੁਰੂ ਨੇ ਦੇਣਾ, ਸਾਨੂੰ ਪਾਤਸ਼ਾਹੀ ਗੁਰੂ ਨੇ ਬਖਸ਼ੀ ਹੋਈ ਹੈ। ਸਾਡੇ ਅਸੀਂ ਸਾਡੀ ਪਾਤਸ਼ਾਹੀ ਕਿਸੇ ਹੋਰ ਤਖ਼ਤ 'ਤੇ ਨਿਰਭਰ ਨਹੀਂ, ਉਹ ਅਸੀਂ ਸੰਘਰਸ਼ ਨਾਲ ਲੈਣੀ ਹੈ, ਸ਼ਹਾਦਤਾਂ ਨਾਲ ਲੈਣੀ ਹੈ ਅਤੇ ਅਰਦਾਸ ਦੇ ਸਦਕੇ ਤੋਂ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲਬਾਤ ਕੀਤੀ ਸਿੱਖ ਸੰਘਰਸ਼ ਦੀ, ਸਿੱਖ ਸੰਘਰਸ਼ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਟੋਰਚਰ ਵੀ ਹੁੰਦੇ ਰਹੇ ਨੇ, ਕਿਸ ਤਰੀਕੇ ਦੇ ਨਾਲ ਉਹ ਜਿਹੜੇ ਨੌਜਵਾਨ ਨੇ ਉਹ ਗੁਰੂ ਵੱਲ ਖਿੱਚੇ ਵੀ ਗਏ ਔਰ ਆਪਣੇ ਲੋਕਾਂ ਨੂੰ ਜਿਨ੍ਹਾਂ ਦੇ ਉੱਪਰ ਬਹੁਤ ਤਸ਼ੱਦਦ ਹੋ ਰਿਹਾ ਸੀਗਾ ਜਾਂ ਜਿਹੜੀਆਂ ਵਧੀਕੀਆਂ ਹੋ ਰਹੀਆਂ ਸੀਗੀਆਂ, ਦਰਬਾਰ ਸਾਹਿਬ 'ਤੇ ਅਟੈਕ ਹੁੰਦਾ ਤਾਂ ਉਹਦੇ ਪ੍ਰਤੀ ਇੱਕ ਰੋਸ ਜਿਹੜਾ ਸੀਗਾ ਉਹ ਉਹਨਾਂ ਨੂੰ ਇੱਕ ਵੱਖਰੇ ਪਾਸੇ ਲੈ ਗਿਆ ਸੀ, ਜਿਸ ਤੋਂ ਬਾਅਦ ਅੱਜ ਅਸੀਂ ਦੇਖਦੇ ਹਾਂ ਕਿ ਹਿਸਟਰੀ ਨੂੰ ਜਦੋਂ ਦੇਖਣਾ ਹੁੰਦਾ, ਫੋਲਣਾ ਹੁੰਦਾ ਤਾਂ ਸਾਨੂੰ ਉਹਨਾਂ ਸ਼ਖਸੀਅਤਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਬਹੁਤ ਚੰਗੇ ਤਰੀਕੇ ਨਾਲ ਸਮਝਣ ਦੇ ਲਈ। ਸੋ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੇ ਕਿਤਾਬਾਂ ਦੇ ਜ਼ਰੀਏ ਵੀ ਜਿਹੜਾ ਆ ਉਹ ਬਹੁਤ ਕੁਛ ਦੱਸਿਆ ਔਰ ਇਸ ਇੰਟਰਵਿਊ ਦੇ ਵਿੱਚ ਵੀ ਭਾਈ ਸੁੱਖਾ ਜਿੰਦਾ ਬਾਰੇ ਜਿਹੜੀ ਆ ਉਹ ਬਹੁਤ ਸਾਰੀ ਜਾਣਕਾਰੀ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਅਤੇ ਤੁਸੀਂ ਸਾਨੂੰ ਕਮੈਂਟਸ ਦੇ ਜ਼ਰੀਏ ਜਿਹੜਾ ਆ ਉਹ ਕੁਛ ਹੋਰ ਸੁਝਾਅ ਜੇ ਦੇਣਾ ਚਾਹੋ ਤਾਂ ਜ਼ਰੂਰ ਦੇ ਸਕਦੇ ਹੋ ਕਿ ਕਿਹੜੇ ਸਵਾਲ ਸੀਗੇ ਜਿਹੜੇ ਹੋਰ ਪੁੱਛਣੇ ਚਾਹੀਦੇ ਸੀਗੇ, ਕਿਹੜੀ ਗੱਲ ਸੀਗੀ ਜਿਹੜੀ ਹੋਰ ਕਰਨੀ ਚਾਹੀਦੀ ਸੀਗੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।